लो जी अज नहीं गोल्फ खेडी जानी साडा फोन ता आफ्टरनून च मीन दसी जांदा है फिर की करांगे तुहाडी सेवा करांगे चुप करो जी सवेरे ही शुरू हो जाने हो चाचा जी करेले दा जूस आ टेस्ट जे करा के मैं ता पंगा ही ले लिया पता नहीं की पियोंगे चुप करके पी लो तुहानू किन्ने वारी आख्या मैं चंगा पला पावे मिट्टी दी ट्राली लुआ के वेख लो कई नाल चाचा जी हुन तोड़ी नी डॉक्टर दी चलनी है चुप चाप पी लो चंगा भाई पी लेने और नाले रुपिंदर नु आवाज मार दी सरदारनी दे लाड़ले नु गरेवाल साहब मेरी कल्ली दा ते लाड़ला नहीं ना हो काली का दिए आजूगा ओए आहो ਉਹਨੇ ਕਿਹੜਾ ਦਫ਼ਤਰ ਜਾਣਾ ਹੈ ਗੁੱਡ ਮਾਰਨਿੰਗ ਮਾਮ ਗੁੱਡ ਮਾਰਨਿੰਗ ਬੇਟਾ ਹਾਂਜੀ ਡੈਡ ਗੁੱਡ ਮਾਰਨਿੰਗ ਲਿਆ ਵੀ ਚੰਨੋ ਪਰੌਂਠੇ ਛਾੜੇ ਲਿਆ ਨਾਲੇ ਮੱਖਣ ਵੀ ਲੈ ਆਈ ਡੈਡ ਤੁਸੀਂ ਤਾਂ ਪਾਓ ਆਪਣੀ ਕੋਲੀ ਚ ਕੰਦਮੂਲ ਸਵੇਰੇ ਸਵੇਰੇ ਪਿਓ ਤੇ ਤਵਾ ਤੁਸੀਂ ਨਹੀਂ ਲੈ ਸੀ ਮਿੱਤੇ ਕਹਿੰਦੇ ਇਹਨੇ ਕਿਹੜਾ ਦਫ਼ਤਰ ਜਾਣਾ ਬੋਲੋ ਹੁਣ ਚੁੱਪ ਕਿਉਂ ਕਰਕੇ ਲੈ ਬੋਲਣਗੇ ਕੀ ਇਹਨਾਂ ਨੇ ਸਾਨੂੰ ਕੰਮ ਕਰਨ ਜੋਗਾ ਛੱਡਿਆ ਹੀ ਨਹੀਂ ਇੰਨਾ ਬਣਾਤਾ ਕਿ ਚਾਰ ਪੁਸ਼ਤਾਂ ਵੀ ਬਹਿ ਕੇ ਖਾਈ ਜਾਣ ਤਾਂ ਨਹੀਂ ਮੁੱਕਦਾ ਓ ਐਸ਼ ਕਰ ਓਏ ਪਿਓ ਦੇ ਸਿਰ ਤੇ ਐਸ਼ ਤਾਂ ਫੁੱਲ ਕਰੀ ਦੀ ਹੈ ਜੀ ਤੁਹਾਡੇ ਸਿਰ ਤੇ ਡੱਕਾ ਤੋੜਨਾ ਨਹੀਂ ਨੱਕਾ ਮੋੜਨਾ ਨਹੀਂ ਓਏ ਕਿਸੇ ਬਾਹਰਲੇ ਮੁਲਕ ਦਾ ਹੀ ਗੇੜਾ ਛੇੜਾ ਮਾਰਿਆ ਕਿਉਂ ਜਾਵਾਂ ਐਵੇਂ ਆਹਾ ਪਰੌਂਠੇ ਬਣਾ ਬਣਾ ਕੌਣ ਖਵਾਊਗਾ ਬਾਹਰ ਯਾਰਾਂ ਨੂੰ ਤੁਹਾਨੂੰ ਨਹੀਂ ਮਿਲਦਾ ਤੁਸੀਂ ਆਪਣੇ ਕੌਨਫਲਿਕਟਸ ਖਾਓ ਹਾਂ ਭੋਲੀ ਦੱਸ ਕੀ ਬਣਿਆ ਜਿੱਥੇ ਰੁਪਿੰਦਰ ਦੇ ਸਾਗ ਦੀ ਗੱਲ ਤੋਰੀ ਸੀ ਨਾ ਹਾਂ ਉੱਥੇ ਗੱਲ ਨਹੀਂ ਬਣਨੀ ਉਹ ਤਾਂ ਮਾਸੀ NRI ਮੁੰਡਾ ਭਾਲਦੇ ਆ ਹੈ ਹੱਦ ਹੋ ਗਈ ਆਪ ਤਾਂ ਕਦੀ ਮੋਗਾ ਨਹੀਂ ਟੱਪੇ ਤੇ ਕੁੜੀ ਲਈ ਮੁੰਡਾ ਭਾਲਦੇ ਨੇ NRI ਜਵਾਬ ਦੇ ਦੇ ਸਾਡੇ ਵੱਲੋਂ ਮੈਂ ਨਹੀਂ ਵਿਆਹਣਾ ਮੁੰਡਾ ਉੱਥੇ ਵੱਡੇ ਆਏ ਕਿਹਦਾ ਸੀ ਅੱਜ ਕੱਲ ਜਿਹਨੂੰ ਦੇਖੋ ਉਹਨੂੰ ਬਾਹਰ ਦਾ ਬੁਖਾਰ ਚੜਿਆ ਹੋਇਆ ਕਹਿੰਦੇ ਨੇ ਮੁੰਡਾ NRI ਚਾਹੀਦਾ ਕਿਉਂ ਪੰਜਾਬ ਦੇ ਮੁੰਡਿਆਂ ਨੂੰ ਖੁਰਕ ਪਈ ਵੀ ਹੈ ਰਾਈਟ ਪੇਡਾ ਨੂੰ ਜ਼ੁਕਾਮ ਹੋ ਗਿਆ ਮੇਰੇ ਮੁੰਡੇ ਨੂੰ ਨਾ ਕਹਿ ਕੇ ਉਹਨਾਂ ਨੇ ਆਪਣੀ ਕਿਸਮਤ ਨੂੰ ਤਾਲਾ ਹਮੇਸ਼ਾ ਲਈ ਲਾ ਲਿਆ ਮੇਰਾ ਮੁੰਡਾ ਚਾਹੇ ਤਾਂ 50 NRIs ਨੂੰ ਇੰਪਲੋਈ ਰੱਖ ਲਵੇ ਹੈ ਨਾ ਕਿਉਂ ਮੈਂ ਕੀ ਆਦਾ ਸੀ ਜੇ ਤੂੰ ਬਾਹਰ ਗਿਆ ਹੁੰਦਾ ਤਾਂ ਕੁੜੀਆਂ ਵਾਲੇ ਤੇਰੇ ਮਗਰ ਮਗਰ ਤੁਰੇ ਫਿਰਦੇ ਡੈਡ ਐ ਥੋੜਾ ਕਿਸੇ ਕੁੜੀ ਨਾਲ ਵੀ ਵਿਆਹ ਕਰਾ ਸਕਦੇ ਆ ਮੈਂ ਤਾਂ ਉਸ ਕੁੜੀ ਨਾਲ ਵਿਆਹ ਕਰਾਉਂਗਾ ਜਿਹਨੂੰ ਮੈਂ ਵੇਖਾਂ ਤੇ ਕੀ ਓਏ ਤੋਤੇ ਉੱਡ ਜਾਣ ਓਏ ਧਿਆਨ ਨਾਲ ਪੁੱਤ ਇਹ ਤੋਤੇ ਉਡਾਉਣ ਵਾਲੀਆਂ ਨਾ ਬੰਦੇ ਨੂੰ ਤੋਤਾ ਬਣਾ ਕੇ ਪਿੰਜਰੇ ਚ ਡੱਕ ਲੈਣੀ ਹੈ ਅੱਛਾ ਵਾਟ ਡੂ ਯੂ ਮੀਨ ਕੀ ਮਤਲਬ ਹੈ ਤੁਹਾਡਾ ਮਤਲਬ ਹੈ ਕਿ ਮਮ ਨੇ ਤੁਹਾਨੂੰ ਪਿੰਜਰੇ ਚ ਪਾ ਕੇ ਰੱਖਿਆ ਓਏ ਮੈਂ ਥੋੜੀ ਆਖਿਆ ਯਾਰ ਹੈ ਇੱਕ ਤਾਂ ਤੁਹਾਡਾ ਸਾਰਾ ਟਾਈਮ ਖਿਆਲ ਰੱਖਦੀ ਉਪਰੋਂ ਮੈਨੂੰ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਹੋ ਲੈ ਦੱਸ ਰੋ ਜੀ ਮੈਂ ਨਹੀਂ ਤੇਰਾ ਖਿਆਲ ਰੱਖਦਾ ਮੇਰੀ ਇਹ ਤੋਤੀਏ ਬੇਟਾ ਕਿੱਥੇ ਜਾ ਰਿਹਾ ਇਨ ਸਰਚ ਆਫ ਤੋਤੇ ਉਡਾਉਣ ਵਾਲੀ ਗੁੱਡ ਲੱਕ ਚਾਚਾ ਜੀ ਗਨ ਪਾਈਨਾ ਗੋਲੀ ਮੈਂ ਨਹੀਂ ਗੋਲੀ ਖਾਣੀ ਲੈਣੀ ਪੈਣੀ ਆ ਪਿੰਜਰੇ ਚ ਬੰਦ ਕਰਕੇ ਰੱਖਿਆ ਖਾਓ ਗੋਲੀ ਕੀ ਸੱਪ ਕੱਢ ਰਹੇ ਓ ਹੈਲੋ ਮਿਸਟਰ ਪਹਿਲਾਂ ਤੁਸੀਂ ਆ ਫਾਰਮ ਫਿਲ ਕਰੋ ਫੇਰ ਤੁਹਾਨੂੰ ਮਿਲਾਵਾਂਗੇ ਸਰ ਨਾਲ ਸਰ ਹੋਊਗਾ ਤੇਰਾ ਮੇਰਾ ਤਾਂ ਯਾਰ ਹੈ ਓ ਬੱਲੇ ਬੱਲੇ ਕੱਲੇ ਕੱਲੇ ਬਣਾ ਲੈ ਜੋੜਾ ਹੱਥ ਮਿਲਾ ਆਦਰ ਵੀ ਛੱਡ ਪਤੰਦਰਾ ਤੂੰ ਜੱਫੀ ਪਾ ਗੁੱਡ ਟੂ ਸੀ ਯੂ ਆਫਟਰ ਸੋ ਲੌਂਗ ਬੜੀ ਬਾਲਾ ਜਗੜ ਲੈ ਵੇਖ ਲੈ ਲੱਗੀਆਂ ਰੌਣਕਾਂ ਕਿਹੜੀ ਪੂਰੀਆਂ ਹਾਂ ਓਹੋ ਆ ਕੀ ਹੈ ਸਿੱਧਾ ਉਹ ਮੈਨੂੰ ਪੈ ਗਿਆ ਇਹ ਨਕਲੀ ਹੈ ਨਾ ਨਾ ਬਿਲਕੁਲ ਅਸਲੀ ਓਬਾਮਾ ਆਪਾਂ ਹੀ ਨਕਲੀਆਂ ਵਿੱਚ
ਯੂਨੀਵਰਸਿਟੀ ਨੇ ਤੇ ਕਾਗਜ਼ਾਂ ਤੇ ਲਿਖ ਕੇ ਡਿਗਰੀਆਂ ਦਿੰਦੀਆਂ, ਅਸਲੀ ਕਰੀਅਰ ਤੇ ਆਪਾਂ ਬਣਾਈਦਾ ਉਹ ਵੀ ਡਾਲਰਾਂ ਤੇ ਪਾਉਂਡਾਂ ਦੇ ਵਿੱਚ। ਇਹਨੂੰ ਕਹਿੰਦੇ ਨਾਲੇ ਪੁੰਨ ਤੇ ਨਾਲੇ ਫਲੀਆਂ। ਬੇਜਾ ਬਹਿ ਕੇ ਕਰਦੇ ਗੱਲਾਂ ਬਾਤਾਂ ਤੇਰੇ ਨਾਲ, ਸਾਲੀ ਤਾਂ ਮਿਲਿਆ ਕਿਤੇ। ਤੇਰਾ ਵੀ ਪੁੰਨ ਖੱਟਿਆ ਕਿਸੇ ਨੇ ਕਿ ਤੂੰ ਵੀ ਅਪਲਾਈਡ ਫੋਰ ਹੀ ਫਿਰਦਾ ਮੇਰੇ ਵਾਂਗ? ਇਹਦਾ ਮਤਲਬ ਤੂੰ ਵੀ ਸਾਡੇ ਵਾਂਗ ਛੜਾ ਹੀ ਤੁਰਿਆ ਫਿਰਦਾ ਅਜੇ? ਹੈਂ, ਹੁਣ ਤਾਂ ਮਿੱਤਰ ਪਿਆਰਿਆ ਪੂਰੀ ਦੁਨੀਆ ਆਪਣੇ ਹੱਥਾਂ ਹੇਠ ਹੈ। ਆ ਗਲੋਬ ਦੇ ਉੱਤੇ ਨਾ ਅੱਖਾਂ ਮੀਟ ਕੇ ਜਿਹੜੇ ਮਰਜ਼ੀ ਮੁਲਕ ਤੇ ਉਂਗਲੀ ਰੱਖਦੇ ਕਿੱਥੋਂ ਦੀ ਕੰਨਿਆ ਚਾਹੀਦੀ ਹੈ? ਤੂੰ ਤਾਂ ਵੈਸੇ ਵੀ ਪਤੰਦਰਾ ਹੀਰੋ ਮਟੀਰੀਅਲ ਆ ਸਾਡਾ, ਤੈਨੂੰ ਤਾਂ ਜਹਾਜ਼ ਦੀ ਵੀ ਲੋੜ ਨਹੀਂ ਪੈਣੀ, ਅਗਲੀ ਨੇ ਹੱਥਾਂ ਤੇ ਚੱਕ ਕੇ ਲੈ ਜਾਣਾ। ਆ ਸਾਰੀਆਂ ਫੋਟੋਆਂ ਬਾਹਰਲੀਆਂ ਦੀ ਆਈਆਂ, ਛਾਂਟ ਲਾ ਕੋਈ ਚੂਚਕ ਦੀ ਬੇਟੀ। ਬਾਹਰ ਤਾਂ ਮੈਂ ਜਦ ਮਰਜ਼ੀ ਨਿਕਲ ਜਾਵਾਂ, ਘਰ ਦੇ ਇਕੱਲੇ ਪੈ ਜਾਣਗੇ। ਹੈਲੋ, ਕਿੱਧਰ ਨਿਕਲ ਗਿਆ ਜਵਾਨਾ? ਬਾਇਰ ਹੀ ਹੋ ਗਏ। ਆ ਕਾਫੀ ਗਰਮਾ ਗਰਮ ਆਈ ਸੀ, ਕੋਲਡ ਡਰਿੰਕ ਬਣਾ ਲਈ। ਤੋਤੇ ਉੱਡ ਗਿਆ ਬਈ, ਇੰਨੇ ਸਾਲਾਂ ਦੇ ਜਿਹਨੂੰ ਲੱਭਦਾ ਸੀ ਉਹ ਲੱਭ ਗਈ। ਅੱਛਾ, ਲਿਆ ਸੀ ਵੀ ਦੇਖੀਏ ਕਿਹੜੀ ਹੂਰ ਭਰੀ ਹੈ ਜਿਹਨੇ ਸਾਡੇ ਯਾਰ ਦੇ ਤੋਤੇ ਉਡਾ। ਲੈ ਉਹ, ਇਹ ਤਾਂ ਦੇਸਣ ਹੈ, ਇੱਧਰ ਲਈ। ਫਿਰ ਤਾਂ ਬਣ ਗਈ ਗੱਲ। ਰੇਸ ਤੋਂ ਪੈਰ ਚੱਕ, ਬ੍ਰੇਕ ਲਾ, ਇੰਜਨ ਠੰਡਾ ਰੱਖ ਕੱਕ। ਕਿਉਂ? ਕਦੇ ਤਾਂ ਸਿੱਧੇ ਰਾਹ ਤੁਰ ਪਿਆ ਕਰ। ਕਾਲਜ ਵੀ ਨਾਨ ਮੈਡੀਕਲ ਨਾਲ ਪੰਗਾ ਲੈ ਲਿਆ ਸੀ, ਮੁੜ ਕੇ ਸਪਲੀਆਂ ਦੇਂਦਾ ਰਹਿ ਗਿਆ ਸੀ ਨਾ। ਆ ਫੇਰ ਗਲਤ ਚੀਜ਼ ਤੇ ਹੱਥ ਰੱਖੀ ਜਾਂਦਾ। ਉਹ ਪਹਿਲੀ ਵਾਰੀ ਕਿਸੇ ਸਹੀ ਚੀਜ਼ ਨੂੰ ਹੱਥ ਲਾਇਆ, ਤੂੰ ਗਲਤ ਰੱਖੀ ਜਾਂਦਾ। ਉਹ ਭਾਈ, ਇਹਦਾ ਪਿਓ ਨਾ ਆਪਣੀ ਕੁੜੀ ਕਿਸੇ NRI ਮੰਗਤੇ ਨਾਲ ਵਿਆਹ ਦੂਗਾ, ਇਧਰਲੇ ਰਾਜੇ ਨੂੰ ਵੀ ਨਾ। ਉਹ ਐਡੀ ਕਿਹੜੀ ਗੱਲ ਹੈ, ਤੂੰ ਇਹਦਾ ਨਾ ਟਿਕਾਣਾ ਦੇ ਮੈਨੂੰ, ਮੈਂ ਦੇਖਦਾ। ਚੱਲ ਭਾਈ, ਜੇ ਇੰਨਾ ਹੀ ਪਿੱਛੇ ਪੈ ਗਿਆ ਫਿਰ ਨਾ ਪਤਾ ਵੀ ਪਿੱਛੇ ਲਿਖਿਆ ਹੋਇਆ, ਚੱਕ ਲਓ। ਦਿਸ਼ਾ ਢਿੱਲੋਂ, ਡਾਕਟਰ ਆਫ ਦਿਲੀਪ ਸਿੰਘ ਢਿੱਲੋਂ, ਪਿੰਡ ਖੇੜੀ, 98152-95359, ਯਾਰ ਤਾਂ ਫਿਰ ਚੱਲੇ। ਕਿੱਧਰ? ਦਿਸ਼ਾ ਵੱਲ। ਕੀ ਗੱਲ, ਅੱਜ ਤੱਕ ਕਾਕਾ ਜੀ ਸਾਜਰੀ ਆ ਗਏ? ਕਮਾਲ ਹੀ ਹੋ ਗਿਆ। ਓਏ ਆ ਬਈ, ਬੜਾ ਕਪਾਹ ਦੇ ਫੁੱਲ ਵਾਂਗੂ ਖਿੜਿਆ ਹੋਣਾ, ਕੋਈ ਨਰਮਾ ਚੁਗਣ ਵਾਲੀ ਤਾਂ ਨਹੀਂ ਜੱਚ ਗਈ? ਤੁਸੀਂ ਦੋਵੇਂ ਮੇਰੇ ਵਿਆਹ ਦੀ ਫਿਕਰ ਕਰਦੇ ਰਹਿੰਦੇ ਹੋ, ਮੈਂ ਕਿਹਾ ਵਿਆਹ ਹੀ ਕਰਾ ਲੈਨੇ ਆ। ਸੱਚੀ ਰੁਪਿੰਦਰ, ਕਿਸੇ ਵੀ ਕੁੜੀ ਨਾਲ? ਕਿਸੇ ਕੁੜੀ ਨਾਲ ਨਹੀਂ ਮੋਮ, ਇੱਕ ਕੁੜੀ ਜਿਹਨੂੰ ਵੇਖਦੇ ਹੀ ਮੈਨੂੰ ਲੱਗਾ ਕਿ ਇਹ ਕਰੂ ਮੇਰੀ ਮਾਂ ਦੀ ਸੇਵਾ। ਉਹਦੇ ਮੱਥੇ ਤੇ ਲਿਖਿਆ ਬਈ ਇਹ ਸੱਸ ਦੀ ਸੇਵਾ ਕਰੂਗੀ। ਪੈਂਟਰ ਕੱਟ ਮਾਰਿਆ ਕਰ। ਰੁਪਿੰਦਰ, ਜੇ ਕੁੜੀ ਤੈਨੂੰ ਪਸੰਦ ਹੈ ਨਾ ਤੇ ਮੈਨੂੰ ਵੀ ਪਸੰਦ ਹੈ। ਕੀ ਨਾਂ ਹੈ ਉਹਦਾ, ਕਿੱਥੇ ਦੀ ਹੈ? ਦਿਸ਼ਾ ਢਿੱਲੋਂ, ਡਾਕਟਰ ਦਿਲੀਪ ਸਿੰਘ ਢਿੱਲੋਂ, ਪਿੰਡ ਡਾਕਾ ਨਖੇੜੀ, ਆ ਨਾਲ ਪਏ। ਲੈ ਬਈ ਸਰਦਾਰਨੀ, ਮੁੰਡੇ ਦੇ ਰੰਗ ਢੰਗ ਦੱਸ ਰਹੇ ਹੈ ਕਿ ਤੈਨੂੰ ਇਸੇ ਕੁੜੀ ਤੋਂ ਪਾਣੀ ਵਾਰਨਾ ਪੈਣਾ। ਤੁਹਾਨੂੰ ਤਾਂ ਮਜ਼ਾਕ ਹੀ ਸੁੱਝਦਾ ਹੈ। ਮੈਂ ਕਰਦੀ ਹਾਂ ਉਹਦੇ ਘਰਦਿਆਂ ਨਾਲ ਗੱਲ। ਓਏ ਹੈਲੋ, ਮੈਂ ਕੱਲੀਆਂ ਗੋਲੀਆਂ ਖਾਣ ਨੂੰ ਨਹੀਂ, ਮੈਂ ਗੱਲਾਂ ਵੀ ਕਰ ਲੈਣਾ ਹੁੰਦਾ। ਕਰਦੀ ਹੈ ਮੈਂ ਗੱਲ। ਓਏ ਹਾਂ ਬਈ, ਕੋਈ ਨੰਬਰ ਹੈ ਉਹਨਾਂ ਦਾ? 98152-92359। ਵਾਹ, ਨੰਬਰ ਤਾਂ ਯਾਦ ਰੱਖਿਆ ਜਿਵੇਂ ਹੈਲਪਲਾਈਨ ਦਾ ਹੋਵੇ। ਡੈਡ ਇਹ ਕੁੜੀ ਦਾ ਨਹੀਂ, ਉਹਦੇ ਡੈਡੀ ਜੀ ਦਾ ਨੰਬਰ ਹੈ। ਡੈਡੀ ਜੀ? ਮੈਨੂੰ ਡੈਡ ਤੇ ਉਹਨੂੰ ਹੁਣੇ ਤੋਂ ਹੀ ਡੈਡੀ ਜੀ। ਤੁਸੀਂ ਫੋਨ ਕਰ ਰਹੇ ਹੋ ਕਿ ਨਹੀਂ? ਆਪਾਂ ਤੁਹਾਡੀ ਗੱਲ ਮੁੜੀ ਹੈ, ਕਦੇ ਲਾਈਨ ਡੈਡ ਪਈ ਹੋਵੇ ਤਾਂ ਵੀ ਕਰੂੰਗਾ। ਕਿਉਂ ਬਈ ਕਾਕਾ, ਕਰਦੇ ਫਿਰ ਫੋਨ? ਕਰ ਦੋ ਜੀ, ਦੇਖੀ ਜਾਊਗੀ। 98152-92359। ਅੱਛਾ।
हेलो टिल्लो स्पीकिंग। सत श्री अकाल टिल्लो साहब। सत श्री अकाल। मैं हरजीत सिंह गरेवाल बोल रहा हूं जी, गिल्लां तो गरेवाल। हां जी फरमाओ। मैं अपने बेटे दे रिश्ते लिए तुहानू मिलना चाहुंदा सी जी। मोस्ट वेलकम जी, एनी टाइम आओ हैं, इफ यू डोंट माइंड। दसोंगे अपना काका करदा की है? करोड़ करोड़ नु किल्ला होया पे, 50 किल्ले जमीन है, कल्ला कल्ला मुंडा है। तुसी पुछदे हो काका करदा की है? गरेवाल साहब, वैसे तो तुसी कदे भी आओ, पर डोंट माइंड, मैं अपनी धी लई कोई NRI मुंडा लभ रहा। की गल टिल्लो साहब, पंजाब दे मुंडे गैस ते चलदे है, बई इत्थे नहीं भी आउणा धी नू। तुसी मेरी बेइज्जती कर रहे हो गरेवाल साहब। बेइज्जती तां तुसी सारे पंजाब दी करी जांदे हो टिल्लो साहब। मैं घर दा दर नहीं खोलिया, तुसी मेरे कोठे ते धुप सेकण नू फिरदे हो। मेरी धी है, मैं जिथे मर्जी व्यावां। मैनू तां तुहाडी गल दी समझ नहीं आई टिल्लो साहब। लोकी खानदान वेखदे है, मुंडा वेखदे है, तुसी सिर्फ NRI दे पिछे पए वे हो। माफ करना, मैनू कोई खुशी नहीं हुई तुहाडे नाल गल कर। मैनू भी कोई बड़ा चा नहीं चढ़िया गरेवाल साहब। चंगा होगा आपां गल इत्थे मुका दिए। गल खत्म करन कोई मंत्र पढ़ने है? डैड आ फोन बंद कर दे, आपे गल बंद होगी। ओ गल तां खत्म ही है, अगे तो गलती नाल भी मैनू फोन ना मिला लियो किते। ਤੁਸੀਂ ਤਾਂ ਫਾੜ ਕਰਕੇ ਮਾਰਦੇ ਹੋ ਅਗਲੇ ਦੇ ਸਿਰ ਤੇ। ਇਹ ਕੋਈ ਤਰੀਕਾ ਹੈ ਗੱਲ ਕਰਨ ਦਾ? ਕੀ ਸਿਖਾਵਾਂ ਤੁਹਾਨੂੰ? ਸੌਰੀ ਪੁੱਤ, ਮੈਂ ਤੇਰੇ ਆਖਣ ਤੇ ਉਹਦੇ ਨਾਲ ਗੱਲ ਤਾਂ ਕਰ ਲਈ, ਪਰ ਇਹ ਢਿੱਲੋਂ ਬਹੁਤ ਟੇਟਾ ਬੰਦਾ ਲੱਗਿਆ ਮੈਨੂੰ। ਤੂੰ ਉਸ ਕੁੜੀ ਨੂੰ ਭੁੱਲ ਜਾ ਡੈਡ, ਆਪਾਂ ਕੋਈ ਹੋਰ ਰਿਸ਼ਤਾ ਲੱਭਾਂਗੇ। ਨਾ ਉਹ ਹੁੰਦਾ ਕੌਣ ਹੈ ਮੈਨੂੰ ਮੱਤ ਦੇਣ ਵਾਲਾ? ਮੈਂ ਆਪਣੀ ਕੁੜੀ ਬਾਹਰ ਭੇਜਣੀ ਹੈ। ਬਾਹਰਲੇ ਬੰਦੇ ਐ ਗੱਲ ਕਰਦੇ ਕਿਤੇ? ਨਾ ਇੰਨੇ ਮਾੜੇ ਵੀ ਨਹੀਂ ਸਾਡੇ ਲੋਕ। ਤੂੰ ਰਹਿਣ ਦੇ ਵਕਾਲਤ ਕਰਨ ਨੂੰ, ਮੈਂ 2 ਸਾਲ ਜਰਮਨ ਰਹਿ ਕੇ ਬਹੁਤ ਕੁਝ ਦੇਖ ਲਿਆ। ਜੋਨ ਦਾ ਸਲੀਕਾ ਤਾਂ ਸਿਰਫ ਬਾਹਰਲਿਆਂ ਨੂੰ ਹੈ। ਮੇਰੀ ਪ੍ਰੋਬਲਮ ਦਾ ਕੀ ਬਣੂ? ਉਹਦਾ ਹੱਲ ਹੈਗਾ ਆਪਣੇ ਕੋਲ। ਕੀ? ਭੁੱਲ ਜਾ ਉਹਨੂੰ। ਧਰ ਫਿਟੇ ਮੂੰਹ, ਕਿਹੋ ਜਿਹਾ ਬੰਦਾ ਹੈ ਤੂੰ? ਕਦੇ ਪਿਆਰ ਨੀ ਕੀਤਾ ਤੈ? ਦਿਲ ਆ ਗਿਆ ਮੇਰਾ ਉਹਤੇ। ਤੁਹਾਡਾ ਤਾਂ ਦਿਲ ਆ ਗਿਆ ਭਾਈ ਸਾਹਿਬ, ਪਰ ਉਹਦੇ ਪਿਓ ਨੂੰ NRI ਚਾਹੀਦਾ ਤੇ ਉਹ ਤੂੰ ਹੈ ਨੀ, ਸੋ ਇਸ ਕਰਕੇ ਤੇਰੀ ਲਵ ਸਟੋਰੀ ਦਾ ਤਾਂ ਇੱਥੇ ਦੀ ਐਂਡ ਹੋ ਜਾਂਦਾ ਕਾਕਾ ਜੀ। ਐ ਕਿਵੇਂ ਦੀ ਐਂਡ ਹੋ ਜਾਂਦਾ? ਮੇਰੀ ਜ਼ਿੰਦਗੀ ਦਾ ਤਾਂ ਹੁਣ ਇੱਕੋ ਹੀ ਮਕਸਦ ਹੈ, ਦਿਸ਼ਾ ਨੂੰ ਹਾਸਲ ਕਰਨਾ। ਓਏ ਹੋਏ, ਦਿਲ ਨੂੰ ਹੀ ਲਾ ਗਿਆ ਤੂੰ ਤੇ ਸ਼ੇਰਾ। ਜੇ ਐਡੀ ਗੱਲ ਹੈ ਫਿਰ ਕੀ ਮਸਲਾ? ਹਾਂ ਬਣ ਜਾ NRI। ਤੇਰਾ ਮਤਲਬ ਹੈ ਪਹਿਲਾਂ ਮੈਂ ਬਾਹਰ ਜਾਵਾਂ, ਉੱਥੇ ਸੈਟਲ ਹੋਵਾਂ, ਫਿਰ ਵਾਪਸ ਆਵਾਂ? ਉਨੇ ਚਿਰ ਚ ਉਹਦੇ ਬੁੜੇ ਨੇ ਉਹਨੂੰ ਤੋੜ ਦੇਣਾ ਕਿਸੇ ਮਸਕਟ ਵਾਲੇ ਨਾਲ। ਕਾਕਾ ਜੀ ਮੈਂ ਤੁਹਾਨੂੰ NRI ਹੋਣ ਵਾਸਤੇ ਨਹੀਂ, ਸਿਰਫ ਬਣਨ ਵਾਸਤੇ ਕਹਿ ਰਿਹਾ। ਟ੍ਰਾਈ ਟੂ ਅੰਡਰਸਟੈਂਡ ਵਾਟ ਆਈ ਮੀਨ ਟੂ ਸੇ। ਕਿਉਂ ਛਿੱਤਰ ਪਾਉਣ ਵਾਲੀ ਗੱਲ ਕਰਦਾ? ਬੱਲੇ ਕਰਨੀਆਂ ਮੁਹੱਬਤਾਂ ਤੇ ਡਰਨਾ ਛਿੱਤਰਾਂ ਤੋਂ। ਵਾਹ, ਜਾਲੀ ਬਣ ਕੇ ਕਿੰਨਾ ਕੁ ਚਿਰ ਰਹਿ ਲਾਂਗੇ? ਜਦ ਤੱਕ ਬਾਪੂ ਨਹੀਂ ਮੰਨਦਾ ਉਹਦਾ, ਹੋਰ ਕੀ। ਜਦੋਂ ਬਾਅਦ ਚ ਪਤਾ ਲੱਗਿਆ ਫਿਰ? ਫਿਰ ਕੀ ਆ, ਉਹ ਕੁੜੀ ਨੂੰ ਆਪ ਹੀ ਤੂੰ ਕਹਿ ਰਹੀ ਯਾਰ ਬਈ ਤੈਨੂੰ ਹਾਸਲ ਕਰਨ ਵਾਸਤੇ ਡਰਾਮਾ ਕਰਨਾ ਪਿਆ, ਉਦਾਂ ਤੇਰੇ ਡੈਡੀ ਨੇ ਨਹੀਂ ਸੀ ਮੰਨਣਾ। ਕੁੜੀ ਨੇ ਲਾਪਾ ਕਰਕੇ ਡੱਕਰ ਦੇਣਾ ਹੈ, ਇੰਨਾ ਸੌਖਾ ਨਹੀਂ ਹੁੰਦਾ। ਯੈਸ, ਇੱਥੇ ਤੂੰ ਰਹੋਂਗਾ। ਦਰਅਸਲ ਕਾਕਾ, ਜਿਹੜਾ ਇਸ਼ਕ ਦਾ ਮਹਾਂ ਰੋਗ ਹੁੰਦਾ ਨਾ, ਇਹ ਜਦੋਂ ਇੱਕ ਵਾਰੀ ਲੱਗ ਜੇ ਨਾ, ਇਹਦਾ ਦੁਨੀਆਂ 'ਚ ਇਲਾਜ ਹੀ ਕੋਈ ਨਹੀਂ। ਪੇਸ਼ੈਂਟ ਨੂੰ ਜਿੱਥੇ ਮਰਜ਼ੀ ਲੈ ਜਾਓ, ਬਸ ਇੱਕ ਵਾਰੀ ਮਿੱਠੀਆਂ ਮਿੱਠੀਆਂ ਜੀਆਂ ਮਾਰ ਕੇ ਨਾ ਉਹਨੂੰ ਜਾਨੂੰ ਜਾਨੂੰ ਤੇ ਲਿਆ। ਜਦੋਂ ਇੱਕ ਵਾਰੀ ਉਹਨੇ ਕਹਿਤਾ ਨਾ ਜਾਨੂੰ, ਫਿਰ ਘਰਦਿਆਂ ਨੂੰ ਆਪ ਹੀ ਕਹੂਗੀ ਮੈਂ ਨਾ ਮਾਨੂੰ। ਹੋਰ ਕੋਈ ਹਿੱਲਾ ਨਹੀਂ ਹੈਗਾ? ਜਿਹੜਾ ਪਹਿਲਾਂ ਦੱਸਿਆ ਸੀ ਤੈਨੂੰ, ਭੁੱਲ ਜਾ ਉਹਨੂੰ। ਹੁਣ ਤਾਂ ਬੀਬੀ ਮੈਮਰੀ ਕਾਰਡ 'ਚ ਫੀਡ ਹੋ ਚੁੱਕੀ ਹੈ, ਹੁਣ ਨਹੀਂ ਨਿਕਲ ਸਕਦੀ। ਬਸ ਠੀਕ ਹੈ, ਫਿਰ ਫਿਰ ਕਿਹੜੀ ਗੱਲ, ਫਿਰ ਪਾ ਦੇ ਰੌਲਾ, ਦੱਸ ਦੇ ਦੁਨੀਆਂ ਨੂੰ ਕਿ ਅੱਜ ਦੀ ਮੰਡੀਰ 'ਚ ਵੀ ਕਮਿਟਮੈਂਟ ਹੈਗੀ ਹੈ। ਓਏ ਰਾਂਝੇ ਨੇ ਹੀਰ ਵਾਸਤੇ 12 ਸਾਲ ਮੱਝਾਂ ਚਾਰੀਆਂ, ਤੂੰ ਤੇ ਘੜੀ ਦੀ ਘੜੀ ਹੀਰ ਦਾ ਡੈਡੀ ਚਾਰਨਾ। ਬਸ ਡਰ ਜਿਹਾ ਲੱਗਦਾ ਹੈ, ਪਰ ਕੋਈ ਗੱਲ ਨਹੀਂ, ਦੇਖੀ ਜਾਓ, ਚੱਲ ਖਿੱਚ ਤਿਆਰੀ। ਖਿੱਚ ਤਿਆਰੀ ਦਾ ਕੀ ਮਤਲਬ ਬਈ? ਤਿਆਰੀ ਤੂੰ ਖਿੱਚਣੀ ਹੈ ਭਾਈ ਸਾਹਿਬ, ਦੈਟਸ ਯੂਅਰ ਜੌਬ। ਵੀਰੇ ਤੂੰ ਇਸ ਫਿਲਮ ਦਾ ਡਾਇਰੈਕਟਰ ਹੈ, ਜੇ ਕੁਛ ਗਲਤ ਹੋਇਆ ਤਾਂ ਤੂੰ ਹੀ ਸਾਂਭੇਗਾ ਨਾ? ਨਹੀਂ ਖੈਰ, ਸਾਂਭ ਸੁਣ ਤਾਂ ਲੈਂਦਾ ਹੁੰਦਾ ਮੈਂ, ਐਡੀ ਤਾਂ ਗੱਲ ਕੋਈ ਨਹੀਂ। ਪਰ ਇਹ ਵੀ ਮੈਂ ਸ਼ੁਰੂ ਸ਼ੁਰੂ 'ਚ ਨਾਲ ਰਹੂੰਗਾ, ਫਿਰ ਮੈਂ ਫਿਲਮ ਸ਼ੁਰੂ ਕਰਾ ਕੇ ਆ ਜਾਣਾ, ਐਂਡ ਤੇ ਤੂੰ ਆਪ ਲੈ ਕੇ ਜਾਣਾ ਫਿਲਮ ਨੂੰ। ਠੀਕ ਹੈ ਠੀਕ ਹੈ, ਪਰ ਤੇਰੀ ਫਿਲਮ ਦਾ ਹੀਰੋ ਹੈ ਕਿਹੜੀ ਕੰਟਰੀ ਦਾ? ਉਹ ਤਾਂ ਕਿੱਦਾਂ ਫਿਰ, ਕਿਹੜੀ ਮਰਜ਼ੀ ਕੰਟਰੀ ਦਾ ਹੋਵੇ, ਕਿੱਦੇ ਸਾਰੇ ਸੇਮ ਹੀ ਹੁੰਦੇ ਆ। ਕਿੱਦਾਂ ਗੋਡ ਆ, ਕਿੱਦਾਂ ਗ੍ਰੇਟ ਆ।
ਦੱਸੋ ਇਹ ਨਕਸ਼ਾ ਹੈ ਮੈਂ ਕਦੋਂ ਕਿਹਾ ਘੋੜਿਆਂ ਦੀ ਪੇਂਟਿੰਗ ਹੈ ਉਹ ਯਾਰ ਦੱਸ ਰਿਹਾ ਤੈਨੂੰ ਵੈਸੇ ਸਾਊਥ ਹਾਲ ਕਿੱਥੇ ਸਾਊਥ ਹਾਲ ਵੀਰੇ ਦਰਅਸਲ ਨਾ ਮੈਂ ਵੀ ਕਾਲੀ ਕਾਲੀ ਨੈਟ ਤੋਂ ਕੱਢਿਆ ਨਕਸ਼ਾ ਸਾਊਥ ਹਾਲ ਮੈਨੂੰ ਨਹੀਂ ਦੱਸਿਆ ਪਰ ਹੈ ਦੇ ਵਿੱਚ ਹੀ ਆ ਕਿਤੇ ਬਸ ਤੂੰ ਮੋਟੀ ਜੀ ਗੱਲ ਯਾਦ ਰੱਖਣੀ ਆ ਵੀ ਆਪਾਂ ਗਿਲਫਰਡ ਸਟਰੀਟ ਤੇ ਤੂੰ 118 ਚ ਰਹਿੰਦਾ ਤੇ ਮੈਂ 119 ਚ ਰਹਿੰਦਾ ਤੇ ਲੰਡਨ ਬਾਰੇ ਬਹੁਤੀ ਟੈਨਸ਼ਨ ਨਹੀਂ ਲੈਣੀ ਸੂਈ ਸਾਊਥ ਹਾਲ ਤੇ ਰੱਖਣੀ ਹੈ ਲੰਡਨ ਚ ਨਾ ਮੈਂ ਦੋ ਤਿੰਨ ਮੋਟੀਆਂ ਮੋਟੀਆਂ ਚੀਜ਼ਾਂ ਇੱਕ ਯਾਦ ਰੱਖੀ ਤੂੰ ਉੱਥੇ ਲੰਡਨ ਬ੍ਰਿਜ ਇੱਕ ਯਾਦ ਰੱਖਣਾ ਆਪਣਾ ਬਿਗ ਬੈਨ ਵੱਡਾ ਸਾਰਾ ਘੰਟਾ ਘਰ ਹੈ ਇੱਕ ਤੂੰ ਲੰਡਨ ਆਈ ਯਾਦ ਰੱਖ ਲੰਡਨ ਆਈ ਕੀ ਲੰਡਨ ਆਈ ਜਿੱਦਾਂ ਆਪਣੇ ਪਿੰਡਾਂ 'ਚ ਨਹੀਂ ਲੱਕੜ ਦਾ ਝੂਲਾ ਹੁੰਦਾ ਗੋਰੇ ਨੇ ਬਹੁਤ ਵੱਡਾ ਸਾਰਾ ਲੋਹੇ ਦਾ ਲਵਾਇਆ ਹੋਇਆ ਉੱਥੇ ਚੱਲ ਤੂੰ ਦਫਾ ਕਰ ਬਾਕੀ ਪਿਕਾਰਡਲੀ ਸਰਕਸ ਸਰ ਮਤਲਬ ਉਹਦਾ ਬਾਲਾ ਜ਼ਿਕਰ ਜ਼ੁਕਰ ਨਹੀਂ ਉਹਦਾ ਕਰਨਾ ਪਤਾ ਗੰਦੇ ਮੰਦੇ ਜੇ ਸ਼ੋਅ ਹੁੰਦੇ ਉੱਥੇ ਪੰਜਾਬੀ ਜਾਂਦੇ ਬਹੁਤ ਦੇਖਣ ਪਰ ਆਪਾਂ ਨਹੀਂ ਜਾਂਦੇ ਸਾਡੇ ਨੰਬਰ ਡਾਊਨ ਹੁੰਦੇ ਆਪਣੇ ਓਕੇ ਸਾਊਥ ਹਾਲ ਬਾਰੇ ਹੋਰ ਕੁਝ ਹੋਰ ਬਸ ਤੂੰ ਸਿੰਪਲ ਇਹ ਯਾਦ ਰੱਖਣਾ ਵੀ ਆਪਾਂ ਗਲਾਸੀ ਜੰਕਸ਼ਨ ਤੇ ਸ਼ਾਮ ਨੂੰ ਬਹਿ ਕੇ ਗਲਾਸੀ ਖੜਕਾਈ ਦੀ ਹੈ ਪਾਰਕ ਐਵਨਿਊ ਚ ਵਿਸਾਖੀ ਦਾ ਮੇਲਾ ਵੇਖਣ ਜਾਈਦਾ ਤੇ ਜਲੇਬੀ ਜੰਕਸ਼ਨ ਤੇ ਬਹਿ ਕੇ ਖਾਈ ਪੀਵੀ ਦਾ ਬਾਕੀ ਜਿੱਥੇ ਅੜ ਜਾਵੇ ਬਸ ਵੱਡੇ ਗੁਰਦੁਆਰੇ ਤੇ ਆ ਜਾਣਾ ਜੀ ਵੱਡੇ ਗੁਰਦੁਆਰੇ ਬਹੁਤ ਜਾਈਦਾ ਜੀ ਆਪਾਂ ਬਸ ਇਦੋਂ ਬਾਹਰ ਨਹੀਂ ਜਾਣਾ ਇਦੋਂ ਬਾਹਰ ਗਿਆ ਸਿੱਧੇ ਅੰਦਰ ਆ ਫਿਰ ਆਪਾਂ ਬਸ ਫਿਰ ਬਣ ਗਈ ਗੱਲ ਗੋਡਿਆ ਬਾਕੀ ਆਪਾਂ ਡਿਸਕਸ ਕਰਦੇ ਰਵਾਂਗੇ ਜਿੱਦਾਂ ਕਿ ਨਹੀਂ ਪਾਈਏ ਚੱਲੇ ਪਾਈਏ ਚੱਲੇ ਖੜ ਜਾ ਖੇੜੀ ਪਿੰਡ ਵੱਡੀ ਭੂਆ ਰਹਿੰਦੀ ਹੈ ਜਾ ਕੇ ਰਹਿਣਾ ਕਿਤੇ ਕੋਲ ਤੇਰੇ ਰਹਿਣ ਦਾ ਇੰਤਜ਼ਾਮ ਤੇ ਕਰ ਲਈਏ ਸਾਰੇ ਕਰ 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 ਹੈਲੋ ਹੈਲੋ ਹਾਂ ਦੀਪੇ ਕੀ ਹਾਲ ਹੈ ਉਹ ਵਧੀਆ ਜਗਾੜੀ ਭਾਜੀ ਤੁਹਾਡੇ ਕਰਕੇ ਲੰਡਨ ਫਿਰਦੇ ਆ ਨਹੀਂ ਤਾਂ ਹੁਣ ਤੱਕ ਲੁਧਿਆਣੇ ਦਾ ਪੋਲਿਊਸ਼ਨ ਇੰਜੋਏ ਕਰਦੇ ਹੋਣਾ ਸੀ ਅੱਛਾ ਗੱਲ ਸੁਣੇ ਕੰਮ ਹੈ ਤੇਰੇ ਨਾਲ ਉਹ ਖੇੜੀ ਪਿੰਡ ਵਾਲਾ ਤੁਹਾਡਾ ਫਾਰਮ ਹਾਊਸ ਹੈ ਨਾ ਉੱਥੇ ਅਸੀਂ ਦੋ ਜਣੇ ਜਾ ਕੇ ਰਹਿਣਾ ਕੁਝ ਦਿਨ ਉਹ ਗੱਲ ਹੀ ਕੋਈ ਨਹੀਂ ਭਾਜੀ ਉੱਥੇ ਮੇਰਾ ਕਦਨ ਮੋਹ ਨਹੀਂ ਰਹਿੰਦਾ ਮੈਂ ਫੋਨ ਕਰ ਦੂੰਗਾ ਆਹੋ ਉਹਨੂੰ ਫੋਨ ਕਰਕੇ ਕਹਿ ਦੇ ਵੀ ਮੇਰੇ ਦੋ ਦੋਸਤ ਆ ਰਹੇ ਆ ਯੂਕੇ ਤੋਂ ਸੋਰੇ ਜ਼ੀਰਕਪੁਰ ਨਾ ਕਹਿ ਦੇ ਕਿਤੇ ਯੂਕੇ ਤੋਂ ਕਹਿਣਾ ਓਕੇ ਇਹ ਕੀ ਜਗਾੜ ਆ ਹੁਣ ਭਾਜੀ ਜਗਾੜ ਤੈਨੂੰ ਫੇਰ ਦੱਸ ਦਾਂਗੇ ਤੂੰ ਫੋਨ ਤਾਂ ਕਰ ਪਈ ਯੂਕੇ ਤੋਂ ਆ ਰਿਹਾ ਮਿੱਤਰ ਤੇਰੇ ਬਾਏ ਆ ਸਾਲਾ ਚੰਗਾ ਜਗਾੜ ਲੱਭਿਆ ਤਾਂ ਓਏ ਆ ਸਾਲਾ ਸੂਲਾ ਨਹੀਂ ਚੱਲਣਾ ਉੱਥੇ ਯੂਕੇ 'ਚ ਨਹੀਂ ਮੁੰਡੇ ਕੁੜੀਆਂ ਕੱਢਦੇ ਸਾਲਾ ਸਾਲਾ ਗਾਲਾਂ ਉੱਥੇ ਉਹ ਇਸ਼ਾਰੇ ਵਾਲੀਆਂ ਗਾਲਾਂ ਚੱਲਦੀਆਂ ਤੈਨੂੰ ਉਹ ਵੀ ਸਿਖਾ ਦੂੰਗਾ ਮੈਂ ਠੀਕ ਹੈ ਹੁਣ ਜੇ ਸਿਲੇਬਸ ਪੂਰਾ ਹੋ ਗਿਆ ਚੱਲੀਏ ਆਪਾਂ ਕਿਦਾਂ ਜਾਣਾ ਹੀ ਪੈਣਾ ਹੀ ਆ ਯੇ ਕੇ ਵੇ ਹੋਇਆ ਨਹੀਂ ਤੇਰਾ ਬੰਬਰ ਖਾਲੀ ਅਜੇ ਖੜ ਜਾ 2 ਮਿੰਟ ਕਹਾਂ ਸਰਕਾਰੀ ਖਜ਼ਾਨਾ ਵੀ ਝੱਟ ਖਾਲੀ ਹੋ ਜੂ ਹੈ ਉਹ ਵੇਖੀ ਕਿਤੇ ਸੰਗ ਚੁੰਗਲਾ ਮਾਰ ਮਾਰ ਕੇ ਡੇਲੇ ਹੀ ਨਾ ਬਾਹਰ ਕੱਢ ਲਈ ਉਹ ਜਿਹੜੀਆਂ ਅੱਖਾਂ ਤੈਨੂੰ ਦੇਖਣ ਗਿਜੀਆਂ ਹੋਣ ਉਹ ਬਾਹਰ ਕਿਵੇਂ ਗਿਰ ਸਕਦੀਆਂ ਨੇ ਦੇਸੀ ਦਾ ਇੱਕ ਤੋਪਾ ਨਹੀਂ ਰਹਿਣ ਦਿੱਤਾ ਅੰਦਰ ਦੀਪੇ ਦਾ ਫੋਨ ਆਇਆ ਸੀ ਸਕਾਚ ਆਉਣ ਵਾਲੀ ਆ ਯੂਕੇ ਨਹੀਂ ਆਇਆ ਨਹੀਂ ਗੁਲਗਲੇ ਪਹਿਲਾਂ ਹੀ ਕੱਢਣ ਲੱਗ ਜਾ ਭਾਬੀ ਜੀ ਹਾਂ ਗੁਲਗਲੇ ਬਾਜ ਕੱਢਿਆ ਕੀੜਾ ਲੈ ਕੇ ਆਇਆ ਕਿਸੇ ਨੂੰ ਮੋਣੀ ਚਾਚੇ ਓਏ ਆ ਤੁਹਾਡੇ ਪ੍ਰਾਹਣੇ ਆਏ ਨੇ ਹੋਰੂ ਜੀਆਂ ਬੂਥੀਆਂ ਵਾਲੇ ਜਿਉਂਦਾ ਰਹਿ ਕੀੜਿਆ ਆ ਗਏ ਸਕਾਚ ਦੇ ਬੱਦਲ ਵੈਲਕਮ ਜੀ ਵੈਲਕਮ ਸਤਿ ਸ੍ਰੀ ਅਕਾਲ ਜੀ ਮੈਂ ਮੋਣੀ ਜੀ ਇਹ ਮੇਰੀ ਘਰ ਵਾਲੀ ਮਿੱਠੋ ਜੀ ਸਤਿ ਸ੍ਰੀ ਅਕਾਲ ਆ ਜੀ ਸੰਗ ਦੀ ਹੈ ਉਹ ਅੰਦਰੋਂ ਅੰਦਰ ਹੀ ਤਾਂ ਮੰਨ ਲਈਏ ਨੇ ਕਿੱਦਾਂ ਮਿੱਠੋ ਭਾਬੀ ਸਤਿ ਸ੍ਰੀ ਅਕਾਲ ਆ ਕਿਤੇ ਸ਼ੇਖ ਹਿੰਦ ਕਰਨ ਲੈ ਕਿਹੜਾ ਕਹਿੰਦੇ ਸੰਗ ਜੀ ਦਾ ਹੱਥ ਬਹੁਤ ਘੱਟ ਕੇ ਮਿਲਾਉਂਦੀ ਬਹੁਤ ਫਰੈਂ ਗਿਆ ਹੱਥ ਮਿਲਾਉਣ ਨੂੰ ਕਿੱਦਾਂ ਬਾਕੀ ਉਹਦਾ ਨਾਈਸ ਕਪਲ ਨਹੀਂ ਚੱਪਲ ਤਾਂ ਨਹੀਂ ਜੁੱਤੀ ਹੈ ਉਹ ਸੈਂਡਲ ਵਾਲਾਂ ਦੀ ਹੈ ਕਦੇ ਕਦੇ ਵਿਆਹ ਨੂੰ ਪਾਈ ਤੀ ਇੱਕ ਵਾਰੇ ਨੇ ਯਾਰ ਬੜਾ ਲੇਟ ਹੋ ਗਏ ਤੁਸੀਂ ਮੇਰਾ ਤਾਂ ਮੂੰਹ ਸੁੱਕ ਗਿਆ ਤੁਹਾਨੂੰ ਉਡੀਕ ਦਿਆਂ ਦਾ ਮੇਰੀ ਬੱਸ ਲੇਟ ਹੋ ਏਅਰਬੱਸ ਪਲੇਨ ਨੂੰ ਕਿਦਾਂ ਏਅਰਬੱਸ ਕਹਿੰਦੇ ਆ ਕਿ ਸੇਮ ਹੀ ਆ ਸ਼ੁਕਰ ਮਨਾ ਵੀ ਮੈਂ ਟੱਕਰ ਗਿਆ ਇਹਨਾਂ ਨੂੰ ਇਹ ਤਾਂ ਹੋਟਲੇ ਫਿਰਦੇ ਸੀ ਚੰਗਾ ਟੈਲੀਫੋਨ ਐਕਸਚੇਂਜ ਮੈਂ ਚੱਲਦਾ ਸਤਿ ਸ੍ਰੀ ਅਕਾਲ ਕਿਦਾਂ ਤੇ ਜੋਕਾ ਮਾਰਦਾ ਆ ਯਾ ਆਈ ਨੋ ਹੀ ਇਜ਼ ਅ ਫਨੀ ਗਾਇ ਆਈ ਲਾਈਕ ਇਟ ਨਾਈਸ ਪਲੇਸ ਹੈ ਬਾਜੀ ਦੀਪਾ ਬਣਾ ਗਿਆ ਜੀ ਸਾਡੇ ਐਸ ਘਰ ਨੂੰ ਕੱਪੜਾ ਲੈਣਾ ਹੀ ਬਾਹਰੋਂ ਉਹੀ ਭੇਜ ਦਿੰਦਾ ਆਪਾਂ ਇੱਧਰ ਹੀ ਯੂਕੇ ਬਣਾ ਰੱਖੀ ਹੈ ਖੁੱਲਾ ਖਾਈਦਾ ਪੀਦਾ ਕਿਦਾਂ ਅਸੀਂ ਵੀ ਯੂਕੇ ਦੇ ਕਿਤੇ ਜੰਕ ਫੂਡ ਖਾ ਕੇ ਤੰਗ ਆਏ ਹਾਂ ਇੱਥੇ ਤਾਂ ਕਿਦਾਂ ਹੁਣ ਸਾਗ ਨੂੰ ਗੇੜਾ ਦੇਣਾ ਹੀ ਆ ਲੈ ਭੋਰਾ ਚਿੰਤਾ ਨਾ ਕਰੋ ਸਾਗ ਖਵਾ ਖਵਾ ਕੇ ਥੋੜੀ ਧੁੰਨੀ ਹਰੀ ਕਰ ਦਾਂਗੇ ਚਾਹੇ ਪਰਤਿਆ ਲਿਓ ਧੁੰਨੀ ਪਰਤਿਆ ਲਿਓ ਓ ਆਈ ਨੋ ਲੋਕਲ ਲੈਂਗੁਏਜ ਯੂ ਨੋ ਓਕੇ ਦੇਸੀ ਆ ਹਾਲੇ ਵੀ ਦੇਸੀ ਅੱਛਾ ਉਹ ਕੀ ਕਿਦਾਂ ਮਿੱਠੇ ਮੈਂ ਪੁੱਛ ਮੇਰਾ ਨਾਮ ਮੋਣੀ ਹੈ ਮਿੱਠੋ ਮੇਰੀ ਘਰ ਵਾਲੀ ਦਾ ਨਾਮ ਹੈ ਜੀ ਉਹ ਕਹੋ ਦੱਸੋ ਕੀ ਹੈ ਸੋ ਸੌਰੀ ਕਿਦਾਂ ਮੈਂ ਪੁੱਛਣਾ ਮੰਗਦਾ ਸੀ ਕਿਦਾਂ ਗੱਲਾਂ ਨਾਲ ਹੀ ਸਾੜਨਾ ਆ ਕਿ ਸਾਨੂੰ ਰੂਮ ਵੀ ਦੇਣਾ ਆ ਕੋਈ ਓ ਭਲੇ ਨੂੰ ਚੇਤੇ ਕਰਾਤਾ ਸ਼ੇਰੇ ਸਮਾਂ ਚੱਕ ਵੀ ਬਾਈ ਹੋਰਾਂ ਦਾ ਕਮਰਾ ਦਿਖਾ ਇਹਨਾਂ ਨੂੰ ਨਾ ਨੂੰ ਲੋ ਜਾ ਕੇ ਫੇਰ ਭੜਕਾਉਨੇ ਆ ਗਲਾਸੀਆਂ ਆਪਾਂ ਹੈ ਸਕਾਚ ਕਿਹੜੀ ਲੈ ਕੇ ਆਏ ਹੋ ਸਕਾਚ ਉਹ ਕਿਹੜਾ ਬੈਗ ਸਾਡਾ ਕਸਟਮ ਵਾਲੇ ਨੇ ਰੋਕਿਆ ਹੈ ਨਾ 에ਅਰਪੋਰਟ ਤੇ ਕਿਦਾਂ ਉਹਦੇ ਜੀ ਆ ਸਕਾਚ ਕਿਦਾਂ ਪਰਸੋਂ ਨੂੰ ਆਉਂਦੀ ਆ ਇਹ ਕਸਟਮ ਵਾਲੇ ਖਤਮ ਤਾਂ ਨਹੀਂ ਕਰ ਦੇਣਗੇ ਪੀ ਕੇ ਆਹੋ ਬਈ ਹਾਂ
ना मैं तो किते डट खोल के उन्हां दे सामने किते जूठी करके छड के आया हां किते जूठी नु हाथ नहीं लाउंदे आओ यार थोड़े चक्करां दे विच मैं उंगला मार मार देसी भी कढ़ती स्कॉच वाले एयर फोर्स ते तुरी फिरदी है ठीक है आ शेर दे मगर मगर नु होलो ओके सी यू गाइस तेरी नजर लगी है काली जीभ वाली है ਕਿਵੇਂ ਟੁੱਟੇ ਜੇ ਸਾਈਕਲ ਤੇ ਤੁਰੇ ਫਿਰਦੇ ਹੋ ਤੁਸੀਂ ਬੰਦੇ ਹੋ ਕਿ ਝਾਵੇਂ ਉਹ ਸੀਂਡਲਾ ਮੈਂ ਰੈਟਾ ਮਾਰਨਾ ਛੱਡਵਾ ਤੇਰੇ ਕੰਨ ਤੇ ਕਿਤੇ ਸੀਂਡਲ ਵੀਰ ਨਾਈਸ ਬੋਲੀ ਦਾ ਆ ਕਿਤੇ ਪਤਾ ਹੋਣਾ ਚਾਹੀਦਾ ਬੋਲਣ ਦਾ ਕਿੱਦਾਂ ਪਹਿਲਾਂ ਚਮਕੀਲੇ ਵਾਲਾ ਸੁਰ ਚੱਕਿਆ ਸੀ ਹੁਣ ਹੋਰੂ ਜਿਹਾ ਬੋਲਦਾ ਹੈ ਕੋਈ ਨੀ ਫੇਰ ਦੇਖਾਂਗੇ ਲੈ ਵੀ ਕਾਕਾ ਕਰ ਲੈ ਦਰਸ਼ਨ ਹੋਣ ਵਾਲੇ ਸਹੁਰਿਆਂ ਦੇ बड़िया उम्मीदा लेके आए हैं हीर दिया बावला खाली हाथ ना मुड़ी हासना जिथो जून का राह मिलता होए उथे सर चुकाउण च कोई हर्ष नहीं वल्ले ते राह नहीं दिशा किदा सेम ही आ करैक्टर च आ जाओ क्या बन जा फिर किदा यूके वाला बन जा किदा रूप डू यू सी दिस हाउस मैं लाइक कीता या इदे किदा डिजाइन बहुत बढ़िया या ये आई लाइक इट टू अब्रॉड दे किसी नक्शे दी कॉपी कीती लगदी आ नो नो मेनू किते कॉपी नहीं लगदा मेनू ओरिजिनल लगदा या किसी ने आप बनाया या ते आपा अंकल नु पूछ लेने आ या आई डोंट माइंड अंकल जी सत श्री अकाल सत श्री अकाल अंकल सत श्री अकाल सत श्री अकाल किदा अंकल तुसी साडा फैसला करा सकदे आ मैं कहना ए तुहाडे नाइस हाउस दा किते डिजाइन इंडियन आ मैं कहना किदा ए बाहर दा या ਓਏ ਡਿਜ਼ਾਈਨ ਤਾਂ ਜੱਟ ਦਾ ਪਰਸਨਲੀ ਹੈ ਪਰ ਹੈ ਬਾਹਰਲੇ ਸਟਾਈਲ ਦਾ ਆਈ ਲਵ ਬ੍ਰੌਡ ਆਰਕੀਟੈਕਚਰ ਵਾਓ 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 ਓਏ ਕਾਕਾ ਤੈਨੂੰ ਕਿਤੇ ਦੇਖਿਆ ਲੱਗਦਾ ਹੈ ਅੰਕਲ ਮੈਂ ਤਾਂ ਕਿਤੇ ਫਸਟ ਟਾਈਮ ਇੰਡੀਆ ਆਇਆ ਆ ਹੁਣੇ ਲੈਂਡ ਕੀਤੀ ਅਸੀਂ ਕਿਦਾਂ ਮੈਂ ਯੂਕੇ ਬੋਰਨ ਨਹੀਂ ਆ ਕਿਦਾਂ ਮੈਂ ਇੱਕ ਪਿਕ ਲੈ ਸਕਦਾ ਪਿਕ ਫੋਟੋ ਪਿਕਚਰ ਸਨੈਪ ਪਿਕਚਰ ਤਾਂ ਲੈ ਲਓ ਪਰ ਤੁਸੀਂ ਡਿਜ਼ਾਈਨ ਦੀ ਨਕਲ ਨਹੀਂ ਮਾਰ ਸਕਦੇ ਇਹ ਜੱਟ ਦਾ ਪਰਸਨਲ ਡਿਜ਼ਾਈਨ ਹੈ ਥੈਂਕਸ ਥੈਂਕਸ ਅ ਲਾਟ ਕਿਤੇ ਤੂੰ ਵੀ ਵਿੱਚ ਆ ਜਾ ਕਿਤੇ ਤੈਨੂੰ ਵੀ ਵਿੱਚੇ ਕੱਢ ਲੈਣਾ ਮੈਂ ਆਈਏ ਆਓ ਆਓ ਚਾਹ ਪਾਣੀ ਪੀਓ ਆਓ ਥੈਂਕ ਯੂ ਸੋ ਮਚ ਅੰਕਲ ਅੱਛਾ ਪਹਿਲਾਂ ਇਹ ਦੱਸੋ ਮੁੰਡਿਓ ਚਾਹ ਪੀਓਗੇ ਕਾਫੀ ਪੀਓਗੇ ਲੱਸੀ ਪੀਓਗੇ ਕਿ ਜੂਸ ਪੀਓਗੇ ਕਿਦਾਂ ਚਾਹ ਹੀ ਲੋਟ ਰਹੂ ਆਓ ਕਿਦਾਂ ਰੂਪ ਲਵਸ ਪੰਜਾਬੀ ਯੂ ਨੋ ਕਿਦਾਂ ਮਦਰ ਟੰਗ ਹੈ ਨਾ ਕੀ ਕਿਹਾ ਸੀ ਤੁਸੀਂ ਕਿੱਥੋਂ ਆਏ ਹੋ ਅਸੀਂ ਯੂਕੇ ਦੇ ਅੰਕਲ ਕਿੱਦਾਂ ਬੋਰਨ ਬਰੋਟ ਅਪ ਹੈ ਯੂਕੇ ਦੇ ਵਾਹ ਬਈ ਵਾਹ ਮੁੰਡਿਓ ਭਾਗਾਂ ਵਾਲਿਓ ਜਿਹੜਾ ਉੱਥੇ ਜੰਮੇ ਪਲੇ ਹੋ ਇੰਡੀਆ ਦਾ ਬੰਦਾ ਬਸ ਹਾਜ਼ਰੀ ਲਾਉਣ ਲਈ ਜੰਮਦਾ ਕਿੱਦਾਂ ਬਾਹਰ ਹੀ ਅੱਕੇ ਲੱਗਦੀ ਹੋ ਇੰਡੀਆ ਤੋਂ ਤੁਸੀਂ ਤਾਂ ਬਾਹਰ ਦੇਖਿਆ ਹੀ ਹੈ ਇੱਥੇ ਵੀ ਦੇਖ ਲਓਗੇ ਕੋਈ ਬਰਾਬਰੀ ਥੋੜੀ ਹੀ ਹੈ ਕਿੱਥੇ ਉਹ ਸਵਰਗ ਕਿੱਥੇ ਸਾਡਾ ਨਰਕ ਉਹ ਤੇ ਆ ਪਰ ਇਹ ਵੀ ਨਾਈਸ ਆ ਕੋਈ ਨੀ ਹੌਲੀ ਹੌਲੀ ਦੇਖ ਲਓਗੇ ਤੁਸੀਂ ਨਵੇਂ ਨਵੇਂ ਆਏ ਹੋ ਭਰਾਓ ਤੁਸੀਂ ਨੋ ਕਿਦਾਂ ਸੀ ਫਰੈਂਡ ਹੀ ਹੈ ਬਟ ਲਾਈਕ ਬ੍ਰਦਰਸ ਯੂ ਨੋ ਕਿਦਾਂ ਕੱਲਾ ਪੋਤੇ ਆ ਘਰ ਦਿਆਂ ਦਾ ਟੂ ਮੱਚ ਵਿਗੜਿਆ ਯਾ ਵਿਗੜਿਆ ਮੀਨਸ ਕਹਿੰਦਾ ਮੈਂ ਕਿਦਾਂ ਵਿਆਹ ਕਰਾਉਣਾ ਹੈ ਕਿਦਾਂ ਤੇ ਇੰਡੀਆ ਜੀ ਕਰਾਉਣਾ ਹੈ ਨਹੀਂ ਤੇ ਕਿਦਾਂ ਵਿਆਹ ਹੀ ਨਹੀਂ ਕਰਾਉਣਾ ਹੈ ਉਹ ਮੈਂ ਕੀ ਕਿਦਾਂ ਡਾਕਟਰ ਹਾਵ ਜੀ ਜੀਤ ਮੇਰੀ ਮੋਮ ਦੀ ਵਿਸ਼ ਆ ਤੇ ਮੈਂ ਪੰਜਾਬ ਚ ਵਿਆਹ ਕਰਾਉਣਾ ਮੰਗਦਾ ਇਹ ਤੇ ਕਿਦਾਂ ਮੁੰਡਾ ਬਹੁਤ ਸਰਕਾਰੀ ਆ ਸੰਸਕਾਰੀ ਹੁੰਦਾ ਪੁੱਤ ਸੰਸਕਾਰੀ ਸੇਮ ਹੀ ਆ ਕਾਕਾ ਮੈਨੂੰ ਪੱਕਾ ਲੱਗਦਾ ਆਪਾਂ ਮਿਲੇ ਆ ਕਿਤੇ ਨਾ ਕਿਦਾਂ ਅੰਕਲ ਮੈਂ ਤਾਂ ਫਸਟ ਟਾਈਮ ਇੰਡੀਆ ਆਇਆ ਆ ਯੂਕੇ ਤੋਂ ਹੋ ਸਕਦਾ ਕਿਤੇ ਯੂਕੇ ਗਏ ਹੋਵਾਂਗੇ ਉੱਥੇ ਕਿਤੇ ਦੇਖਿਆ ਹੋਣਾ ਆ ਮੈਨੂੰ ਫੈਡੇ ਨੂੰ ਨਾ ਯੂਕੇ ਤਾਂ ਨਹੀਂ ਮੈਂ ਜਰਮਨ ਰਿਹਾ 2.5 ਸਾਲ 1969 ਚ ਫਿਰ ਆ ਜ਼ਮੀਨ ਦੇ ਚੱਕਰ ਚ ਵਾਪਸ ਮੁੜ ਹੀ ਨਹੀਂ ਹੋਇਆ ਉਹ ਕਿਦਾਂ ਮੈਨੂੰ ਹੁਣ ਸਮਝ ਆਈ ਆ ਕਿਦਾਂ ਅਸੀਂ ਕਲੋਨੇ ਮਿਲੇ ਹੋਣੇ ਆ ਲੈ ਕਲੋਨਾ ਤਾਂ ਕੈਨੇਡਾ ਚ ਨਹੀਂ ਜਾਂ ਕਿਦਾਂ ਕੈਨੇਡਾ ਵੀ ਹੋਊਗਾ ਜੀ ਪਰ ਕਿਦਾਂ ਜਰਮਨ ਹੈਗਾ ਜਾਂ ਕਲੋਨਾ ਮੈਂ ਤਾਂ ਬੰਦੇ ਭੇਜੇ ਆ ਉੱਥੇ ਕਿਦਾਂ ਲੰਡਨ ਚ ਮੇਰਾ ਬਿਜ਼ਨਸ ਹੈ ਨਾ ਬਹੁਤ ਵੱਡਾ ਕਿਦਾਂ ਬੰਦੇ ਮੈਂ ਸਟਾਫ ਦੇ ਉੱਥੇ ਕਿਦਾਂ ਭੇਜਦਾ ਹੀ ਫਿਰ ਆਪਣੇ ਰਹਿਣਾ ਹੈ ਚੰਗਾ ਜੀ ਕਿਦਾਂ ਸੀ ਚੱਲਦੇ ਆ ਨਾ ਕਾਕੇ ਜੀ ਤਾਂ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਜਾਂਦੇ ਹੈ
ਕਿਤੇ ਫੇਰ ਪੀ ਲਵਾਂਗੇ ਹੁਣ ਤਾਂ ਕਿਤੇ ਆਉਂਦੇ ਹੀ ਰਹਿਣਾ ਢਿਆਡੇ ਵਾਲਾ ਸੀ ਅੱਛਾ ਜੇ ਕਿਤੇ ਆਉਣ ਜਾਣ ਲਈ ਗੱਡੀ ਦੀ ਲੋੜ ਪਵੇ ਤਾਂ ਸੰਗੇ ਹੋ ਨਾ 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 ਕਿੱਦਾਂ ਅਸੀਂ ਜ਼ਰੂਰ ਦੱਸਣਾ ਹੈ ਜੀ ਕਿੱਦਾਂ ਹਾਂ ਚੱਲਦੇ ਬਈਆ ਮੁੰਡਾ ਤਾਂ ਮੈਨੂੰ ਬਹੁਤ ਜਚਿਆ ਤੇਰਾ ਕੀ ਖਿਆਲ ਹੈ ਨਾ ਤੁਹਾਨੂੰ ਤਾਂ ਬਾਹਰਲੇ ਸਾਰੇ ਹੀ ਚੰਗੇ ਲੱਗਦੇ ਆ ਨਹੀਂ ਦਿਸ਼ਾ ਨੂੰ ਵੀ ਮੈਨੂੰ ਲੱਗਦਾ ਹੈ ਬਹੁਤ ਚੰਗਾ ਲੱਗੂ ਓ ਤੁੰਨ ਕੇ ਪਾ ਪੰਜਾਬੀਆਂ ਵਾਲਾ ਸ਼ੇਰਿਆ ਤੂੰ ਤਾਂ ਮਿਣ ਮਿਣ ਕੇ ਐ ਪਾਉਣਾ ਜਿਵੇਂ ਸਕਾਚ ਹੁੰਦੀ ਹੈ ਓਏ ਸਾਰੇ ਸਕਾਚ ਦੇ ਕਾਹਦੇ ਮਿਣ ਦਿੰਦਾ ਤੇਰੇ ਵਰਗੇ ਦੋ ਪੈ ਜਾਣਗੇ ਸਕਾਚ ਦੀ ਬੋਤਲ ਦੀਜੇ ਯੂਰ ਯੂਕੇ ਦੀਪਾ ਬਾਈ ਘਰ ਪਿੱਛੋਂ ਵੜਦਾ ਪਹਿਲਾਂ ਮੈਨੂੰ ਸਕਾਚ ਚੜਾਉਂਦਾ ਚੜਾਉਣ ਨੂੰ ਗਾਹਾਂ ਤੂੰ ਸਹੁਰਿਆ ਨੌ ਬੱਤੀਆਂ ਵਾਲਾ ਪੀ ਰਹੇ ਕਿਉਂ ਤੁਸੀਂ ਸਵਾਦ ਖਰਾਬ ਕਰ ਰਹੇ ਹੋ ਮੋਣੀ ਤੂੰ ਨਾ ਦਿਲੀਪ ਸਿੰਘ ਢਿੱਲੋਂ ਨੂੰ ਜਾਣਦਾ ਹੈ ਉਹ ਜਰਮਨ ਵਾਲਾ ਹਾਂ ਜਾਣਦਾ ਉਹ ਕਿਹੋ ਜਿਹਾ ਬੰਦਾ ਹੈ ਬੰਦਾ ਠੀਕ ਹੈ ਵਧੀਆ ਜ਼ਮੀਨ ਜਾਇਦਾਦ ਬਹੁਤ ਹੈ ਕੱਲੀ ਕੁੜੀ ਹੈ ਉਹਦੀ ਪਰ ਇੱਕੋ ਹੀ ਗੱਲ ਤੇ ਅੜਿਆ ਹੋਇਆ ਕਹਿੰਦਾ ਕੁੜੀ ਨੂੰ ਬਾਹਰ ਪਿਆਉਣਾ ਮੁੰਡਾ ਲੱਭਿਆ ਜਿੱਦਾਂ ਉਹਨੂੰ ਪਤਾ ਨੀ ਕਹਿੰਦਾ ਬਾਹਰ ਤੁਸੀਂ ਵੀ ਤਾਂ ਬਾਹਰ ਲਿਆ ਤੁਹਾਡੀ ਗ੍ਰਾਮਾਂ ਗੱਲ ਨਹੀਂ ਕੱਲੇ ਤੇਰੀ ਪਰ ਉਹ ਵੀ ਤਾਂ ਜੇ ਸਕਾਚ ਮਿਲੂ ਓਏ ਸਕਾਚ ਦੀ ਕਿਹੜੀ ਗੱਲ ਮੁੰਡੇ ਦੀ ਗੱਲ ਤੋਰ ਸਕਾਚ ਵੇਚ ਤੇ ਉਹਨੂੰ ਗੋਤੇ ਦੇ ਦੇਣਗੇ ਸਕਾਚ ਦੇ ਵਿੱਚੋਂ ਬੁਲ ਬੁਲ ਕਰਕੇ ਨਿਕਲੂਗਾ ਬਾਹਰ ਪਹਿਲਾਂ ਲੋਕ ਦਾਰੂ ਪੀ ਕੇ ਅੰਗਰੇਜ਼ੀ ਬੋਲਦੇ ਆ ਪਹਿਲੇ ਬੰਦੇ ਆ ਜਿਹੜੇ ਦੇਸੀ ਬੋਲੀ ਜਾਂਦੇ ਆ ਲੈ ਬੇਜਿੰਦ ਹੋ ਜਾਓ ਤੁਹਾਡਾ ਕੰਮ ਹੋ ਜਾਊਗਾ ਕਿੱਥੇ ਬੋਲ ਓਏ ਜੋ ਸ਼ਰਦਾਰਾਂ ਦਾ ਹੁਕਮ ਹੈਲੋ ਪਾਪਾ ਹਾਊ ਆਰ ਯੂ ਆਲ ਗੁੱਡ ਬੇਟਾ ਤੂੰ ਸੁਣਾ ਬਸ ਤੁਹਾਨੂੰ ਤੇ ਮੰਮਾ ਨੂੰ ਮਿਸ ਕਰ ਰਹੀ ਹਾਂ ਬਸ ਆ ਜਾ ਫਿਰ ਸਵੇਰੇ ਹੈ ਤੈਨੂੰ ਮਿਲਾਉਣਾ ਹੈ ਕਿਸੇ ਨਾਲ ਕੋਈ ਐਨਰਾ ਤਾਂ ਨਹੀਂ ਮਿਲ ਗਿਆ ਕਿਹਦੇ ਨਾਲ ਮਿਲਾਉਣਾ ਪਾਪਾ ਬੇਟਾ ਦੋ ਮੁੰਡੇ ਆਏ ਯੂਕੇ ਦੇ ਉਹਨਾਂ ਵਿੱਚੋਂ ਇੱਕ ਤੇਰੇ ਲਈ ਪਰਫੈਕਟ ਮੈਚ ਹੈ ਓ ਗੋਡ ਪਾਪਾ ਤੁਹਾਨੂੰ ਤਾਂ ਸਾਰੇ ਐਨਰਾ ਚੰਗੇ ਲੱਗਦੇ ਨੇ ਨਹੀਂ ਪੁੱਤ ਮੇਰੇ ਕਹੇ ਤੇ ਤੂੰ ਇੱਕ ਵਾਰੀ ਉਹਨੂੰ ਮਿਲ ਲੈ ਓਕੇ ਆ ਜਾਊਂਗੀ ਆ ਜਾ ਪੁੱਤ ਟਾਈਮ ਸਿਰ ਆ ਜੀ ਆ ਜਾਊਂਗੀ ਪਾਪਾ ਰੱਖਦੀ ਹਾਂ ਹੁਣ ਬਾਏ ਜੀਤ ਗੁਰੇ ਆਪਾਂ ਤਾਂ ਹਾਂ ਕਰਨੀ ਨਹੀਂ ਪਾਪਾ ਨੂੰ ਕਾਸ਼ ਮੇਰੇ ਡੈਡੀ ਵੀ ਕੋਈ ਐਨਰੇ ਮੁੰਡਾ ਢੂੰਡਣ ਕਿੰਦਰ ਤਾਂ ਬਿਨਾਂ ਦੇਖੀ ਹਾਂ ਕਰ ਦੂਗੀ ਦੋ ਆਏ ਨੇ ਪਾਪਾ ਨੇ ਤਾਂ ਮੇਰੇ ਲਈ ਇੱਕ ਹੀ ਪਸੰਦ ਕੀਤਾ ਹੈ ਮਰ ਕੇ ਕਿੰਦਰ ਕਰਾ ਦੇ ਦੂਸਰੇ ਨਾਲ ਸੈਟਿੰਗ ਮੈਂ ਤਾਂ ਕਹਾਂ ਇੰਡੀਆ ਨੂੰ ਬਾਏ ਬਾਏ ਟਫਰ ਤੇਰਾ ਦਿਮਾਗ ਸੈੱਟ ਆ ਮੁੰਡਾ ਦੇਖਿਆ ਨਹੀਂ ਕੀਤਾ ਨਹੀਂ ਐਵੇਂ ਕਿਵੇਂ ਵਿਆਹ ਕਰਾ ਲੇਂਗੀ ਦੇਖ ਉਹਨੂੰ ਕੀ ਹੈ 6 ਫੁੱਟ ਨਹੀਂ ਤੇ 5 ਦਾ ਹੋਊਗਾ ਜ਼ਿਆਦਾ ਸੋਹਣਾ ਨਹੀਂ ਤੇ ਘੱਟ ਹੋਊਗਾ ਕਿੰਦਰ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਤਾਂ ਬਸ ਬਾਹਰ ਜਾਣਾ ਓਕੇ ਤੇਰਾ ਫੰਡਾ ਤਾਂ ਬੜਾ ਕਲੀਅਰ ਆ ਚੱਲੀ ਮੇਰੇ ਨਾਲ ਪਿੰਡ ਮੇਰਾ ਤਾਂ ਕੀ ਹੋਣਾ ਤੈਨੂੰ ਸੈੱਟ ਕਰਾ ਦਾਂਗੇ ਹਾਂ ਮੈਂ ਤਾਂ ਕਹਿੰਦੀ ਤੂੰ ਵੀ ਹਾਂ ਕਰਦੀ ਕਿੱਠੀਆਂ ਜਾਵਾਂਗੀ ਅੰਬਾਰ ਕਿੰਦਰ ਤੇਰਾ ਮਨ ਲੱਗ ਕੇ ਰੱਖਿਆ ਕਰੇਗੀ ਲੈ ਹੁਣੇ ਤੇਰੀ ਸਿਫਾਰਿਸ਼ ਕਰਦੇ ਨੇ ਕਿੰਦਰ ਕੁਰੇ ਗੁੱਡ ਆਫਟਰਨੂਨ ਸਰ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਬੇਟਾ ਕੀ ਗੱਲ ਬਾਹਰ ਬੈਠੇ ਧੁੱਪਾਂ ਪੈ ਸਕਨੇ ਹੋ ਕਦੇ ਅੰਦਰ ਜਾ ਕੇ ਲਾਇਬ੍ਰੇਰੀ ਦੀਆਂ ਠੰਡਕਾਂ ਵੀ ਮਾਣ ਲਿਆ ਕਰੋ ਬੇਟਾ ਬਸ ਜਾ ਹੀ ਰਹੇ ਸੀ ਡੈਡ ਸਰ ਕਿੰਦਰ ਕਹਿੰਦੀ ਸੀ ਕਿ ਚਲ ਛੱਡੋ ਸ਼ਰਮਾਂਦੇ ਕਾਇਓ ਪੁੱਤਰ ਦੱਸੋ ਨਾ ਕੀ ਗੱਲ ਹੈ ਨਹੀਂ ਡੈਡੀ ਇਹ ਕਹਿੰਦੀ ਸੀ ਜੇਕਰ ਕਿੰਦਰ ਲਈ ਕੋਈ ਐਨਆਰਏ ਮੁੰਡਾ ਢੂੰਡੇ ਤੇ ਕਿੰਦਰ ਡੈਡੀ ਹਾਂ ਕਹਿਣਗੇ ਨੌਟੀ ਬੜਾ ਨੌਟੀ ਹੈ ਅਸਾਂ ਦਾ ਕਿੰਦਰ ਪੁੱਤਰ ਓਏ ਦੇਸੀ ਹੋਵੇ ਭਾਵੇਂ ਐਨਆਰਆਈ ਅਸਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਲੱਭਣਾ ਤੁਸਾਂ ਨੂੰ ਆਪ ਹੀ ਪੈਣਾ ਅਸਾਂ ਦੇ ਕੋਲ ਟਾਈਮ ਹੈ ਨਹੀਂ ਹੈ ਹਾਏ ਨਹੀਂ ਕਿੰਦਰੇ ਕਾਸ਼ ਮੇਰੇ ਪਾਪਾ ਵੀ ਤੇਰੇ ਪਾਪਾ ਵਰਗੇ ਹੁੰਦੇ ਤੇ ਹਿਸਟਰੀ ਪੜਾਉਂਦੇ ਹੁੰਦੇ ਸੁਣ ਤੈਨੂੰ ਮੁੰਡਾ ਪਸੰਦ ਆਈ ਨਾ ਆਏ ਆਪਣੀ ਪੱਕੀ ਹਾਂ ਹੈ ਚੱਲ ਤੂੰ ਵੀ ਕੀ ਯਾਦ ਰੱਖੇਗੀ ਲੈ ਚੱਲਦੇ ਹਾਂ ਤੈਨੂੰ ਪਿੰਡ ਅੱਗੇ ਤੇਰੇ ਪਾਗ ਲੱਛੀ ਹੈ ਸੋ ਨਾਈਸ ਆਫ ਯੂ ਹੁਣ ਦੇਖੀ ਕਿੰਦਰ ਦਾ ਨਿਸ਼ਾਨਾ ਜੇ ਜਾਂਦਾ ਯੂ ਕੇ ਵਾਲਾ ਨਾ ਫੁੰਟਦਾ ਤਾਂ ਸਾਨੂੰ ਕਿੰਦਰ ਕੀ ਨੇ ਕਹਿਣਾ ਵਾਹ ਕਿਆ ਪੰਜਾਬੀ ਬੋਲੀ ਆ ਫੁੰਟਾ ਕੈਨੂੰ ਕੀ ਲੱਗਦਾ ਦਿਸ਼ੋ ਮੰਜੂ ਕੀ ਕਹਿ ਸਕਦੇ ਆ ਪਹਿਲੀ ਵਾਰੀ ਤਾਂ ਮਿਲੇ ਆ ਹਲੇ ਹਾਂ
दलजीत तो बने आया डीजे सुने नाम है किदा बार तो इदा ही नाम रख लेंदे किदा डीजे एजे एसजे किदा किसी नु कुछ भी चंगा लगदा ओही किदा नाम रख लेंदा ही है सुने नाम है साडा ता किदा नाम ही सोना ही है किंदर ता किदा साड़ी बड़ी सोनी है थैंक यू जिता मैं पंजाब दिखना मंगता है मंगन भी की लोड़ा आज जड़ा चारे पासे तुसी देख रहे हो ना आही पंजाब है पर जिद्दां ही एग्रीकल्चर या ते घर या मैं तो पंजाब दा प्योर कल्चर वेखना मंगता है ओके यू मीन जिद्दां के गज्जे खू जिद्दां ओल्ड टाइप पंजाब राइट जिद्दां तुसी कॉपी पेस्ट बहुत गुड कीता है पर मैं हजे भी उही पंजाब वेखना मंगदा ओल्ड इज गोल्ड जिद्दां तुसी ना थोड़ा जा लेट हो गए आई मीन 40-50 साल पहले होना सी हुन तो पंजाब मॉडर्न हो गया हाई टेक यू नो जिदा अप टू डेट ता सी भी अपने आप नु फॉलो रखी दा या कैन आई आस्क यू समथिंग वेरी पर्सनल डोंट माइंड या श्योर किन्ने का गर्लफ्रेंड्स ने तोड़िया नाउ किदा कच्चियां आईयां हेलो हाय वालियां नेबरहुड ची है किदा सारी ओदा पक्की है नहीं कोई भी तो फिर तुसी किन्ने ना प्री पक्की गर्लफ्रेंड बना लो ना यू श्योर ओह माय गॉड छाल मार देनी कि ਅਸੀਂ ਤੁਹਾਡੇ ਕਾਲਜ ਚ ਆ ਸਕਦੇ ਹਾਂ ਜਿਦ ਗੈਸਟ ਟਾਈਪ ਕਾਲਜ ਯਾ ਜ਼ਰੂਰ ਆਇਓ ਕਾਲਜ ਪਰ ਇੱਕ ਰਿਕੁਐਸਟ ਹੈ ਨਾ ਨਾ ਕਰਿਓ ਯਾ ਰਿਕੁਐਸਟ ਕਰਕੇ ਸਾਡੀ ਬੇਇੱਜ਼ਤੀ ਨਾ ਕਰੋ ਆਪ ਜੀ ਹੁਕਮ ਕਰੋ ਮੈਂ ਨਾ ਮੈਂ ਆਪਣੇ ਦੋਸਤਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਹਾਂ ਜਦੋਂ ਤੁਸੀਂ ਮੈਨੂੰ ਮਿਲਣ ਲਈ ਆਇਓ ਤਾਂ ਗੱਡੇ ਤੇ ਆਇਓ ਗੱਡਾ ਗੱਡੇ ਤੇ ਹੁਣ ਤੁਸੀਂ ਨਾ ਕਹੋਗੇ ਨਾ ਨਹੀਂ 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 I love Gadda. Really? Yeah. Gadda. Yeah, great. Gadda ji kitho milu tai aayega valatiye. Ki lor si ami bharan di. Kudi khedda kardi hai sade naal. Karde hain kuch gaad. O yaar gadde te kal ja ke julus kadona si. ਗੱਡੇ ਬਿਨਾਂ ਪਤਾ ਨਹੀਂ ਕਿਹੜਾ ਗੱਡਾ ਆੜਿਆ ਖੜਾ ਯਾਰ ਉਹਦਾ ਪਰਖਦੀ ਹੈ ਸਾਨੂੰ ਚੱਟ ਨੇ ਵੀ ਫੇਲ ਨਹੀਂ ਹੋਣਾ ਨਾਲੇ ਮੇਰਾ ਕੰਮ ਤਾਂ ਹੋ ਗਿਆ ਤੂੰ ਬੜਾ ਔਖਾ ਹੈ ਤੂੰ ਨਿਕਲ ਜਾ ਕਰ ਆਪਣਾ ਕੰਮ ਅੱਛਾ ਐ ਵਿਚਾਲੇ ਛੱਡ ਕੇ ਕਿਵੇਂ ਨਿਕਲ ਜਾ ਯਾਰੀ ਪਗਾਉ ਪੂਰੀ ਮੈਨੂੰ ਪਤਾ ਹੈ ਤੂੰ ਕਿਹੜੀ ਯਾਰੀ ਨਿਭਾਉਣ ਦੀ ਗੱਲ ਕਰ ਰਿਹਾ ਫਿਰ ਮੁੜਨ ਨੂੰ ਕਿਉਂ ਕਹਿੰਦਾ ਹੈ ਸਮਝੀਦਾ ਹੁੰਦਾ ਵੀਰੇ ਤੇਰੇ ਵੀ ਤੋਤੇ ਉੱਡ ਗਏ ਵੀਰੇ ਬਸ ਕਿੰਡੀ ਨੇ ਦਿਲ ਚ ਫੂਕੀ ਐਸੀ ਮਾਰੀ ਦਿਲ ਦੇ ਤੋਤੇ ਫੁਰ ਇਹ ਕਿਹਨੂੰ ਕਿਹਾ ਬਈ ਤੂੰ ਧਾਰਾਂ ਲੈਣੀਆਂ ਹੈ ਮੁਨੀ ਵੀਰੇ ਆ ਜਾ ਬਹਿ ਜਾ
ਅਸੀਂ ਤੇਰੇ ਵਾਂਗੂ ਬੋਲਣ ਦੀ ਪ੍ਰੈਕਟਿਸ ਕਰਦੇ ਪਏ ਆ ਜਿੱਦਾਂ ਅਸੀਂ ਪੰਜਾਬ ਆਏ ਆ ਕੁਝ ਸਿੱਖ ਕੇ ਜਾਣਾ ਮੰਗਦੇ ਆ ਇਹ ਤਾਂ ਸਿਆਣੀ ਗੱਲ ਹੈ ਬਈ ਨਾ ਇਹ ਤਾਂ ਕਿਦਾਂ ਕਮਲੀਆਂ ਵੀ ਬਹੁਤ ਮਾਰਦਾ ਆ ਇਹ ਕਹਿੰਦਾ ਮੈਂ ਗੱਡੀ ਤੇ ਕਿਦਾਂ ਸ਼ਹਿਰ ਜਾਣਾ ਮੰਗਦਾ ਆ ਇਹ ਕਹਿੰਦਾ ਕਿੱਦਾਂ ਮਿਲਦਾ ਕਿੱਥੇ ਆ ਹੁਣ ਇਹ ਕਹਿੰਦਾ ਕਿੱਦਾਂ ਮੋਣੀ ਨੇ ਜਿਗਾੜ ਕਰ ਦੇਣਾ ਆ ਇਹ ਕਹਿੰਦਾ ਮੋਣੀ ਨੂੰ ਕਹਿਣਾ ਤਾਂ ਐ ਆ ਜਿੱਦਾਂ ਝੋਟੇ ਦੇ ਘਰੋਂ ਲੱਸੀ ਮੰਗਣ ਵਾਲੀ ਗੱਲ ਆ ਅੱਛਾ ਕਿੰਨੇ ਗੱਡੇ ਚਾਹੀਦੇ ਇੱਕ ਕਦ ਸਵੇਰੇ ਚਿੰਗਾਰਿਆ ਮਿਲੂ ਬਲਦਾਂ ਦੇ ਨਾਲ ਬੋਲ ਲੈ ਇਹ ਤਾਂ ਕਿੱਦਾਂ ਗੱਲ ਬਣ ਗਈ ਆਪਣੀ ਆਏ ਕਿਵੇਂ ਬਣ ਗਈ ਗੱਲ ਮੇਰੀ ਸਕਾਚ ਆ ਲੈ ਸਕਾਚ ਦੀ ਕਿਹੜੀ ਗੱਲ ਬੋੜੀਆਂ ਪੜ ਦੇਣੀਆਂ ਤੈਨੂੰ ਸਕਾਚ ਦੀਆਂ ਫੇਰ ਭਾਵੇਂ ਨਹੀਂ ਚੱਲੀ ਲੈ ਫੇਰ ਬਣ ਗਈ ਗੱਲ ਰੱਬ ਨੇ ਦਿੱਤੀਆਂ ਗਾਜਰਾ ਵਿੱਚ ਹੀ ਰੰਬਾ ਰੱਖ ਤੈਨੂੰ ਆ ਵੀ ਆਉਂਦਾ ਕਿੱਦਾਂ ਮਜੇ ਟੰਗ ਤੇ ਕਿੱਦਾਂ ਸਭ ਦੀ ਸੇਮ ਹੀ ਆ ਹੱਸੀ ਬਾਅਦ ਚ ਪਹਿਲਾਂ ਗੱਡਾ ਕਾਲ ਕਰ ਠੀਕ ਹੈ ਕਾਲ ਕਰ ਠੀਕ ਹੈ ਦਿਸ਼ੂ ਜੇ ਤੂੰ ਹੁਣ ਮੈਰਿਜ ਦਾ ਡਿਸੀਜਨ ਹੀ ਲੈਂਗੀ ਤੇ ਕਿੰਦਰ ਪੁੱਛਣਾ ਚਾਹੁੰਦੀ ਹੈ ਫੇਰ ਕਦੋਂ ਲੈਂਗੀ ਤੂੰ ਮੈਰਿਜ ਨੂੰ ਕੀ ਪੀਐਚਡੀ ਦੀ ਡਿਗਰੀ ਬਣਾਈ ਫਿਰਦੀ ਹੈ ਕਿੰਦਰ ਯੂ ਕਿਉਂ ਕੋ ਮੈਂ ਕਿੰਦੀ ਵਾਟ ਯੂ ਕਿਉਂ ਵਾਲੇ ਨੇ ਕੈਨੇਡਾ ਨਾ ਉਹ ਤੇਰੀ ਪਹਿਲੀ ਮੁਲਾਕਾਤ ਹੀ ਨਹੀਂ ਅੱਗੇ ਨਿਕਲ ਗਏ ਤੇਰਾ ਕੁਝ ਨਹੀਂ ਹੋਣਾ ਕਿੰਦਰ ਤੇਰੇ ਜੀ ਫਰੈਂਡ ਨੇ ਨਾ ਹੋਣ ਵੀ ਨਹੀਂ ਦੇਣਾ ਕੀ ਲੋੜ ਸੀ ਗੱਡੀ ਦੀ ਸ਼ਰਤ ਰੱਖਣ ਵਾਸਤੇ ਨਾ ਉਹਨਾਂ ਨੂੰ ਗੱਡਾ ਮਿਲੇ ਤੇ ਨਾ ਉਹਨਾਂ ਨੇ ਆਉਣਾ ਆਹੀ ਤਾਂ ਮੈਂ ਚਾਹੁੰਦੀ ਹਾਂ ਕਿ ਉਹਨਾਂ ਨੂੰ ਗੱਡਾ ਨਾ ਮਿਲੇ ਤੇ ਉਹ ਨਾ ਆਉਣ ਇਹਨੇ ਚੰਗੇ ਮੁੰਡੇ ਹੱਥ ਚ ਨਿਕਲ ਜਾਣੇ ਆ ਉਹ ਰਹਿੰਦੇ ਵਾਓ ਗ੍ਰੇਟ ਨਿਕਲ ਜਾਣੇ ਸੀ ਕੀ ਹੋਇਆ ਉਹ ਦੇਖ ਦੇ ਉਹ ਦੇਖ ਓ ਗੋਡ ਬੰਦੇ ਤਾਂ ਬੜੇ ਟੀਟ ਹੈ ਟੀਟ ਨਹੀਂ ਕਮਿਟਡ ਯੂ ਕਿਰੇ ਮੁੰਡੇ ਕਮਿਟਡ ਹੈ ਸ਼ਰਮ ਰੁਕੋ 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 ਕੋਈ ਆ ਕੀ ਆ ਬਈ ਹੈਲੀਕਾਪਟਰ ਹੈ ਦਿਸਦਾ ਨਹੀਂ ਗੱਡਾ ਕੋਈ ਉਹ ਤਾਂ ਮੈਨੂੰ ਪਤਾ ਹੈ ਪਰ ਅੰਦਰ ਕਿਵੇਂ ਚਲਾ ਕੇ ਲੈ ਕੇ ਆਏ ਆ ਧੱਕਾ ਦੇ ਕੇ ਤਾਂ ਨਹੀਂ ਲੈ ਕੇ ਆਏ ਦੱਸ ਮੈਂ ਅੱਗੇ ਨਹੀਂ ਜਾਣਦੇ ਇਹਨੂੰ ਪਾਰਕਿੰਗ ਲਾ ਕਿਉਂ ਗੱਡਾ ਪਾਰਕਿੰਗ ਚਲਾਈ ਦਾ ਹੁੰਦਾ ਵੀਰ ਜੀ ਤੁਸੀਂ ਫਿਕਰ ਨਾ ਕਰੋ ਕੋਈ ਗੜਬੜ ਨਹੀਂ ਹੋਏਗੀ ਪ੍ਰੋਫੈਸਰ ਚਾਵਲਾ ਦੇ ਗੈਸਟ ਨੇ ਉਹ ਤਾਂ ਠੀਕ ਹੈ ਜੀ ਜੇ ਬਾਦਾਂ ਨੇ ਅੰਦਰ ਗੰਦ ਪਾਤਾ ਚੱਕੂ ਕੌਣ ਆ ਬਾਲਦਾਂ ਦੇ ਕਿੱਦਾਂ ਹੁਣ ਡਾਇਪਰ ਲਾ ਦਿਓ ਬਾਦ ਕਿੱਦਾਂ ਤੁਹਾਨੂੰ ਗੰਦ ਪਾਉਂਦੇ ਦੁੱਖਦੇ ਇੱਥੇ ਇੰਡੀਆ ਦੇ ਵਿੱਚ ਮੈਂ ਦੇਖਿਆ ਜੇ ਕਿੱਦਾਂ ਲੋਕਾਂ ਨੇ ਕੰਧਾਂ ਨਾਲ ਖੜ ਖੜ ਕੇ ਕੰਧਾਂ ਦੇ ਪਲਸਤਰ ਝਾੜੇ ਹੋ ਆ ਹੇ ਸਤਿ ਸ਼੍ਰੀ ਅਕਾਲ ਹਾਈ ਦਿਸ਼ਾ ਜੀ ਜਿੱਦਾਂ ਅਸੀਂ ਥੱਲੇ ਆ ਜੀ ਨਾਈਸ ਰਹੂਗਾ ਯੈਸ ਯੈਸ ਆਫ ਕੋਰਸ ਪਲੀਜ਼ ਚਲੀ ਜੀ ਹੈਲੋ ਗੱਡਾ ਯੋ ਕਿਹਾ ਸੀ ਦੋ ਬਲਦਾਂ ਕਿ ਸਿੰਗਲ ਵਾਲਾ ਚਾਹੀਦਾ ਸੀ ਵੈਸੇ ਐਡੀ ਵੀ ਗੱਲ ਨਹੀਂ ਮੈਂ ਤਾਂ ਜੀ ਟੋਟਲੀ ਇੰਪ੍ਰੈਸ ਹੋ ਗਈ ਇਹ ਗੱਡੇ ਵਾਲੀ ਗੱਲ ਤੋਂ ਕਿੱਥੋਂ ਲੈਂਦਾ ਤੁਸੀਂ ਅਜੇ ਤਾਂ ਜੀ ਕਿੱਦਾਂ ਬੜੇ ਟੱਕੇ ਖਾ ਖਾ ਮਿਲਿਆ ਆ ਪਹਿਲੇ ਤਾਂ ਅਸੀਂ ਮਿੰਤਾ ਕੀਤੀਆਂ ਗੱਡੇ ਵਾਲੇ ਦੀਆਂ ਫੇਰ ਕਿਤੇ ਬੋਲਦਾਂ ਦੇ ਪੈਰੀ ਪਏ ਜਾ ਕੇ ਜੀ ਫੇਰ ਕਿਤੇ ਗੱਲ ਬਣੀ ਆ ਪਰ ਉਹ ਕਹਿੰਦੇ ਹੁੰਦੇ ਆ ਨਾ ਜੀ ਕਿ ਇਸ਼ਕ ਮਿੰਤਹਾਨ ਛੋਟਾ ਕਿਆ ਔਰ ਵੱਡਾ ਕਿਆ ਆਪਕੇ ਲਈ ਤਾਂ ਬੰਬੂ ਕਾਟ ਹਾਜ਼ਰ ਹੈ ਇਹ ਗੱਡਾ ਕਿਆ ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕੀਤਾ ਸੀ ਤੁਸੀਂ ਤਾਂ ਦਿਲ ਨੂੰ ਹੀ ਲਾ ਗਏ ਯੂ ਰਾਈਟ ਜਿਹਦਾ ਕਿ ਅਸੀਂ ਦਿਲ ਨੂੰ ਲਾ ਲਈ ਤੇ ਦਿਲ ਨੂੰ ਲੱਗੀ ਸਿੱਧਾ ਤੌਰ ਤੱਕ ਜਾਂਦੀ ਆ ਓਹੋ ਬੜੇ ਰੱਟੇ ਲਾਈਨੇ ਡਾਇਲੌਗਸ ਦੇ ਟੈਲ ਮੀ ਸਮਥਿੰਗ ਅੱਜ ਕੀ ਕੋਈ ਕੋਚਿੰਗ ਲੈ ਰਹੇ ਹੋ ਨਹੀਂ ਨੋ 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 ਪਿਆਰ ਦੀ ਤਾਂ ਇੱਕੋ ਇੱਕ ਹੀ ਪੜ੍ਹਾਈ ਆ ਜਿਹੜੀ ਬੰਦੇ ਨੂੰ ਆਪ ਸਿੱਖਣੀ ਪੈਂਦੀ ਆ ਓ ਗੈਟ ਇਟ ਇਹ ਕੀ ਹੋ ਰਿਹਾ ਕੌਣ ਤਬਖਤ ਲੈ ਕੇ ਹੈ ਬੈਲ ਗੱਡੀ ਡੈਡੀ ਜੀ ਯੂਕੇ ਵਾਲੇ ਆ ਅਸੀਂ ਬੁਲਾਏ ਨੇ ਓ ਇਹ ਤਾਂ ਤੂੰ ਨੇ ਪੁੱਤਰ ਤੂੰ ਸਾਲਾ ਕਿਹੜਾ ਹੈ ਪਾਗ ਵਾਲਾ ਸੋਨੇ ਡੀਜੇ ਮੇਰੇ ਡੈਡੀ ਹਾਈ ਡੈਡ ਕੀ ਸਸਿਕਾਲ ਅੰਕਲ ਸਸਿਕਾਲ ਸਸਿਕਾਲ ਬੇਟਾ ਗੱਡੇ ਤੇ ਕਿਉਂ ਆਏ ਜੇ ਅੰਕਲ ਕਿਤੇ ਅਸੀਂ ਮਹਿੰਗੀਆਂ ਗੱਡੀਆਂ ਦੀ ਸਟੇਅਰਿੰਗ ਤੇ ਗੇਅਰਾਂ ਤੋਂ ਤੰਗ ਆਏ ਹੋ ਜਸਟ ਫੋਰ ਚੇਂਜ ਯੂ ਨੋ ਵੈਸੇ ਵੀ ਅਸੀਂ ਕਿਤੇ ਪੰਜਾਬ ਦੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਬਹੁਤ ਅੱਛੇ ਬਹੁਤ ਅੱਛੇ ਵੈਸੇ ਪੈਟਰੋਲ ਵੀ ਮਹਿੰਗਾ ਹੋ ਗਿਆ ਨਾ ਤੁਸੀਂ ਕਰੋ ਗੱਪਸ਼ਪ ਮੈਂ ਚੱਲਦਾ ਵੈਸੇ ਕਾਕਾ ਬਹੁਤ ਸੋਹਣਾ ਹੈ ਅੱਛਾ ਅੰਕਲ ਕਿਤੇ ਅੰਕਲ ਮੇਰੇ ਬਾਰੇ ਗੱਲ ਕਰਦੇ ਲੱਗ ਜੀ ਅੱਛਾ ਦੱਸੋ ਕੀ ਪੀਓਗੇ ਚਾਹ ਕਾਫੀ ਵਗੈਰਾ ਕੁਝ ਤੁਸੀਂ ਦੱਸੋ ਜਿੱਦਾਂ ਪਹਿਲਾਂ ਰਾਈਡ ਲੈਣੀ ਆ ਗੱਡੇ ਦੀ ਰਾਈਡ ਗੱਡਾ ਲਿਆਂਦਾ ਆ ਠੀਕ ਹੈ ਜੇ ਰਾਈਡ ਦੇਣੀ ਆ ਤਾਂ ਇੱਕ ਸ਼ਰਤ ਹੈ ਹੁਣ ਕੋਈ ਸ਼ਰਤ ਨਹੀਂ ਰੱਖਣੀ ਆਹ ਤੇ ਹੋਰ ਸ਼ਰਤਾਂ ਕਿਤੇ ਸ਼ਰਤਾਂ ਨਾਲ ਕਿਦਾਂ ਪਿਆਰ ਪੈਂਦਾ ਆ ਦੱਸ ਉਹ ਜਿੱਦਾਂ ਤੁਸੀਂ ਕੁਝ ਕਹਿਣਾ ਮੰਗਦੇ ਸੀ ਪੈਟ ਸ਼ਰਤ ਓ ਰਾਈਟ ਤੁਸੀਂ ਨਾ ਆਈ ਕਰਿਓ ਕੱਲ ਨੂੰ ਪੂੰਡ ਲੈ ਕੇ ਆਇਓ ਪੂੰਡ ਯਾ ਪੱਬਾ ਪੂੰਡ ਤਿੰਨ ਟਾਇਰਾਂ ਵਾਲਾ ਥ੍ਰੀ ਟਾਇਰਸ
You know, black and yellow, desi cab. Oh, that they ride lavange. Oh, yeah. Okay? Done. DJ, DJ, let's go. Sorry, kid, don't jana penanya. See you. Chika ji. Bye. Phir jidda poont te milte hain. Yeah. Okay. See you. Let's go, Baba ji. ਵੈਸੇ ਮੈਂ ਹਿਸਾਬ ਲਾ ਲਿਆ ਨਾ ਤੇਲਾਂ 'ਚ ਤੇਲ ਹੈ ਨਹੀਂ ਕੱਲ੍ਹ ਨੂੰ ਕਹੋਗੇ ਰੇਲ ਗੱਡੀ 'ਤੇ ਆ ਜਾ ਕਿੱਥੋਂ ਲੈਣਾ ਵਿਛਾਉਂਦੇ ਫਿਰਾਂਗੇ ਹੁਣ ਤਾਂ ਭਾਵੇਂ ਪੰਡੂਬੀ 'ਚ ਆਉਣ ਨੂੰ ਕਵੇ ਮੈਂ ਤਾਂ ਲੈ ਕੇ ਆਊਂਗਾ ਬਾਏ ਯੇ ਆਈ ਲਵ ਯੂ ਟੂ ਯੇ ਹੋ ਕਰਮ ਵਾਲੇ ਪੀਣ ਸਖੋ ਚਾ ਮਾੜੀ ਗਿੱਜ ਗਏ ਨੇ ਸੀਤੇ ਆਹ ਬੜੀਆਂ ਸਬਜ਼ੀਆਂ ਕੱਟੀਆਂ ਜਾ ਰਹੀਆਂ ਬਈ ਬੜੀਆਂ ਤਾਂ ਨਹੀਂ ਇੱਕੋ ਹੀ ਆ ਸਾਗ ਬਣਾਉਣ ਲੱਗੀ ਆ ਰਹਿਣ ਦੇ ਨਹੀਂ ਖੇਚਲ ਨੂੰ ਸਾਦਾ ਜਿਹਾ ਹੀ ਰੱਖ ਕੰਮ ਲੈ ਸਾਗ ਤੋਂ ਥੱਲੇ ਆ ਦੱਸ ਕੀ ਘਾਹ ਬਣਾ ਦਿਆਂ ਘਰ ਕੀ ਤਾਂ ਆਪਣੀ ਬੈਠੀ ਐ ਸਾਗ ਕਰਕੇ ਕੱਪੜੇ ਪਾ ਕੇ ਸਾਗ ਚੀਰਦੀਆਂ ਭਾਬੀ ਕੀ ਹਾਲ ਆ ਹਲ ਸਤਿ ਸ਼੍ਰੀ ਅਕਾਲ ਨਹੀਂ ਬੁਲਾ ਹੁੰਦੀ ਕਿਤੇ ਤੂੰ ਸਤਿ ਸ਼੍ਰੀ ਅਕਾਲ ਲਾਈਕ ਕਰਦਾ ਐ ਤੇਰੇ ਸਤਿ ਸ਼੍ਰੀ ਅਕਾਲ ਬੁਲਾ ਦੀ ਸਤਿ ਸ਼੍ਰੀ ਅਕਾਲ ਅੰਕਲ ਜੀ ਅੱਛਾ ਇਹ ਮਿੱਠੋ ਭਾਬੀ ਤੇ ਅਸੀਂ ਅੰਕਲ ਹੋ ਗਏ ਹੈ ਇਦਾਂ ਹੀ ਆ ਫੇ ਹੁੰਦਾ ਯਾ ਕਿਦਾਂ ਤੇਰਾ ਹਬੀ ਜੈਲਸ ਹੈ ਲੈ ਕਿਦਾਂ ਹੁਣ ਮਾਰ ਆ ਲੈ ਵੀ ਮੋਣੀ ਪੜਾ ਤੇਰੀ ਸਕਾਚ ਪੈ ਗਿਆ ਕੋਸ਼ਿਆ ਐਸ਼ ਕਰ ਸਤਿ ਸ਼੍ਰੀ ਅਕਾਲ ਜੀ ਓ ਹੈਲੋ ਹੈਲੋ ਕਰਿਆ ਕਰ ਹੱਥ ਮਲਾਇਆ ਕਰ ਮਾਇਨ ਨਹੀਂ ਕਰੀਦਾ ਹੁੰਦਾ ਅਸ਼ੀ ਨਾਲੇ ਆ ਕੀ ਕਾ ਫੂਜਾ ਕੱਟੀ ਜਾਣੀ ਮੁਰਗਾ ਸ਼ਰਗਾ ਧਰ ਭਰਾ ਆਇਆ ਬਾਹਰੋਂ ਆਪਣੇ ਹੈ ਮੈਂ ਆਇਆ ਵੀ ਗਲਾਸੀਆਂ ਲੈ ਕੇ ਹੁਣ ਤਾਂ ਭਾਵਾਂ ਦੀ ਗਲਾਸੀ ਨਾ ਵੀ ਲੱਪੇ ਨੇ ਕਿਤੇ ਬੋਕਣ ਵਾਲੀ ਪੀ ਲੈਣੀ ਆ ਓ ਤੇਰੀ ਓ ਇਹਨਾਂ ਦਾ ਬੁੱਕ ਬਾਰੇ ਵੀ ਪਤਾ ਹੈ ਇੰਟੈਲੀਜੈਂਟ ਨੇ ਵੀ ਮੁੰਡੇ ਹੈ ਸ਼ੇਰਿਆ ਆਪਾਂ ਟੋਰਾਂਟੋ ਚ ਕੋ ਵਧੀਆ ਜੀ ਭਈਆ ਰਾਣੀ ਦੇਖ ਕੇ ਨਾ ਤੇਰੇ ਸ਼ੇਰੇ ਨੂੰ ਕੈਨੇਡਾ ਸੈੱਟ ਕਰ ਦੇਣਾ ਪਹਿਲਾਂ ਆਪ ਤਾਂ ਸੈੱਟ ਹੋ ਜੀ ਹਲੇ ਸੈੱਟ ਹੋਈ ਨਹੀਂ ਸੁਣੋ 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 ਸਾਡੀ ਮਿਸਿਸ ਰੁਪਿੰਦਰ ਗਰੇਵਾਲ ਨੇ ਫਰਮਾਇਸ਼ ਕੀਤੀ ਹੈ ਕਿ ਉਹਨਾਂ ਨੂੰ ਭੂੰਡ ਦੀ ਰਾਈਡ ਚਾਹੀਦੀ ਹੈ ਵਾਹ 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 ਓਏ ਗੱਲ ਸੁਣੀ ਦੀ ਹੁੰਦੀ ਹੈ ਉਹ ਜਿਗਰ ਮੁਰਾਦਾਬਾਦੀ ਦੇ ਸ਼ੇਰ ਸੁਣਾਉਂਦਾ ਤਾਂ ਵਾਹ 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 ਗੱਲ ਸੁਣ ਜੀ ਹੁਕਮ ਕਰੋ ਉਹ ਦੇਸ਼ਾ ਜੀ ਨੂੰ ਭੂੰਡ ਚਾਹੀਦਾ ਲੈ ਇਹਦੇ ਜੀ ਨੂੰ ਕੀ ਕਹਿਣਾ ਇਹ ਤਾਂ ਆਪ ਹੀ ਸਵੇਰੇ ਜਾ ਕੇ ਪਾਥੀਆਂ ਚੋਂ ਫੜ ਲਿਆਉਣਾ ਆਪਾਂ ਸਵੇਰ ਕੀ ਨੇ ਦੇਖਿਆ ਓਏ ਹੁਣੇ ਮੰਗਾ ਦਾ ਨੇ ਆਪਾਂ ਜੇਰੇ ਭੂੰਡ ਫੜ ਕੇ ਲੈ ਕੇ ਆਓਏ ਓਏ ਉਹ ਵਾਲਾ ਭੂੰਡ ਨਹੀਂ ਓਏ ਤਿੰਨ ਟੈਰਾਂ ਵਾਲਾ ਭੂੰਡ ਕਾਲਾ ਪੀਲਾ ਬਲੈਕ ਯੈਲੋ ਸਵਾਰੀਆਂ ਵਾਲਾ ਓਕੇ ਉਹ ਜਿਹਦੇ ਚ ਸਾਰੀ ਸੱਤ ਦੀ ਥਾਂ ਹੁੰਦੀ ਹੈ 70 ਸਵਾਰੀਆਂ ਵਿੱਚ ਬਿਠਾਈਆਂ ਹੁੰਦੀਆਂ ਕਹਿੰਦਾ ਹੋਰ ਬਹਿ ਜਾ ਹੋਰ ਬਹਿ ਜਾ ਅੱਛਾ 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 ਰਾਮੇ ਵਾਲਾ ਭੂੰਡ ਗਾਉ ਫੇਰ ਹੁਣ ਹੁਣੀ ਮੰਗਾ ਦਿੰਦੇ ਆਪਾਂ ਕੀ ਗੱਲ ਮੋਣੀ ਵੀਰਾ ਜਿੰਦਾਬਾਦ ਮੋਣੀ ਵੀਰਾ ਜਿੰਦਾਬਾਦ ਹੈਲੋ ਮੋਣੀ ਹੈਲੋ ਮਾਣੀ ਵੀਰਾ ਜਿੰਦਾਬਾਦ ਬੋਲਦਾ ਓਏ ਰਾਮੇ ਮੇਰੇ ਨਾਲ ਰੱਬ ਵਰਗੇ ਵੀਰ ਆਇਆ ਓਏ ਲੰਡਨ ਤੋਂ ਲੰਡਨ ਤੋਂ ਕੌਣ ਆਇਆ ਆਇਆ ਹੋਊਗਾ ਕੋਈ ਆਪਾਂ ਵੀ ਲੈਣਾ ਹਾਂ ਸਾਨੂੰ ਵੀ ਸਾਲਾ ਸਾਲ ਤੁਰਿਆ ਕਰਦਾ ਉਹਨਾਂ ਨੂੰ ਯਾਰ ਭੂੰਡ ਚਾਹੀਦਾ ਤੜਕੇ ਸਾਜਰੇ ਟਾਈਮ ਸਿਰ ਆ ਜੀ ਪੈਸੇ ਜਿੰਨੇ ਤੂੰ ਕਹੇ ਉਹਨੇ ਆ ਜੀ ਪੱਕਾ ਲਵ ਯੂ ਰਾਮੇ ਲੈਵੜੀ ਜੇ ਕਰਦਾ ਤੇਰਾ ਕੰਮ ਸਹਿਸਾਨ ਕੀਤਾ ਓਏ ਸਾਡੇ ਕੰਮ ਤੂੰ ਨੀ ਕਰਦੇ ਤਾਂ ਹੋਰ ਕਿਹਨੇ ਕਰਨੇ ਆ ਕੇ ਕਿਉਂ ਮੈਂ ਤੇਰਾ ਸੀਰੀ ਲੱਗਿਆ ਓਏ ਹੋਰ ਟੋਨੀ ਬਲੇਅਰ ਦਾ ਸੀਰੀ ਰੱਖਿਆ ਹੋ ਤੂੰ ਓਏ ਮੋਹਨ ਸਿੰਘ ਨੂੰ ਹੋਏ ਕੇ ਤੂੰ ਕਿੱਦਾਂ ਰੋ ਪਾਉਣ ਲੱਗਿਆ ਸਾਰੇ ਸਾਡੇ ਜੀਰਕਪੁਰ ਰਾਹੀਂ ਲੱਤਾਂ ਭਾਂਦੂ ਤੇਰੀਆਂ ਲੰਡਨ ਚ ਵੀ ਜੀਰਕਪੁਰ ਹੈਗੀ ਓ ਸਾਥੀਓ ਸਾਥੀਓ ਕੰਮ ਬਣ ਚੁੱਕਾ ਹੈ ਭੂੰਡ ਦਾ ਇੰਤਜ਼ਾਮ ਹੋ ਚੁੱਕਾ ਹੈ ਸੋ ਮੋਣੀ ਵੀਰਾ ਜਿੰਦਾਬਾਦ ਮੋਣੀ ਵੀਰਾ ਜਿੰਦਾਬਾਦ ਮੋਣੀ ਵੀਰਾ ਉੱਠ ਕੇ ਦੇਖ ਲਈ ਮੋਣੀ ਮੋਣੀ ਹੋਈ ਪਈ ਐ ਮੋਣੀ ਲਗਾ ਸ਼ੈਟ ਹੋਏ ਸ਼ਰੇ ਦਾ ਇਸ਼ਕ ਐਸ਼ ਮੈਨੂੰ ਵੀ ਕੋਣੀ ਪਊਗੀ ਮੋਣੀ ਪਾ ਨੇ ਟੈਂਪੂ ਮੰਗਾਇਆ ਸੀ ਫੋਨ ਕਰਕੇ ਲੈ ਉਹਨੇ ਕੀ ਟੈਂਪੂ ਸਿਰ ਚ ਮਾਰਨਾ ਮੋਣੀ ਜਿੰਦਾਬਾਦ ਵੇ ਮੋਣੀ ਜਿੰਦਾਬਾਦ ਵੇ ਭੂੰਡ ਕੀ ਦੀ ਮਕਾਨ ਜਾਣ ਨੂੰ ਬੁਲਾਇਆ ਮੈਂ ਭੂੰਡ ਕੀ ਕਰਨਾ ਮੇਰੇ ਕੋਲ ਆਪਣੀ ਕਾਰ ਹੈਗੀ ਡੱਕਰ ਦੇ ਉਹਨੂੰ
ਚੰਗਾ ਦੇਖ ਕਿਵੇਂ ਮੁਸ਼ਕਲ ਲਾਇਆ ਸਾਰੇ ਘਰ ਮੇਰਾ ਮਿਆ ਅਸੀਂ ਤਾਂ ਕੋਈ ਟੈਂਪੂ ਨਹੀਂ ਮੰਗਾਇਆ ਤੈਨੂੰ ਐਵੇਂ ਖਾਦੀ ਪੀਤੀ ਚ ਭੁਲੇਖਾ ਲੱਗ ਗਿਆ ਤੂੰ ਜਾ ਜਾ ਕੇ ਆਪਦਾ ਕੰਮ ਕਰ ਪੈਗ ਤਾਂ ਮੈਂ ਦੂਰੀ ਲਾਏ ਸੀ ਹਾਂ ਵੀਰੇ ਕਿੱਦਾਂ ਭੂੰਡ ਰੈਡੀ ਆ ਕਿਹੜਾ ਭੂੰਡ ਕਿਹਨੂੰ ਰਾਤ ਤੂੰ ਫੋਨ ਤੇ ਨਹੀਂ ਸੀ ਗੱਲ ਕੀਤੀ ਕਿਹਨੂੰ ਸੀ ਕਾਲਜ ਲੈ ਕੇ ਜਾਣਾ ਜਾਂ ਕਿੱਦਾਂ ਉਹ ਤਾਂ ਯਾਰ ਮੇਰੇ ਦਿਮਾਗ ਚੋਂ ਨਿਕਲ ਗਈ ਮੋੜ ਤਾਂ ਮੈਂ ਓ ਸ਼ਿਟ ਹੁਣ ਹੁਣ ਤਾਂ ਵੀਰੇ ਔਖਾ ਇਹ ਤੂੰ ਕਿੱਦਾਂ ਠੀਕ ਨਹੀਂ ਕੀਤਾ ਯਾਰ ਹੋਰ ਭੁਲਾ ਲੈ ਸਕਾਚ ਇਹਨੂੰ ਕਿੱਦਾਂ ਇਹ ਤੂੰ ਯਾਰ ਮਾਰ ਕੀਤੀ ਹੈ ਕਿੱਦਾਂ ਸਾਡੇ ਨਾਲ ਤੂੰ ਪੱਛਦੀ ਨੇ ਪੀਂਦਾ ਖਾਤੇ ਆ ਤੂੰ ਬੰਦਾ ਹੈ ਚਾਵਾ ਚਾਵਾ ਨਾ ਕਹੀ ਯਾਰ ਬਾਲਾ ਦੇਸੀ ਹੋ ਜਾਂਦਾ ਯਾਰ ਅਸੀਂ ਅਸੀਂ ਤੈਨੂੰ ਸਕਾਚ ਪਲਾਈ ਆ ਕੀ ਤੇ ਤੈਨੂੰ ਆ ਕੇ ਗਲਤੀ ਹੋ ਗਈ ਭੂੰਡ ਮੰਗਿਆ ਸੀ ਤੇ ਤੋਂ ਕਿਤੇ ਹੋਰ ਹੀ ਚਲੇ ਜਾਂਦੇ ਚੰਗਾ ਰਾਤੀ ਪ੍ਰੋਮਿਸ ਕੀਤਾ ਸੀ ਤੂੰ ਭੂੰਡ ਕਿਉਂ ਤੁਸੀਂ ਮੈਨੂੰ ਮਖਿਆਲ ਵਾਂਗੂ ਚੰਬੜਿਓ ਆ ਫੜ ਤੂੰ ਦਾਚਣ ਕਰ ਮੈਂ ਭੂੰਡ ਲੈ ਕੇ ਆਉਣਾ ਫਿਰੇ ਮੂੰਹ ਤੇਰਾ ਕਿੱਦਾਂ ਬੋਲਦਾ ਆ ਤੈਨੂੰ ਕੀ ਲੱਗਦਾ ਲਿਆਊਗਾ ਚਿੰਤਾ ਨਾ ਕਰ ਜਿੰਨੀ ਉਹਦੇ ਨਾਲ ਕੁੱਤੇ ਖਾਣੀ ਹੋ ਗਈ ਨਾ ਇਹਦਾ ਤਾਂ ਬੁੜਾ ਵੀ ਲਿਆਊ ਹੁਣ ਭੂੰਡ जे तुसा बोर हो रहे हैं तो नेक्स्ट टाइम भूंड च जिदा एलसीडी लवा देनी है नहीं एक्चुअली मैं ये सोच रही थी कि जिदा भूंड आशका नु भूंड थियाना नहीं ਇਹਨਾਂ ਨੇ ਮੁੜ ਕੇ ਆਉਣਾ ਨਹੀਂ ਕਿ ਨਹੀਂ ਕਿਦਾਂ ਮੈਂ ਸੋਚਦਾ ਸੀ ਆਪਾਂ ਕਿਦਾਂ ਚੰਡੀਗੜ੍ਹ ਵੀ ਸੈਟਲ ਹੋ ਸਕਦੇ ਆ ਨੋ ਇਦਾਂ ਨਹੀਂ ਕਿ ਮੈਨੂੰ ਮੈਂ ਕਿਤੇ ਸੋਚਦਾ ਵਿਆਹ ਤੋਂ ਬਾਅਦ ਚੰਡੀਗੜ੍ਹ ਕੋਠੀ ਪਾ ਕੇ ਕਿਦਾਂ ਇੱਥੇ ਰਹਿ ਲਵਾਂਗੇ ਮੈਨੂੰ ਤਾਂ ਚੰਡੀਗੜ੍ਹ ਨਾ ਵੀ ਬੜਾ ਲੱਗਦਾ ਬਸ ਇਹਨੇ ਗੱਲ ਆ ਆਪਾਂ ਕਿਤੇ ਚੰਡੀਗੜ੍ਹ ਦਾ ਨਾਮ ਹੀ ਬਦਲ ਦੇਣਾ ਤੇਰੇ ਨਾਂ ਤੇ ਰੱਖ ਦੇਣਾ ਆ ਚੰਡੀਗੜ੍ਹ ਦਿਸ਼ਾ ਜੀ ਫਿਰ ਅਗਲੀ ਸ਼ਰਤ ਕਿਹੜੀ ਹੈ ਜਿੱਦਾਂ ਝਿਜ ਕੋ ਨਾ ਹੁਣ ਤਾਂ ਤੁਸੀਂ ਹੋ ਆ ਜੋ ਆ ਜਿੱਦਾਂ ਤੁਸੀਂ ਕਹਿਣਾ ਉਹੀ ਹੋਣਾ अच्छा हाँ जी फिर तुसी कल नु आयो आ जांगे कल्ले हां जी कल्ले कल्ले की हो गया कल्ले नु संग लग दिया ला संग नाले दिन ता सी जम्मे नहीं जिद्दा तुसी ए दसो अगली सवारी केड़ी चाहिदी आ जो थनु चंगा लगे वेख लो नाल बैना पैना या बैठ जांगी हुन भी ता नाल ही बैठी है ना फस गई ठीक है कल सवेरे दी सोचदा जिद्दा बैठो किथे और किथे कैरियर किथे ਕੈਰੀਅਰ ਤੇ ਜਿੱਦਾਂ ਹੁਣ ਤੁਹਾਡੇ ਨਾਲ ਹੀ ਬਣੂਗਾ ਝਟਦਾ ਜਿਵੇਂ ਨਾ ਬੈਠਾ ਪਹਿਣਾ ਤਾਂ ਪਹਿਣਾ ਆ ਜਿੱਦਾਂ ਮੈਂ ਗੱਦਾ ਲੈ ਕੇ ਆਇਆ ਪੂੰਡ ਲੈ ਕੇ ਆਇਆ ਆਪਣੀ ਟਰਨ ਆਈ ਤੇ ਮੈਂ ਨਹੀਂ ਐਡੀ ਵੀ ਗੱਲ ਨਹੀਂ ਬਹਿ ਜਾਨੀ ਆ ਪ੍ਰੋਮਿਸ ਜੋ ਕੀਤਾ ਸੀ ਦੱਸੋ ਦਿਸ਼ਾ ਜੀ ਕਿਹੜੀ ਦਿਸ਼ਾ ਚ ਜਾਣਾ ਮੰਗਦੇ ਆ ਲੌਂਗ ਡਰਾਈਵ ਤੇ ਬਹਿਤਾ ਗਈਆਂ ਜਿੱਥੇ ਮਰਜ਼ੀ ਲੈ ਚੱਲ ਸਦਕੇ ਕਿਹਦੇ ਸ਼ਕਲ ਬਣਾਉਣ ਵਾਲੇ ਦੀ ਮੁੰਡੇ ਤਾਂ ਕੁੜੀਆਂ ਨੂੰ ਕੈਫੇ 'ਚ ਲੈ ਕੇ ਜਾਂਦੇ ਆ ਤੂੰ ਮੈਨੂੰ ਖੇਤਾਂ 'ਚ ਲੈ ਆਇਆ ਕੀ ਕਰੀਏ ਰੂਹ ਤਾਂ ਜਿੱਦਾਂ ਸਾਡੀ ਖੇਤਾਂ 'ਚ ਹੀ ਵਸਦੀ ਆ ਕਮਾਲ ਹੈ ਬਾਹਰ ਰਹਿ ਕੇ ਵੀ ਖੇਤਾਂ ਨਾਲ ਇੰਨਾ ਪਿਆਰ ਚੱਟਾਂ ਨੂੰ ਤਾਂ ਖੇਤ ਹੀ ਲੋਟ ਹੁੰਦੇ ਆ ਲੋਟ ਬਾਹਰ ਰਹਿੰਦੇ ਹੋਏ ਵੀ ਕਿੰਨਾ ਦੇਸੀ ਬੋਲਦਾ ਕੀ ਹੋਇਆ ਜੇ ਅਸੀਂ ਪੰਜਾਬ 'ਚ ਨਹੀਂ ਰਹਿੰਦੇ ਕਿਤੇ ਦਿਲ ਤਾਂ ਸਾਡਾ ਪੰਜਾਬੀ ਹੋਈ ਆ ਸ਼ੁਕਰ ਆ ਇੱਥੇ ਨਹੀਂ ਰਹਿੰਦਾ ਨਹੀਂ ਤਾਂ ਇੱਥੋਂ ਦੇ ਮੁੰਡੇ ਇੰਨੇ ਵਿਗੜੇ ਨੇ ਕਿ ਆਪਣਾ ਹਨੀਮੂਨ ਵੀ ਬੰਬੀ ਤੇ ਮਨਾ ਸਕਦੇ ਨੇ ਬੁਰਾ ਨਾ ਮਨਾਇਓ ਆਈਡੀਆ ਗੋਦਿਆ ਤੁਹਾਡਾ ਜਿੱਦਾਂ ਮੈਂ ਵੀ ਮਨਾਉਣਾ ਮੰਗਦਾ ਬੰਬੀ ਤੇ ਹਨੀਮੂਨ ਫਿਰ ਤੂੰ ਆਈ ਕਰੀ ਯੂਕੇ ਵੀ ਕੋਈ ਬੰਬੀ ਲੱਭ ਲਈ
ते जिदे नाल व्याह करेगा ओनू ले जाई उथे। जिदे नाल मतलब तू ही हामी पड़ दे का दे ले ओ पंबी ते हनीमून जिद्दा व्याह किन्ना टीट है सिद्धा ही कही जाना अबिंग बल जे पौने नहीं आते यारा नू दिल दी गल सिद्धी कही दी असी कहती आ आप जी दसो सोचांगे। चलो जलंधर तो आया जी कनेडा वाले समझ गया जी कहन दी लोड़ ही नहीं पिंड दा गुहारियां तो पता लग जांदा है। ओ फिर ता जी किसे नु कह के आके सारे साइन बोर्ड उतरवा दो ते गुहारे फिट करवा दो। ह्यूमर सेंस गुड है जी। फनी बॉय ए मेरा कजन है जी मिंटू। हां जी मिंटू इज माय हाउस नेम एक्चुअली परमानेंट नेम इज महेंद्रपाल सिंह। लॉट्स ऑफ हैप्पी विद यू इन फ्रंट ऑफ यू। गुड जी थैंक यू। असली एक्चुअली इंडिया इदे वाली आया। ओ कांग्रेचुलेशन। ए ता है जी। जी आ नु जी ਪਹਿਲਾਂ ਆਪਾਂ ਕੁਝ ਖਾ ਪੀ ਲਈਏ ਫੇਰ ਬਹਿ ਕੇ ਗੱਲ ਕਰਦੇ ਆ। ਪਲੀਜ਼ 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 ਯੂ ਵਿਲ ਵਿਜ਼ਿਟ ਅਸੀਂ ਠੀਕ ਆ। ਨਹੀਂ ਅਸੀਂ ਕਦੋਂ ਕਿਹਾ ਤੁਸੀਂ ਗੱਲ ਤੋਂ। ਓ ਨੋ 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 ਹੀ ਮੀਨਸ ਠੀਕ ਆ ਐਜ਼ ਇਨ ਨਾ ਸੀ ਓਕੇ ਆ ਕੁਝ ਕਾਰਡ ਪੀਣ ਦੀ ਲੋੜ ਨਹੀਂ ਬਸ ਤੁਸੀਂ ਸਾਡੇ ਮਿੰਟੂ ਨੂੰ ਵੇਖ ਪਰਖ ਲਓ। ਮੀ ਪਰਮਨੈਂਟ ਕੈਨੇਡੀਅਨ ਫਰਮ ਲੋਟਸ ਆਫ ਇਅਰਸ। ਵਾਹ ਸ਼ੁਕਰੀਆ ਜੀ। ਯੂ ਕੈਨ ਇੰਟਰਵਿਊ ਮਾਈ ਸੈਲਫ ਫਿਰ ਜੇ ਤੁਹਾਨੂੰ ਰਾਈਟ ਲੱਗੇ ਤਾਂ ਆਪਦੀ ਗਰਲ ਨਾਲ ਮਿਲਵਾ ਦਿਓ। ਵੈਰੀ ਸਿੰਪਲ ਰਾਈਟ ਹੈ ਜੀ। ਯੂ ਆਰ ਗੁੱਡ ਕੁੜੀ ਦੇ ਕਾਲਜ ਵਿੱਚ ਬਿਜ਼ੀ ਹੋਣ ਕਰਕੇ ਉਹ ਆ ਨਹੀਂ ਸਕੀ। ਆਪਾਂ ਛੇਤੀ ਦੂਜੀ ਮਿੱਟੀ ਰੱਖਾਂਗੇ। ਨੋ ਪ੍ਰੋਬਲਮ ਵੀ ਕਮ ਅਗੇਨ ਐਂਡ ਅਗੇਨ ਪਰ 30 ਡੇਜ਼ ਓਨਲੀ ਇਨ ਇੰਡੀਆ। ਓ ਆਈ ਸੀ। ਐਕਚੁਅਲੀ ਸਾਡੀ ਮਨਸਾ ਤੇ ਸੰਗਰੂ ਵੀ ਗੱਲ ਚੱਲਦੀ ਪਰ ਅਸੀਂ ਚਾਹੁੰਦੇ ਆ ਕਿ ਸਾਡੇ ਮਿੰਟ ਦਾ ਵਿਆਹ ਤੁਹਾਡੀ ਕੁੜੀ ਨਾਲ ਹੋਵੇ। ਆਈ ਥਿੰਕ ਸ਼ੀ ਇਜ਼ ਸੋ ਪ੍ਰੀਟੀ। ਆ ਲਵ ਹਰ ਪਿਕ। ਤਾਂ ਅਸੀਂ ਉਹਨੂੰ ਪਿਕ ਕਰਨਾ ਚਾਹੁੰਦੇ ਆ। ਲਵਲੀ ਇਜ਼ ਦ ਬਿਊਟੀ ਯੂਅਰ ਗਰਲ ਇਜ਼। ਤੁਹਾਡਾ ਘਰ ਬਹੁਤ ਸੋਹਣਾ ਹੈ। ਬਿਊਟੀਫੁਲ ਹਾਊਸ। ਬਸ ਆਹੀ ਦੇਖਣਾ ਆਏ ਸੀਗੇ ਜੀ। ਮੇਰਾ ਮਤਲਬ ਅਸੀਂ ਇਦਾਂ ਦੀ ਬਣਾਉਣੇ ਚਾਹੁੰਦੇ ਆ ਬਹੁਤ ਸਾਰੇ ਘਰ ਕੈਨੇਡਾ ਦੇ ਵਿੱਚ ਨਾਟ ਇਨ ਇੰਡੀਆ। ਥੈਂਕ ਯੂ। ਤੇਰੇ ਕੋਲ ਆ ਫੋਨ ਆ ਗਿਆ ਜੀ। ਹੈਲੋ ਹਾਂਜੀ ਮਿੰਟੂ ਕੈਨੇਡਾ ਸਪੀਕਿੰਗ। ਯੈਸ ਯੈਸ ਵਿਦ ਇਨ ਘੰਟਾ ਆਈ ਰੀਚ ਯੂ। ਓਕੇ ਬਾਏ। ਉਹ ਬਸ ਅੰਕਲ ਨੇ $50,000 ਭੇਜੇ ਨਾ ਜੀ ਬਾਹਰੋਂ ਏਜੰਟ ਦਾ ਫੋਨ ਸੀ ਕਹਿੰਦਾ ਹੁਣੀ ਕਰੈਕਟ ਕਰ ਲਓ। ਕਲੈਕਟ ਕਰੈਕਟ ਫਿਰ ਤਾਂ ਸਾਨੂੰ ਜਾਣਾ ਪੈਣਾ। ਆਮ ਸੋ ਸੌਰੀ ਬਟ ਵੀ ਵਿਲ ਹੈਵ ਟੂ ਗੋ। ਮਨ ਤਾਂ ਬਹੁਤ ਲੱਗਿਆ ਸੀ ਜਾਣ ਨੂੰ ਜੀ ਨਹੀਂ ਕਰਦਾ ਜੀ ਪਰ ਹੁਣੀ ਨੂੰ ਕੌਣ ਟਾਲ ਸਕਦਾ ਜੀ। ਇਹ ਕਿਵੇਂ ਹੋ ਸਕਦਾ ਜੀ ਤੁਸੀਂ ਤਾਂ ਨਾ ਚਾਹ ਨਾ ਪਾਣੀ ਕੁਝ ਖਾਧਾ ਨਾ ਪੀਤਾ। ਕੋਈ ਨਾ ਜੀ ਜੇ ਸਾਡੇ ਗੁੱਡ ਭਾਗ ਹੋਏ ਨਾ ਤਾਂ ਨੈਕਸਟ ਟਾਈਮ ਫਿਰ ਆਪਾਂ ਲੋਟਸ ਆਫ ਸਵੀਟਸ ਤੇ ਲੋਟਸ ਆਫ ਡਰਿੰਕ ਦਾ ਪ੍ਰੋਗਰਾਮ ਬਣਾ ਕੇ ਆਵਾਂਗੇ ਜੀ ਕੋਈ ਚੱਕਰ ਹੀ ਨਹੀਂ ਜੀ। ਪਰ ਜਿਵੇਂ ਮਰਜ਼ੀ ਹੈ ਤੁਹਾਡਾ ਹਾਊਸ ਨਾ ਸੋ ਕਰਪਟ ਆਈ ਲਾਈਕ ਇਟ। ਕਰੈਕਟ ਐਨੀਵੇ ਆਈ ਥਿੰਕ ਸਾਨੂੰ ਚੱਲਣਾ ਚਾਹੀਦਾ। ਯੈਸ ਲੈਟਸ ਗੋ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਲੈਟਸ ਗੋ। ਮੈਨੂੰ ਤਾਂ ਠੀਕ ਜਾਂ ਨਹੀਂ ਲੱਗਿਆ ਮੁੰਡਾ ਨਾਲੇ ਚਲਦੀ ਤਾਂ ਹੈ ਰੂਪ ਨਾਲ ਗੱਲ। ਬਹੁਤ ਦੇਰ ਤੋਂ ਮਗਰ ਪਏ ਸੀ ਹਾਲੇ ਆਪਾਂ ਨਾ ਨਹੀਂ ਕਰਨੀ ਹੋਲ ਤੇ ਰੱਖਦੇ ਆ ਕੀ ਪਤਾ ਕਦੋਂ ਲੋੜ ਪੈ ਜੇ। ਜਿਵੇਂ ਪਤੰਦਰਾਂ ਨੇ ਘਰ ਵਾਲੇ ਚਿਪ ਕੱਢ ਰੱਖਿਆ ਨਾ ਕੁੜੀ ਵੀ ਪਟਾਕਾ ਹੀ ਹੋ ਇਹਨਾਂ ਦੀ। ਤੂੰ ਚੁੱਪ ਚੱਪ ਕਰ ਤੇ ਕੰਸੈਂਟਰੇਟ ਕਰ ਵੰਡਾ ਪਟਾਕੇ ਬਹੁਤ ਪੈਣੇ ਤੈਨੂੰ। ਤੂੰ ਤਾਂ ਮਾਈਂਡ ਹੀ ਕਰ ਗਈ ਕੰਬਲੀਏ ਤੇਰਾ ਤਾਂ ਮੈਂ ਹੈਗਾ ਹੀ ਆ। ਚੱਲ ਮੇਰਾ ਮਤਲਬ ਮੈਂ ਤੇਰੇ ਵੱਲੋਂ ਆਪਣੇ ਆਪ ਨੂੰ ਕਹਿ ਰਿਹਾ ਵੀ ਮਿੰਟੂ ਚੱਲ ਗੱਡੀ ਚਲਾ ਚਲੋ ਬੈਠਾ ਪਲੀਜ਼ ਬੈਠੋ ਬੈਠੋ। ਕੁੜੀ ਤਾਂ ਪਟਾਕਾ ਹੀ ਹੋ। ਜੁਗਾੜੀ ਗੇਮ ਹੁਣ ਹੱਥ ਚ ਗਰਾਊਂਡ ਸੈੱਟ ਹੈ। ਮੈਂ ਸੋਚਦਾ ਮੌਕਾ ਦੇਖ ਕੇ ਦਿਸ਼ਾ ਨੂੰ ਸਾਰਾ ਕੁਝ ਦੱਸ ਦੂੰ। ਕੀ ਕੋਸਰ ਮੋਸਰ ਹੋ ਰਹੀ ਆ ਬਈ ਹੈ ਨਾ ਕੋ ਸੁਣੀ ਵੀਰੇ ਕਿਦਾਂ ਰੂਪਵੀੜਾ ਕਹਿੰਦਾ ਸੀ ਪਲਿਆਸ ਲੱਗੀ ਆ। ਹੈ ਪਲਿਆਸ ਪਰ ਨੋਟ ਬਾਗੀਆਂ ਹੈ ਕਿਦਾਂ ਮੈਂ ਸਮਝਿਆ ਨੀ। ਬਾਏ ਬਾਏ ਦਲਜੀਤ ਸਿੰਘ ਜਗਾੜੀ ਜੀਰਕਪੁਰ ਟ੍ਰੈਫਿਕ ਕੁਛ ਘਟਿਆ ਕਿ ਨਹੀਂ ਬਈ ਕਿਦਾਂ ਸਾਨੂੰ ਕੀ ਪਤਾ ਹੀ ਆ।
ਦੱਸੋ ਰੁਪਿੰਦਰ ਸਿੰਘ ਗਰੇਵਾਲ ਜੀ ਸਪੁੱਤਰ ਸਰਦਾਰ ਹਰਜੀਤ ਸਿੰਘ ਗਰੇਵਾਲ ਪਿੰਡ ਤੇ ਡਾਕਖਾਨਾ ਗਿੱਲ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਿੱਦਾਂ ਆਹੀ ਆ ਕਿਹੜਾ ਕਹਿੰਦਾ ਕਿੱਦਾਂ ਪਿੰਨ ਕੋਡ ਵੀ ਦੱਸਾਂ ਇਹਨੂੰ ਕਿੱਦਾਂ ਕਿਸੇ ਨੇ ਚੱਕਿਆ ਲੱਗਦਾ ਸਾਡੇ ਖਿਲਾਫ ਚੱਕਣ ਨੂੰ ਮੈਂ ਟੋਕਰਾਂ ਤਲਾਸ਼ੀ ਲਈ ਆ ਤੁਹਾਡੇ ਬੈਗਾਂ ਦੀ ਨਾਲੇ ਦਲਜੀਤ ਸਿੰਘ ਜਗਾੜੀ ਬਾਏ ਬਾਏ ਇੰਡੀਆ ਤੇਰੀ ਹੋਈ ਕੰਪਨੀ ਹੈ ਨਾ ਮੈਂ ਤਾਂ ਉਹ ਕਹਿੰਦਾ ਸੀ ਰੂਪ ਨੂੰ ਰੂਪ ਨੀ ਰੁਪਿੰਦਰ ਸਿੰਘ ਗਰੇਵਾਲ ਮੈਂ ਤਾਂ ਕਿੱਦਾਂ ਰੁਪਿੰਦਰ ਨੂੰ ਪਹਿਲਾਂ ਕਿੱਦਾਂ ਜਿੱਦਾਂ ਛੱਡ ਦੇ ਮੈਂ ਤਾਂ ਰੁਪਿੰਦਰ ਸਿੰਘ ਹੁਣਾਂ ਨੂੰ ਪਹਿਲਾਂ ਹੀ ਕਹਿੰਦਾ ਸੀ ਯਾਰ ਵੀ ਆਪਾਂ ਮੋਹਣੀ ਵੀਰ ਨੂੰ ਸਾਰਾ ਕੁਝ ਦੱਸ ਦਈਏ ਤੇ ਇਹ ਕਹਿੰਦਾ ਵੀ ਪਹਿਲਾਂ ਦੇਖ ਲਈਏ ਬੰਦਾ ਕੱਚਾ ਕੇ ਪੱਕਾ ਪਹਿਲਾਂ ਪਰਖ ਕਰ ਲਈਏ ਤੇ ਬਾਕੀ ਮੰਨ ਗਏ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਛੱਡਿਆ ਸੱਚੀ ਭਾਜੀ ਅਸਲੀ ਗੱਲ ਤੇ ਆਓ ਦੇਖੋ ਜੀ ਅਸੀਂ ਕਿਹੜਾ ਇੱਥੇ ਕੋਈ ਠੱਗੀ ਮਾਰਨ ਆਏ ਹਾਂਜੀ ਇਸ਼ਕ ਹੋ ਗਿਆ ਅੱਗੇ ਤੁਹਾਨੂੰ ਪਤਾ ਹੀ ਹੈ ਜਦੋਂ ਇਸ਼ਕ ਹੁੰਦਾ ਗੱਲਾਂ ਨਾਲ ਨਹੀਂ ਸਾਰਨਾ ਐਂ ਕਰੋ ਸੌਦਾ ਕਰੋ ਮੇਰੇ ਨਾਲ ਆ ਜਗਾੜੀ ਨੂੰ ਕਹਿ ਵੀ ਮੈਨੂੰ ਤੇ ਮੇਰੀ ਘਰਦੀ ਨੂੰ ਬਾਹਰ ਭੇਜ ਦੇ ਯੂਕੇ ਬਸ ਇੰਨੀ ਗੱਲ ਆ ਤਾਂ ਯੂਕੇ ਖੜਿਆ ਯੂਕੇ ਤੇ ਭਾਵੇਂ ਕੱਲ ਦੀ ਟਿਕਟ ਕਰਾ ਲਓ ਤੁਸੀਂ ਦੇਖ ਲੈ ਭੁੱਲ ਨਾ ਜਾਈ ਵੇ ਆਪਣੇ ਦਿਨ ਭੁੱਲ ਗਿਆ ਜਦੋਂ ਮੇਰੇ ਤੇ ਟਰਾਈਆਂ ਮਾਰਨ ਲਈ ਪਿੰਡ 'ਚ ਹੱਟੀ ਪਾ ਕੇ ਬਹਿ ਗਿਆ ਸੀ ਲੈ ਆ ਗਈ ਭਾਬੀ ਹੁਣ ਭਾਬੀ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ ਦੱਸੋ ਹੈਂ ਤੂੰ ਬੰਦਾ ਬਣ ਜਾ ਨਹੀਂ ਤਾਂ ਤਕਲੇ ਵਰਗਾ ਸਿੱਧਾ ਕਰ ਦੂੰ ਦੇਖ ਕਿਵੇਂ ਨਿਆਣਿਆਂ ਦੇ ਮਗਰ ਪਿਆ ਜਿਉਂਦਾ ਰਹਿ ਜਿਉਂਦਾ ਰਹਿ ਮੰਨ ਜਾ ਗੁਰੂ ਗੋਰਖਨਾਥ ਪਾ ਦੇ ਹੀਰ ਰਾਂਝੇ ਦੀ ਝੋਲੀ 'ਚ ਗੋਰਖਨਾਥ ਵੇ ਤੈਨੂੰ ਤਾਂ ਕੋਈ ਤਮਾਸ਼ੇ 'ਚ ਜਮੂਰਾ ਨਹੀਂ ਬਣਾਉਂਦਾ ਇਹ ਤਾਂ ਫੇਰ ਵੀ ਗੋਰਖਨਾਥ ਬਣਾ ਰਹੇ ਨੇ ਹੋਰ ਕੀ ਨਾਸ਼ਪਾਤੀਆਂ ਪਾਲਦਾ ਲੈ ਮਰਦਾਨ ਦੇਣ ਤੋਂ ਪਹਿਲਾਂ ਹੀ ਘੰਟੀ ਵੱਜ ਗਈ ਹੈਲੋ ਨਾ ਕੋਈ ਫੋਨ ਨਾ ਮੈਸੇਜ ਜਿੱਦਾਂ ਮੈਨੂੰ ਲੱਗਾ ਕਿਤੇ ਮੈਂ ਆਪ ਜੀ ਨੂੰ ਡਿਸਟਰਬ ਨਾ ਕਰਾਂ ਜਿੱਦਾਂ ਜੇ ਕੋਈ ਡਿਸਟਰਬ ਹੋਣਾ ਮੰਗੇ ਫਿਰ ਕਿੱਦਾਂ ਠੀਕ ਹੈ ਫਿਰ ਅੱਜ ਹੀ ਫੇਸਬੁੱਕ ਤੇ ਸਟੇਟਸ ਪਾ ਦਿੰਨੇ ਆ ਵੀ ਦਿਸ਼ਾ ਢਿੱਲੋਂ ਰੁਪਿੰਦਰ ਗਿੱਲ ਦੀ ਹੋ ਗਈ ਆ ਤੇ ਹੋਰ ਕੋਈ ਹੁਣ ਟਰਾਈ ਮਾਰਨ ਦੀ ਖੇਚਲ ਨਾ ਕਰੇ ਜਿੱਦਾਂ ਇੰਨਾ ਓਵਰ ਕੰਫੀਡੈਂਟ ਨਹੀਂ ਹੋਇਦਾ ਮੈਂ ਕਿਹੜਾ ਲਿਖ ਕੇ ਦਿੱਤਾ ਕਿੱਦਾਂ ਲਿਖ ਕੇ ਦੇ ਦਿਓ ਫਿਰ ਓਕੇ ਫਿਰ ਮੁੰਡਿਆ ਯੂਕੇ ਵਾਲਿਆ ਜਲਦੀ ਤੋਂ ਵੀ ਪਹਿਲਾਂ ਆ ਜਾ ਸਾਡੇ ਕੋਲ ਕਿਸੇ ਨਾਲ ਮਿਲਾਉਣਾ ਹੈ ਆਲਰਾਈਟ ਹੈ ਕਿਦਾਂ ਉਹਨੂੰ ਕਿ ਕਿੰਦਰ ਵਾਲੇ ਨੂੰ ਵੀ ਲੈ ਕੇ ਆਈ ਆਪਦੇ ਸਰਵਾਲੇ ਨੂੰ ਵੀ ਨਾਲ ਲਿਆਈ ਕਿਦਾਂ ਉਹ ਤਾਂ ਆਲਰੇਡੀ ਤਿਆਰ ਹੈ ਗੱਡੀ 'ਚ ਬੈਠਣ ਲਈ ਤੁਸੀਂ ਫੋਨ ਆਫ ਕਰੋ ਤੇ ਅਸੀਂ ਗੱਡੀ ਆਨ ਕਰਦੇ ਹਾਂ ਕਿਦਾਂ ਕਿ ਤੇ ਕੌਣ ਹੈ ਜਿਹਦੇ ਨਾਲ ਮਿਲਾਉਣਾ ਸੀ ਕਾਲਾ ਕਿਉਂ ਪਹਿਨਾ ਹੈ ਮਿਲਾ ਦੇਨੀ ਆ ਹਾਈ ਦਿਸ਼ਾ ਹਾਈ ਸੌਰੀ ਆਮ ਲੇਟ ਇਟਸ ਓਕੇ ਇਹ ਮੇਰੀ ਬੈਸਟ ਫਰੈਂਡ ਜੋਤੀ ਜੋਤੀ ਹੈ ਕਿੰਦਰ ਹਾਈ DJ from UK. ਤੇ ਇਹ ਹੈ ਰੂਪ ਰੂਪ ਕਿਦਾਂ ਸਤਿ ਸ਼੍ਰੀ ਅਕਾਲ ਹਾਈ ਸਤਿ ਸ਼੍ਰੀ ਅਕਾਲ ਕਮ ਸਿਟ ਯਾ ਰੂਪ ਓ ਜੈਸਾ ਨਾ ਵੈਸੀ ਲੁੱਕ ਮੇਰੇ ਵੱਲੋਂ ਪਾਸਿਆ ਕਿਦਾਂ ਬਗੈਰ ਟੈਸਟ ਤੋਂ ਪਾਸਿਆ ਅਸੀਂ ਅੱਖਾਂ ਨਾਲ ਹੀ ਸਕੈਨਿੰਗ ਕਰ ਲਈ ਦੀ ਹੈ ਜੋਤੀ ਮਾਇਨ ਨਾ ਕਰਿਓ ਬਹੁਤ ਬੋਲਦੀ ਆ ਨੋ 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 ਮਾਇਨ ਨੈਵਰ ਮਾਇਨ ਮੁੰਡੇ ਕਿਦਾਂ ਕੁੜੀਆਂ ਦਾ ਬੋਲਣਾ ਮਾਇਨ ਨਹੀਂ ਕਰਦੇ ਸਪੈਸ਼ਲੀ ਇਨ ਯੂਕੇ ਐਂਡ ਓ ਗॉड ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਜੋਤੀ ਵੀ ਯੂਕੇ ਤੋਂ ਹੈ ਓ ਯੇ ਦਿਸ਼ਾ ਟੋਲਡ ਮੀ ਤੁਸੀਂ ਸਾਊਥ ਹਾਲ ਰਹਿੰਦੇ ਆ ਮੈਂ ਐਸ਼ਲੀ ਰੋਡ ਰਹਿੰਦੀ ਆ 28 ਨੰਬਰ ਹਾਊਸ ਹੈ ਮੇਰਾ ਤੇ ਤੁਹਾਡਾ ਵਟ ਪੈਂਦਾ ਮੇਰੇ ਮੈਨੂੰ ਕਿਤੇ ਜਾਣਾ ਪੈਣਾ ਆ ਮੈਂ ਕਿਦਾਂ ਤੇਰੇ ਵੱਟ ਕੇ ਮਾਰਨਾ ਆ ਯੂ ਕੈਨ ਲੀਵ ਮੀ ਅਲੋਨ ਮੈਂ ਕੱਲੇ ਇੱਥੇ ਕੰਨੇ ਚੁੱਪੜੇ ਮੈਂ ਪੁੱਛਿਆ ਤੁਸੀਂ ਰਹਿੰਦੇ ਕਿੱਥੇ ਆ ਅਸੀਂ ਗਿਲਫੋਰਡ ਗਲਾਸੀ ਜੰਕਸ਼ਨ ਓਏ ਮੈਂ ਡਰਿੰਕ ਟਾਈਮ ਨਹੀਂ ਪੁੱਛਿਆ ਮੈਂ ਤੁਹਾਡਾ ਪਰਮਨੈਂਟ ਰੈਜ਼ੀਡੈਂਸ ਪੁੱਛ ਰਹੀ ਆ ਓ ਹੋਏ ਪੁੱਛਦੀ ਆ ਕਰਤਾ ਨਹੀਂ ਹੁੰਦੀ ਐਕਚੁਅਲੀ ਇਹਦਾ ਹਸਬੰਡ ਵੀ ਥੋੜਾ ਸ਼ੱਕੀ ਆ ਹੈਲੋ ਦੈਟਸ ਨਾਈਸ ਕਿਦਾਂ ਸੀ ਨਾ ਉੱਥੇ ਕਿੱਦਾਂ ਗੁਰਦੁਆਰੇ ਕੋਲ ਰਹਿੰਦੇ ਆ ਉਹ ਤਾਂ ਠੀਕ ਆ ਪਰ ਤੁਸੀਂ ਨਾਨਕ ਸਾਹਿਬ ਗੁਰਦੁਆਰੇ ਦੇ ਕੋਲ ਰਹਿੰਦੇ ਆ ਜਾਂ ਫਿਰ ਸਿੰਘ ਸਭਾ ਗੁਰਦੁਆਰਾ ਉਹ ਸਿੰਘ ਸਭਾ ਯਾ ਸਿੰਘ ਸਭਾ ਜਿੱਦਾਂ ਡੇਲੀ ਜਾਈਦਾ ਉੱਥੇ ਜਾਂਦੀ ਤਾਂ ਮੈਂ ਵੀ ਆ ਉਹ ਵੀ ਡੇਲੀ 4 ਸਾਲਾਂ ਤੋਂ ਪਰ ਆਪਾਂ ਤਾਂ ਕਦੇ ਮਿਲੇ ਨਹੀਂ ਆਈ ਨੋ ਸਟ੍ਰੇਂਜ ਬਾਈ ਜੈਸ ਅਸੀਂ ਕਿੱਦਾਂ ਫੇਰ ਰਾਤ ਬਰਾਤੀ ਜ਼ਿਆਦਾ ਜਾਂਦੇ ਆ ਨਾ ਜੀ ਉਹ ਮੇਰੇ ਕੰਮ ਤੇ ਹੋਣੇ ਆ ਨਾ ਯਾ ਕਿਤ ਅ ਲੋਟ ਆਫ ਵਰਕ ਐਨੀਵੇ ਈਟ ਆਊਟ ਲਈ ਕਿੱਥੇ ਜਾਂਦੇ ਆ ਆਪ ਅਸੀਂ ਤਾਂ ਜ਼ਿਆਦਾ ਕਿੱਦਾਂ ਫੇਰ ਗੁਰਦੁਆਰੇ ਲੰਗਰ ਹੀ ਛਕੀਦਾ ਰੈਸਟੋਰੈਂਟ 'ਚ ਜਿੱਦਾਂ ਅਸੀਂ ਘੱਟ ਜਾਈਦਾ ਲੰਘਦੇ ਫਿਰਦੇ ਲੰਗਰ ਛਕ ਲਈਦਾ
ਨਾਲੇ ਰੋਟੀ ਤੋਂ ਜ਼ਿਆਦਾ ਬੰਦੇ ਦੀ ਥਿੰਕਿੰਗ ਇੰਪੋਰਟੈਂਟ ਹੁੰਦੀ ਹੈ ਕਿਦਾਂ ਤੁਸੀਂ ਸੋਚਦੇ ਕੀ ਆ ਨੋ 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 ਫਿਲਾਸਫੀ ਦੱਸਣਾ ਤਾਂ ਪੈਣਾ ਹੀ ਹੈ ਤੁਹਾਡਾ ਟੇਸਟ ਵੀ ਤਾਂ ਪਤਾ ਚੱਲੇ ਲੈ ਟੇਸਟ ਇਹ ਤਾਂ ਕਿਦਾਂ ਤੁਸੀਂ ਪਾਸ ਕਰਨ ਤੋਂ ਬਾਅਦ ਵੀ ਟੈਸਟ ਲੈਣ ਲੱਗ ਗਏ ਇਹ ਕਿਦਾਂ ਨੋ ਫੇਰ ਨੋ ਫੇਰ ਦੱਸ ਦੋ ਨਾ ਪਲੀਜ਼ ਆਪੋ ਉੱਥੇ ਜਾਇਆ ਕਰਾਂਗੇ ਕਮਾਲ ਹੈ ਤੁਸੀਂ ਜਵਾਬ ਹੀ ਨਹੀਂ ਦਿੰਦੇ ਚਲੋ ਰੁਕ ਇਹ ਦੱਸੋ ਕਿ ਸਭ ਤੋਂ ਪਹਿਲਾਂ ਲੰਡਨ ਵਿੱਚ ਸਾਡੀ ਸੇਲੀ ਨੂੰ ਕਿੱਥੇ ਲੈ ਕੇ ਜਾਓਗੇ ਓ ਜਿੱਦਾਂ ਸਟੈਚੂ ਆਫ ਲਿਬਰਟੀ ਲੈ ਜਾਂਗੇ ਕੀ ਉਹ ਤਾਂ ਨਿਊਯਾਰਕ ਚ ਨਾ ਕਿਦਾਂ ਉੱਥੇ ਤਾਂ ਅਸੀਂ ਰਹਿੰਦੇ ਹਾਂ ਲੰਡਨ ਚ ਕਿਹੜੀ ਗੱਲ ਆ ਹਨੀਮੂਨ ਮਨਾਉਣ ਵਾਸਤੇ ਤਾਂ ਨਿਊਯਾਰਕ ਜਾਣਾ ਪੈਣਾ ਆ ਬਾਈ ਦਾ ਵੇ ਮੈਂ ਟਿਊਬ ਵਿੱਚ ਜੌਬ ਕਰਦੀ ਹਾਂ ਲੈ ਟਿਊ ਇਹ ਤਾਂ ਕਿਦਾਂ ਹੁਣ ਹਾਸੇ ਪਾਉਣ ਲੱਗੀ ਹੋ ਆ ਟਿਊਬ ਕਿਤੇ ਟਿਊਬ 'ਚ ਕੌਣ ਨੌਕਰੀ ਕਰ ਸਕਦਾ ਹੈ ਕਿਤੇ ਟਿਊਬ ਦੀ ਫੈਕਟਰੀ 'ਚ ਤਾਂ ਕੋਈ ਜੌਬ ਕਰ ਸਕਦਾ ਆ ਕਹਿੰਦੀ ਟਿਊਬ 'ਚ ਜੌਬ ਕਰਦੀ ਹਾਂ ਮੈਂ ਟਿਊਬ ਮੀਨਸ ਮੈਟਰੋ ਟ੍ਰੇਨ ਓ ਯੇ ਲੰਡਨ ਵਿੱਚ ਰਹਿ ਕੇ ਤੁਹਾਨੂੰ ਟਿਊਬ ਦਾ ਨਹੀਂ ਪਤਾ ਆਪਣੇ ਲੰਡਨ ਵਿੱਚ ਇੱਕ ਇੱਕ ਨਦੀ ਵਗਦੀ ਹੈ ਨਾ ਕੀ ਨਾਮ ਹੈ ਉਹਦਾ ਓ ਯੇ ਆਪਣਾ ਓ ਕੀ ਹਾਂ ਇਦਾਂ ਦਾ ਕਿਦਾਂ ਹੁਣ ਲੰਡਨ 'ਚ ਕਈ ਨਦੀਆਂ ਨਿਕਲਦੀਆਂ ਬੰਦਾ ਕਿਹੜੀ ਕਿਹੜੀ ਯਾਦ ਰੱਖਦੇ ਆ ਲੰਡਨ ਵਿੱਚ ਇੱਕੋ ਹੀ ਨਦੀ ਵਗਦੀ ਹੈ ਤੇ ਉਹਦਾ ਨਾਮ ਹੈ ਥੇਮਸ ਯੇ ਆਬਵੀਅਸਲੀ ਥੇਮਸ ਥੇਮਸ ਫੋਰਗਟ ਦ ਨੇਮਸ ਆਕਸਫੋਰਡ ਸੀਟ ਤੇ ਇੱਕ ਪੰਜਾਬੀ ਬਿਕਾਨੇਰੀ ਰੈਸਟੋਰੈਂਟ ਹੈ ਉੱਥੇ ਤਾਂ ਜਾਂਦੇ ਰਹਿੰਦੇ ਹੋਵੋਗੇ ਨਾ ਓ ਯਾ ਵੈਰੀ ਆਫਨ ਜਿੱਥੇ ਗੋਲਗੱਪੇ ਖਾਈਦੇ ਆ ਕਿੰਨੇ ਸਵਾਦ ਹੁੰਦੇ ਆ ਤਿੱਖੇ ਉੱਥੇ ਤਾਂ ਬੈਠੇ ਰਹੀਦਾ ਆ ਕਿਦਾਂ ਇਸ ਨਾਂ ਦਾ ਰੈਸਟੋਰੈਂਟ ਪੂਰੇ ਇੰਗਲੈਂਡ ਵਿੱਚ ਨਹੀਂ ਹੈ ਗੋਲਗੱਪੇ ਕਿੱਥੇ ਖਾਈਦੇ ਸੀ ਆਪਾਂ ਕਿਤੇ ਬੰਦ ਹੋਇਆ ਆ ਉਹ ਬੰਦ ਹੋ ਗਿਆ ਉਹ ਫੇ ਆ ਫੇ ਕਿਦਾਂ ਨਾਓ ਸਟਾਪ ਦਿਸ ਡਰਾਮਾ ਸੌਰੀ ਦਿਸ਼ਾ ਇਹ ਬੰਦੇ ਫੇਲ ਆ ਮੇਰੇ ਟੈਸਟ ਵਿੱਚੋਂ ਕੀ ਮਤਲਬ ਮੈਂ ਸਮਝੀ ਨਹੀਂ ਫਰਾਡ ਆ ਤੇ ਇਹ ਕਦੀ ਯੂਕੇ ਗਏ ਨਹੀਂ ਮੈਂ ਵੀ ਕਹਾ ਇਹਨਾਂ ਤਾਂ ਜਿੱਡਾ ਕਿੱਡਾ ਮੈਂ ਨਹੀਂ ਬੋਲਦੀ ਜਿੰਨਾ ਇਹਨਾਂ ਨੂੰ ਰੱਖਿਆ ਹੋਇਆ ਜੋ ਤੇ ਕੀ ਕਹਿ ਰਹੀ ਆ ਤੂੰ ਬੋਲਦਾ ਕਿਉਂ ਨਹੀਂ ਰੂਪ ਨਹੀਂ ਮੈਂ ਕਿੱਦਾਂ ਦੱਸ ਜੋਤੀ ਠੀਕ ਕਹਿ ਰਹੀ ਹੈ ਦਿਸ਼ਾ ਮੈਂ ਗਿੱਲਾ ਤੋਂ ਹਾਂ ਰੁਪਿੰਦਰ ਦਰਅਸਲ ਜਦ ਮੈਂ ਪਹਿਲੀ ਵਾਰੀ ਕੁਝ ਬੋਲਣ ਦੀ ਲੋੜ ਨਹੀਂ ਇੰਨਾ ਵੱਡਾ ਧੋਖਾ ਮੈਂ ਤੈਨੂੰ ਪਿਆਰ ਕਰਦਾ ਦਿਸ਼ਾ ਮੇਰਾ ਨਾਂ ਨਾਲੇ ਆਪਣੀ ਜ਼ੁਬਾਨ ਤੋਂ ਪਿਆਰ ਨੂੰ ਮਜ਼ਾਕ ਬਣਾ ਕੇ ਰੱਖਿਆ ਅੱਜ ਦੀ ਮੰਡੀਰ ਨੇ ਅੱਜ ਤੋਂ ਬਾਅਦ ਮੈਨੂੰ ਆਪਣੀ ਸ਼ਕਲ ਨਾ ਦਿਖਾਈ ਕਹਾਂ ਰੱਖਣਾ ਜੀ ਸਮਾਨ ਸਿਰ ਤੇ ਰੱਖ ਦੇ ਭਰਾਵਾ ਉਹ ਤੇ ਕਿਉਂ ਔਖਾ ਹੁੰਦਾ ਫੇਲ ਤਾਂ ਅਸੀਂ ਆਪਣੀ ਗਲਤੀ ਨਾਲ ਹੋਏ ਹਾਂ ਇਸ਼ਕ ਦੀ ਡਿਗਰੀ ਤਾਂ ਫੇਲ ਹੋ ਕੇ ਹੀ ਮਿਲਦੀ ਆ ਬਾਈ ਫੇਲ ਹੋ ਜਾਂਦੇ ਤਾਂ ਕੋਈ ਗੱਲ ਨਹੀਂ ਸੀ ਯਾਰ ਇਹ ਤਾਂ ਸਾਰਾ ਨਕਲ ਦਾ ਕੇਸ ਪੈ ਗਿਆ ਤੇਲੇ ਦੀ ਵੀ ਕਦਰ ਹੁੰਦੀ ਹੈ ਸੋ ਕਦਰ ਨਾ ਗਵਾਇਓ ਭਾਈ ਸਿਆਣੀ ਗੱਲ ਕੀਤੀ ਹੈ ਮਿੱਠੋ ਨੇ ਉਮੀਦ ਨਹੀਂ ਛੱਡੀ ਦੀ ਚੰਗਾ ਭਾਬੀ ਚੰਗਾ ਭਾਈ ਜੇ ਕਦੇ ਲੱਗਿਆ ਤੁਹਾਡੇ ਕੰਮ ਆ ਸਕਦੇ ਹੈ ਤਾਂ ਕਹਿ ਦਿਓ ਕੀ ਹੋਇਆ ਜੇ ਉਹ ਰਿਸ਼ਤਾ ਨਹੀਂ ਜੁੜਿਆ ਪਰ ਤੁਹਾਡੇ ਨਾਲ ਤਾਂ ਉਮਰ ਭਰ ਦਾ ਰਿਸ਼ਤਾ ਬਣ ਗਿਆ ਬਾਕੀ ਭਾਬੀ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ ਨਹੀਂ ਭਰਾਵੋ ਤੁਸੀਂ ਤਾਂ ਹੀਰੇ ਵੀਰੇ ਹੋ ਮੈਨੂੰ ਸਾਰੀ ਗੱਲ ਦੱਸਤੀ ਮੋੜੀ ਨੇ ਪਰ ਉਹਨਾਂ ਵਾਲਾ ਕੰਮ ਨਾ ਕਰ ਭਾਬੀ ਫਿਰ ਐਵੇਂ ਸਾਡਾ ਵੀ ਮਨ ਖਰਾਬ ਹੁੰਦਾ ਸਰਦਾਰ ਜੀ ਛੋਜੇ ਬਿਨਾਂ ਜੀ ਨਹੀਂ ਲੱਗਣਾ ਓਏ ਆਪਾਂ ਸ਼ਹਿਰ ਮਿਲੇ ਆਇਆ ਕਰਾਂਗੇ ਇਹਨਾਂ ਨੂੰ ਇੱਥੇ ਨੇ ਬੈਠੋ ਵੀਰੇ
लवली ओ को खेड़ी वाले ढिलों का फोन आया कि नहीं? नहीं कोई फोन नहीं आया। मेरी तो किस्मत ही पिछले 6 महीने तो बर्फ च लगी पई है। तेरी तो पिछले 6 महीने तो लगी है। मेरा बैड लक था उस दिन शुरू हो गया सी जिस दिन मेरी तेरे नाल मैरिज हुई। तू थकदी नहीं रोज रोज इको गल करके? होर नहीं तो की, तेरे मॉम डैड ने तो जमीन दा झूठ बोल के तेरे वर्गा अनपढ़ गवार मेरे पल्ले पाता। हुण फिर तेनू धोखा देण दे जुर्म च लोकां नाल भी धोखे मैं ही कर रहा। अच्छा ते जेड़ा मेरा मनी तू कैनेडा दे कैसीनोज विच उड़ाया ओ मैं तेरे थ्रू ही पूरा करांगी ना। घर वाले नु कजन बना के है ना, लगदा अपने दिन भोग गए। हुण सुन ले, जे इहो कंडीशन रही ना मैं कनेडा वापस चले जाना। मैं कनेडा वापस चले जाना? बड़िया फैक्ट्रिया चल दिया ना तेरिया उथे। ना इथे ता तू मेरे लिए नोट छापने की मशीन लवाई ना। फिर ओ लाइयो सी हां खेड़ी वालेयां दी कुड़ियों नी काबू आई। एक का बाय बाय इंडिया वाला दलजीत एदी पता नहीं किवें गुड्डी चढ़ गई, यही बैठा अपने जोड़ा च। ए बाय बाय इंडिया वाले दा पता करना पैणा। करांगे पर सेफ रह के, लिटिल मिस्टेक सिद्धा गो जेल। प्लीज तू अपनी अंग्रेजी ते काबू पा ले। तू हुण कजन बन के रहना। आवाज़ तेरी क्यों? ओनू के एक बारी गल कर लवे मेरे नाल। किथे हो छोटी जी पग वाला, मेरे सामने आऊंगा ना मार खाऊंगा मैं। ओ तू छड्ड ओनू, मेरी गल करा। नो तुसे गेम खेडी सी ना, गेम इज ओवर। ओ ठीक है जे गेम खेडी सी, एदे करके खेडी सी। दिशा इनू कह दी मैं पिछे हटा नाल नहीं प्यार करदा इहदे नाल। झूठा है तू, व्हाई डिड यू लाई टू मी? आई लव्ड यू, मैं तेनु कभी माफ नहीं करांगी। क्यों है दिशा सारा दिन अपने कमरे च पई रहंदी है? मैं कीती सी गल, कहिंदी एग्जाम दी टेंशन है। मैनू ओदे व्याह दी टेंशन है। जे ओ मुंडे रूप ने किते होर हां हूं करती फिर की करांगे? मैं करदी आ ना गल ओदे नाल। मैं कहना ओदी मंगनी हुणे कर देनी चाहिदी है। मेरी मन्नो ता कुड़ी ते प्रेशर ना पाओ, ओनू आप डिसीजन लेन दियो। मेरी ना मन्नी कदे तू अपनी मारी जाई। मर्जी है तुहाडी, प्रेशर ना पाओ। इन्ना सोहणा मुंडा मिलिया जे हथों निकल गया फिर? एहो जे मुंडे रोज रोज नहीं मिलदे, उपरों NRI। ਇਹਨੂੰ ਕੀ ਫਰੋਲੀ ਜਾਂਦਾ? ਦਿਮਾਗ ਨੂੰ ਫਰੋਲ, ਸੋਚ ਕੁਛ। ਕੀ ਫਰੋਲਾ ਦਿਮਾਗ ਦਾ? ਦਿਮਾਗ ਦੇ ਤਾਂ ਸ਼ਟਰ ਬੰਦ ਆ, ਜੰਦਰੇ ਲੱਗੇ ਆ। ਦਿਲੋਂ ਦਿਮਾਗ 'ਚ ਕਰਫਿਊ ਲੱਗੇ, ਕੁਛ ਨਹੀਂ ਦਿਸਦਾ ਇਸ ਵੇਲੇ। ਇੱਕ ਕੰਮ ਕਰ, ਕਿੰਦਰ ਨੂੰ ਫੋਨ ਲਾ। ਕਿੰਦੀ ਜੋ ਵੀ ਹੈ ਉਹਨੂੰ ਕਹਿ ਇੱਕ ਵਾਰੀ ਦਿਸ਼ਾ ਨਾਲ ਗੱਲ ਕਰਾ ਦੇ। ਮੇਰੇ ਤੋਂ ਨਹੀਂ ਲਾਇਆ ਜਾਂਦਾ ਕਿੰਦੀ ਨੂੰ ਫੋਨ, ਉਹ ਬਾਰ ਬਾਰ ਬੇਇੱਜ਼ਤੀ ਕਰਦੀ, ਇੰਨੀ ਬੇਇੱਜ਼ਤੀ ਨਹੀਂ ਮੇਰੇ ਤੋਂ ਕਰਾਈ ਜਾਂਦੀ। ਆਹ ਲਾ ਲਾ ਜਿਹਨੂੰ ਪਾਗਲ ਕਿਉਂ? ਹੈਲੋ ਹੈਲੋ, ਤੁਸੀਂ ਕਿਉਂ ਫੋਨ ਕਰਦੇ ਰਹਿੰਦੇ ਕਿੰਦਰ ਨੂੰ? ਬਦਤਮੀਜ਼ ਹੈ, ਝੂਠਾਂ ਦੀ ਪੰਡ, ਸਟੂਪਿਡ। ਲੈ ਲੈ ਪ੍ਰਸ਼ਾਦ, ਹੁਣ ਫ੍ਰੀ ਬਣਦੀ ਅਗਲੀ। ਪ੍ਰਸ਼ਾਦ ਲੱਗਦੀ ਨਹੀਂ ਗਾਲਾਂ, ਫੋਨ ਨਾ ਕਰਨਾ ਕਦੀ ਵੀ। ਮਰ ਗਏ ਕਿੰਦਰ? ਨਾ ਕਿੰਦਰ, ਸੌਰੀ ਕਿੰਦੀ, ਇਦਾਂ ਨਾ ਕਹਿ ਪਲੀਜ਼। ਹੈ ਫੋਨ ਰੱਖ ਦਿਓ, ਜਮ ਮੈਂ ਕਟਾ। ਦੇ ਪਤਾ ਕੀ ਹੈ ਕਿੰਦੀ, ਉਹ ਨਾ ਆਪਣੀ ਸਹੇਲੀ ਨਾਲ ਇੱਕ ਵਾਰੀ ਰੂਪ ਨੂੰ ਮਿਲਾ ਦੇ। ਵਿਚਾਰਾ ਬੈਠਾ ਮੇਰੇ ਕੋਲ, ਬਹੁਤ ਬੁਰਾ ਹਾਲ ਹੈ, ਮਰ ਜਾਣਾ ਵਿਚਾਰੇ ਨੇ। ਜੇ ਇਹਦਾ ਨਾਂ ਵੀ ਲਿਆ ਨਾ ਦਿਸ਼ਾ ਕੋਲ, ਉਹਨੇ ਮੈਨੂੰ ਮਾਰ ਦੇਣਾ। ਉਹਨੂੰ ਪੁੱਛ ਇਹ ਦੱਸ ਦੇ, ਚੱਲ ਇੰਨਾ ਹੀ ਦੱਸ ਦਿਓ ਹੈ ਕਿੱਥੇ ਇਸ ਵੇਲੇ ਦਿਸ਼ਾ? ਮੈਂ ਕੀ ਦੱਸਾਂ, ਮੈਨੂੰ ਫੋਨ ਨਾ ਕਰਨਾ ਹੁਣ ਮਿਸਟਰ ਜੁਗਾੜੀ, ਫਰਾਡ ਨਾ ਹੋਵੇ ਤਾਂ। ਓਕੇ ਲੈ ਲੈ ਛਣਕਣਾ, ਤੂੰ ਅੱਜ ਹੀ ਜਾ ਕੇ ਕਿੰਦੀ ਨੂੰ ਮਿਲ। ਮੇਰਾ ਦਿਲ ਕਹਿੰਦਾ ਤੂੰ ਉਹਨੂੰ ਮਨਾ ਲੇਗਾ। ਆਇਆ ਮਤਲਬ ਟੈਲੀਫੋਨ ਤੇ ਬੇਇੱਜ਼ਤੀ ਘੱਟ ਹੋਈ ਹੈ, ਹੁਣ ਲਾਈਵ ਜਾ ਕੇ ਬੇਇੱਜ਼ਤੀ ਕਰਾਵਾਂ। ਮਾੜੇ ਵਕਤ ਚ ਯਾਰੀਆਂ ਦੇ ਕੰਮ ਆਉਂਦੇ ਆ, ਸਿਰਫ ਕੈਂਡੀ ਮੈਨੂੰ ਦਿਸ਼ਾ ਨਾਲ ਮਿਲਾ ਸਕਦੀ ਹੈ। ਲਾਸਟ ਟਾਈਮ
ਇਦੋਂ ਬਾਅਦ ਬੇਇੱਜ਼ਤੀ ਕਰਾਉਣ ਦੀ ਨੌਬਤ ਆਈ ਤੂੰ ਕਰਾਏਂਗਾ ਜਾ ਕੇ ਮੈਂ ਨਹੀਂ ਕਰਾਉਂਦਾ ਥੈਂਕ ਯੂ ਵੀਰੇ ਕਿੰਦੇ ਦੇਖ ਲੈ ਯਾਰ ਬੰਦਾ ਤਾਂ ਮੈਂ ਉਹੀ ਆ ਨਾ ਬਸ ਯੂਕੇ ਵਾਲਾ ਟੈਗ ਹੀ ਨਕਲੀ ਸੀਗਾ ਇਹੀ ਤਾਂ ਗੜਬੜ ਹੈ ਮੇਰੇ 'ਚ ਕੋਈ ਗੜਬੜ ਤਾਂ ਨਹੀਂ ਨਾ ਮੈਂ ਬੰਦਾ ਤਾਂ ਨਹੀਂ ਨਾ ਮਾੜਾ ਹੈਗਾ ਬੰਦਾ ਤੂੰ ਚੰਗਾ ਹੈ ਪਰ ਹੈ ਇਧਰਲਾ ਨਾ 100% ਇਧਰ ਪਰ ਮੈਨੂੰ 100% ਐਨਆਰਆਈ ਚਾਹੀਦਾ ਮੈਂ ਤਾਂ ਤੈਨੂੰ ਪਿਆਰੀ ਤਾਂ ਹੀ ਕੀਤਾ ਸੀ ਬੰਦਾ ਤੂੰ ਚਾਹੇ ਜਿਹੋ ਜਿਹੀ ਮਰਜ਼ੀ ਹੁੰਦਾ ਪਰ ਉਹ ਤਾਂ ਲਾਉਣਾ ਚਾਹੀਦਾ ਸੀ ਮਤਲਬ ਕਲੀਅਰ ਕੱਟ ਫੰਡਾ ਹੈ ਕਿੰਦਰ ਦਾ ਪਿਆਰ ਤੇ ਵਿਆਹ ਉਹਦੇ ਨਾਲ ਹੋ ਜਿਹੜਾ ਉਹਨੂੰ ਬਾਹਰ ਲੈ ਕੇ ਜਾਓ ਆਹੀ ਮਸਲਾ ਹੈ ਆਹੀ ਨਹੀਂ ਸਿਰਫ ਇਹੀ ਲੈ ਇਹ ਕਿਹੜੀ ਗੱਲਾਂ ਚੋਂ ਗੱਲ ਹੈ ਸਾਲ ਦਾ 150 ਬੰਦਾ ਮੈਂ ਬਾਹਰ ਨੂੰ ਭੇਜਦਾ ਆਪਾਂ ਆਪ ਜਾ ਕੇ ਵੀ ਬਾਹਰ ਸੈਟਲ ਹੋ ਜਾਾਂਗੇ ਬਾਅਦ ਚ ਕਿਹੜੀ ਗੱਲਾਂ ਚੋਂ ਗੱਲ ਹੈ ਤੂੰ ਝੂਠ ਤਾਂ ਨਹੀਂ ਬੋਲ ਰਿਹਾ ਨਾ ਨਾ ਆ ਦੇਖ ਮੇਰੇ ਆ ਮਾਂ-ਬਾਪ ਦੀਆਂ ਰੂਹਾਂ ਮੈਨੂੰ ਉਪਰੋਂ ਵੇਖ ਰਹੀਆਂ ਪੁੱਛ ਲੈ ਮੈਂ ਕਦੇ ਜ਼ਿੰਦਗੀ ਝੂਠ ਬੋਲਿਆ ਸੌਂ ਲੱਗੇ ਭਾਵੇਂ ਪਾਪਾਈ ਦੀ ਕਦੇ ਝੂਠ ਬੋਲਿਆ ਨੈਵਰ ਠੀਕ ਹੈ ਮੈਂ ਤੈਨੂੰ ਇੱਕ ਵਾਰੀ ਮਾਫ ਕੀਤਾ ਪਰ ਗੱਲ ਤਾਂ ਬਣੂ ਜੇ ਤੂੰ ਮੈਨੂੰ ਬਾਹਰ ਲੈ ਕੇ ਜਾਏਂਗਾ ਤਾਂ ਚਾਹ ਪੀਏਂਗਾ ਪੀਤੀ ਤੇ ਨਹੀਂ ਕਦੀ ਵੈਸੇ ਪਰ ਅੱਜ ਮੈਂ ਮਨਾ ਨਹੀਂ ਕਰ ਸਕਦਾ ਪੀ ਲਾਂਗੇ ਚੱਲ ਦਿਸ਼ਾ ਮੈਂ ਮੰਨਦਾ ਮੈਂ ਗਲਤ ਕੀਤਾ ਪਰ ਜੋ ਵੀ ਕੀਤਾ ਤੈਨੂੰ ਪਾਉਣ ਲਈ ਕੀਤਾ ਦਿਸ਼ਾ ਦਿਸ਼ਾ ਮੇਰੀ ਗੱਲ ਤਾਂ ਸੁਣ ਦਿਸ਼ਾ ਪਲੀਜ਼ ਇੰਨੀ ਵੱਡੀ ਸਜ਼ਾ ਤਾਂ ਨਾ ਦੇ ਮੈਨੂੰ ਪਲੀਜ਼ ਪਲੀਜ਼ ਦਿਸ਼ਾ ਦਿਸ਼ਾ ਤੂੰ ਪਹਿਲੀ ਤੇ ਆਖਰੀ ਕੁੜੀ ਹੈ ਜਿਹਦੇ ਮੈਂ ਹਾੜੇ ਕੱਢ ਰਿਹਾ ਮੈਡਮ ਯੈਸ ਪਿਆਰ ਕਰਨਾ ਕੋਈ ਬੁਰੀ ਗੱਲ ਹੈ ਨਹੀਂ ਨਹੀਂ ਕੌਣ ਕਹਿੰਦਾ ਸੁਣਿਆ ਦਿਸ਼ਾ ਬਾਈ ਜੀ ਕਿਸੇ ਨੂੰ ਪਾਣੀ ਝੂਠ ਬੋਲਣਾ ਪਾਪ ਹੈ ਛੋਟਾ ਮੋਟਾ ਤਾਂ ਝੂਠ ਚੱਲਦਾ ਹੈ ਕਾਕਾ ਮੈਡਮ ਜੇ ਦਿਲੋਂ ਕੋਈ ਸੌਰੀ ਕਵੇ ਮਾਫ ਕਰਨਾ ਚਾਹੀਦਾ ਕਿ ਨਹੀਂ ਮੈਂ ਤਾਂ ਕਰ ਦਾਂਗੀ ਸੁਣਿਆ ਸੁਣਿਓ ਬਾਈ ਜੋ ਸੁਣ ਸਕਦਾ ਹੈ ਬਾਈ ਜੀ ਪਲੀਜ਼ ਬੇਨਤੀ ਸੁਣੋ ਮੈਡਮ ਇਸ ਬੀਬੀ ਨੂੰ ਮੈਂ ਪਿਆਰ ਕਰਦਾ ਇੱਕ ਛੋਟਾ ਜਿਹਾ ਝੂਠ ਬੋਲਿਆ ਸੀ ਮੈਂ ਕਿਸੇ ਲਾਲਚ ਚ ਨਹੀਂ ਇਹਨੂੰ ਪਾਉਣ ਲਈ ਉਹ ਵੀ ਇਹਦੇ ਡੈਡੀ ਕਰਕੇ ਤੇ ਅੱਜ ਮੈਂ ਤੋਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਲੈ ਆ ਲੈ ਮਾਫ ਕਰ ਦੇ ਮੈਨੂੰ ਮੈਂ ਤੇਰਾ ਗੁਨਾਹਗਾਰ ਹਾਂ ਬਹੁਤ ਹੋ ਗਿਆ ਹੁਣ ਤੂੰ ਇਹ ਡਰਾਮਾ ਬੰਦ ਕਰੇਗਾ ਕਿ ਨਹੀਂ ਹੱਦ ਹੈ ਯਾਰ ਮੇਰੀ ਜ਼ਿੰਦਗੀ ਦਾ ਸਵਾਲ ਹੈ ਤੂੰ ਡਰਾਮਾ ਕਹੀ ਜਾਨੀ ਤੂੰ ਚਾਹੁੰਦਾ ਕੀ ਹੈ ਤੈਨੂੰ ਚਾਹੁੰਦਾ ਤੇ ਆਪਣੀ ਗਲਤੀ ਦੀ ਮਾਫੀ ਚਾਹੁੰਦਾ ਝੂਠਾ ਹੈ ਤੂੰ ਡਰਾਮੇਬਾਜ਼ ਹੈ ਧੋਖਾ ਦਿੱਤਾ ਮੈਨੂੰ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਸੀਗਾ ਮੇਰੇ ਘਰਦਿਆਂ ਨਾਲ ਗੱਲ ਕਰ ਲੈਂਦਾ ਮੇਰਾ ਹੱਥ ਮੰਗਦਾ ਬੰਦਿਆਂ ਨੂੰ ਮੰਗਿਆ ਸੀ ਮੇਰੇ ਡੈਡ ਨੇ ਤੇਰੇ ਡੈਡ ਨੂੰ ਫੋਨ ਵੀ ਕੀਤਾ ਸੀ ਉਹ ਕਹਿੰਦੇ ਸਾਨੂੰ ਐਨਆਰਆਈ ਮੁੰਡਾ ਚਾਹੀਦਾ ਝੂਠ ਬੋਲਦਾ ਤੂੰ ਸੌਂ ਲੱਗੇ ਮੈਨੂੰ ਮੈਨੂੰ ਮੇਰੀ ਮਾਂ ਦੀ ਸੌਂ ਉਡੀਕਾਂਗਾ ਕੱਲ ਤੈਨੂੰ ਬੰਬੀ ਤੇ ਮੈਨੂੰ ਯਕੀਨ ਸੀ ਮੇਰੀ ਉਡੀਕ ਖਾਲੀ ਨਹੀਂ ਜਾਊਗੀ ਮੈਨੂੰ ਅਜੇ ਵੀ ਤੇਰੇ ਤੇ ਯਕੀਨ ਨਹੀਂ ਹੈ ਜੇ ਯਕੀਨ ਨਾ ਹੁੰਦਾ ਤੂੰ ਇੱਥੇ ਨਹੀਂ ਆਉਂਦੀ ਮੈਂ ਸਿਰਫ ਆਪਣਾ ਫੈਸਲਾ ਸੁਣਾਉਣਾ ਹੀ ਆ ਤੂੰ ਤੇ ਮੈਂ ਕੌਣ ਹੁੰਦੇ ਫੈਸਲਾ ਕਰਨ ਵਾਲੇ ਸਾਡਾ ਫੈਸਲਾ ਤਾਂ ਰੱਬ ਨੇ ਕਰਤਾ ਹੈ ਸਾਰੀ ਉਮਰ ਇਕੱਠਿਆਂ ਰਹਿਣ ਦਾ ਮੈਂ ਇੱਦਾਂ ਮਗਰ ਲੱਗਣ ਵਾਲੀ ਨਹੀਂ ਆ ਤੈਨੂੰ ਮਗਰ ਲੱਗਣ ਨੂੰ ਕੌਣ ਕਹਿੰਦਾ ਹੈ ਅਸੀਂ ਹੈਗੇ ਹਾਂ ਤੇਰੇ ਪਿੱਛੇ ਪਿੱਛੇ
कलंदा पीर है तू, झूठा है, सिरे दा ड्रामेबाज। बहुत रुवाया मैनू। तू कल्ली तो नहीं रोई, मैं भी तो रोया तेरे नाल। एक बार तो मन चाया मरी जावा, हुन जो की करदा। तू दस मैं की करदा। तेरे डैडी नू एक किनारे मुंडे ही चाहिदा सी। जे मैनू कुछ हो जांदा ऐ थोड़ा कल्लियां जान देना सी तेनू। बहुत रोया मैनू, हुन छड़ के ना जाई। चंगी पली कुड़ी नू बिगाड़ के रखता इस बदमाश ने। जो मर्जी कह ले, हुन तू साडी बेगम ते असी तेरे चाकर। इथे तुसी अपना नेम फिल करना, इथे एड्रेस, ओके? आगे ना समझ? ओके मैम। एक्सक्यूज मी सर, सर एक मैडम ते एक सर थानू मिलन लिए आए बैठे ने थोड़े ऑफिस। मैडम ते सर जी, एदा मतलब किंडी अपने डैडी नू लेके पहुंच भी गई है। हां, बड़ी इंटेलिजेंट है यार। काम करो। ओके ओके सर। हाँ जी, दसो। सत श्री अकाल। हो गई, अगे दसो। हेलो रेगी सी, टेक माई हेलो एंड लॉट्स ऑफ इंट्रो। दास नू मिंटू कहंदे है। कौन कौन कहंदा, दसो, आपा गल कर लेने। केड़ी गल? ओ नॉट 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 मी मिंदरपाल सिंह, दादी जी प्यार नाल मैनू मिंदू मिंदू कहंदे है। वैसे व्हेन आई वाज वेग देन पुआ सेड मी Mental. The another Excuse thing is... Excuse me. Ye naam di vyakhya inni zyada hundi te katto kat inna da naam mainu dassiyo. No, I will tell you my name. It's lovely. Oh, lovely. Short and sweet. Hello. वैसे साडा कारोबार भी सेम ही है। जो दे तुसी इस कारोबार चाहे हो, साडा नुकसान बहुत हुआ है। The lots of difficulties in on front of us. Actually, yes. Highlights to taze taze fail hoye lagde. Gate ka band aa gaya si ki nahi? Actually, inna te kehna matlab hai ki aapa milke lots of money earn kar sakte hain. What do you think? 50-50, lots of profit. मतलब? मतलब है कि 10 से दो बार भेजेंगे, बाकी राम नाम सत्य है। सिंपल। नहीं, तुसी की सोच क्या है मेरे ऑफिस दे विच? आही भी सरदार नु मना लेंगे, डील दी फील गुड जू होती। यस। नहीं, डील दा ते मेनू पता नहीं, पर जदों मैं लॉट्स ऑफ जुतियां मारियां ना तेरे, तू बड़ा बैड फील करेगा। आ लवली बीबी दा लिहाज कर रहा मैं, वरना तेरे वर्गा ते हुण तक गंजा कीता हुंदा मैं। ओ हेलो सरदार, कैंट बनने की कोशिश ना कर, ब्रेन यूज कर, लॉट्स ऑफ नुकसान हो जाना तेरा। अपनी लक नु कदे भी अपने हथी लॉक नहीं लाईदा हुंदा। हां, मतलब तू हाथ हौला कराए बिना इथों जाना नहीं। कूल मिस्टर, कूल कूल, जे डील मंजूर नहीं तां ना सही। चल मैं तू ऐसी चल दिया। काली भी कादी है, तुसी ऐ करो चाह मंगा लो, कई बंदे दा ना मन बदल जांदा है। नो प्रॉब्लम। बैल बड़ी थल्ले लवाई है तेरे वास्ते, तो पहले दो चपाती पवा ही लवा मैं। ओ यू लव क्रिकेट है ना, चलो बॉल लेके आइए, किसी दिन फिर खेडांगे वीर जी। नाइस मीटिंग। You'll come sometime, huh? Me permanent. Follow me. Chal. Short and sweet. Ow. Ow. Hanji, Sardar ji. ਕਿੱਥੇ ਪਹਿਲਾਂ ਪਾਈ ਜਾਂਦੇ ਹੋ? ਪਹਿਲਾਂ ਸਵਾਹ ਪਾਣੀ ਹੈ, ਤੇ ਖੰਭ ਚੜੇ ਪਏ ਨੇ, ਤੈਨੂੰ ਪਤਾ ਹੀ ਹੈ। ਬੈਟਰੀ ਚਾਰਜ ਕਰ ਲੈ ਹਾਰਡ ਦੀ, ਗੱਡੀ ਰਾਤ ਚੜ ਗਈ ਹੈ, ਸਭ ਕੁਝ ਸੈਟਲ ਹੋ ਗਿਆ ਹੈ। ਕੀ ਸੌਖਾ ਵੱਡੇ ਬਾਬੇ ਦੀ? ਉਹ ਦਮ ਰੱਖ, ਮਿਲ ਕੇ ਦੱਸਦਾ ਸਾਰਾ ਕੁਝ। ਇਨਵੀਟੇਸ਼ਨ ਆਇਆ ਜੋਤੀ ਦੀ ਮੈਰਿਜ ਐਨਿਵਰਸਰੀ ਦਾ। ਇਹ ਜੋਤੀ ਉਹੀ ਨਹੀਂ ਜਿਹਦੇ ਕਰਕੇ ਆਪਣੀ ਗਾਨੀ ਦੇ ਮਣਕੇ ਖਿੰਡ ਗਏ ਸੀ? ਆਹੋ ਉਹੀ, ਅੱਜ ਉਹਦੇ ਹੀ ਫੰਕਸ਼ਨ ਤੇ ਸਾਰੇ ਮਣਕੇ ਦੁਬਾਰਾ ਤੋਂ ਪਰੋ ਦੇਣੇ ਆ। ਤੇ ਗੱਲ ਸੁਣ, ਟੌਰ ਕੱਟ ਕੇ ਆਈ, ਐਵੇਂ ਨਾ ਕਿਤੇ ਲੱਸੀ ਕਰਾ ਦੇਈਂ। ਓ ਜੀ, ਉਹ ਪੁੱਤਰਾ ਖੁਸ਼ ਕੀਤਾ ਈ। ਇਹਨਾਂ ਮਜ਼ਾ ਆ ਰਿਹਾ ਸੀ ਨਾ, ਮੈਨੂੰ ਲੱਗ ਰਿਹਾ ਸੀ ਜਿੱਦਾਂ ਮੈਂ ਆਪਣੇ ਵਿਆਹ ਦੇ ਵਿੱਚ ਹੀ ਭੰਗੜਾ ਪਾ ਰਿਹਾ। ਸੱਚ ਦੱਸਾਂ, ਫੀਲਿੰਗ ਮੈਂ ਵੀ ਇਹੀ ਲੈ ਰਹੀ ਸੀ। ਚੱਕੋ ਫਿਰ ਤਿਆਰੀ, ਪ੍ਰੋਬਲਮ ਕੀ ਹੈ? ਓ ਯਾਰ, ਕਿਉਂ ਮੈਡਮ, ਕਦੋਂ ਪਾਣਾ ਹੈ ਸ਼ਗਨਾਂ ਦਾ ਜੋੜਾ? ਇੰਨਾ ਸੌਖਾ ਨਹੀਂ। ਕਿਉਂ, ਹੁਣ ਕੀ ਪ੍ਰੋਬਲਮ ਹੈ? ਹਾਈ ਕੋਰਟ ਰੈਡੀ ਹੈ ਤਾਂ? ਪਰ ਸੁਪਰੀਮ ਕੋਰਟ ਨਹੀਂ ਰੈਡੀ। ਸੁਪਰੀਮ ਕੋਰਟ? ਮੇਰੇ ਪਾਪਾ। ਚੱਕ ਕੇ ਦੱਸ ਦੇ ਆਪਣੇ ਪਾਪਾ ਨੂੰ ਸਾਰਾ ਕੁਝ। ਮੈਂ ਆਪਣੇ ਪਾਪਾ ਨੂੰ ਤੁਹਾਡੇ ਬਾਰੇ ਦੱਸਾਂ? ਹੋਰ ਤੁਹਾਡਾ ਤਾਂ ਪਤਾ ਨਹੀਂ, ਮੈਨੂੰ ਕੈਨੇਡਾ ਤੋੜ ਦੇਣਾ ਪਾਪਾ ਨੇ। ਕਿਹੜਾ ਕੈਨੇਡਾ? ਕੋਈ ਹੈ ਕੈਨੇਡਾ ਤੋਂ,
पापा ने उन्हें भी होल्ड रखे हुआ है। बड़ा स्कीमी है तेरा बुड़ा। एक्सक्यूज मी, तमीज नाल। ओके सॉरी, आप जी प्लीज जाके अपने पापा जी नु मनाओ, ऐ गल नहीं बननी। तुसी कुछ करो ना, मेनू डर लगता, मैं नहीं कर सकती। ले असी किवें जाके दस सकदे तेरे पापा नु कि असी फ्रॉड कीता उन्हां दे नाल। ਨਹੀਂ ਮੁੰਡੇ ਵਾਲੇ ਵੈਸੇ ਵੀ ਜਾਂਦੇ ਨੀ ਚੰਗੇ ਲੱਗਦੇ, ਨਾਲੇ ਜਿੱਦਾਂ ਦਾ ਗੁੱਸਾ ਹੈ ਨਾ ਤੇਰੇ ਡੈਡੀ ਦਾ, ਉਹਨਾਂ ਤੇ ਡਾਂਗ ਦੀ ਲੋੜ ਨਹੀਂ, ਉਹਨਾਂ ਮੁੱਛਾਂ ਨਾਲ ਹੀ ਕੁੱਟ ਕੁੱਟ ਕੇ ਮਾਰ ਦੇਣਾ ਸਾਨੂੰ। ਤੇ ਹੋਰ ਸਾਰਾ ਦਿਨ ਅਖਬਾਰ ਚ ਵੜੇ ਰਹਿੰਦੇ ਹੋ ਨਾ, ਕਦੇ ਕੁੜੀ ਦੀ ਵੀ ਸਾਰ ਲੈ ਲਿਆ ਕਰੋ, ਮਸੇ ਇੱਕ ਦਿਨ ਵਾਸਤੇ ਆਈ ਹੈ ਮੇਰੀ ਧੀ। ਕਿੱਥੇ ਮੇਰੀ ਦਿਸ਼ੂ, ਉੱਥੇ ਕਿਉਂ ਖੜੀ ਪੁੱਤ, ਆ ਜਾ ਇੱਥੇ, ਆ ਜਾ ਬਹਿ ਜਾ। ਐ ਕਮਲੀ, ਮੈਂ ਤੇਰੇ ਨਾਲ ਗੱਲ ਕਰਨੀ ਸੀ। ਪਾਪਾ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਉਹ ਤੇਰੀ ਸੁਣਦੇ ਆ, ਪਹਿਲਾਂ ਦੇਖ ਅਖਬਾਰ ਦੀ ਸੁਣ, ਆ ਦੇਖ ਦੁਨੀਆਂ ਦਾ ਹਾਲ। ਵਿਦੇਸੀ ਲਾੜਾ ਨਿਕਲਿਆ ਦੇਸੀ ਹੈ ਕਿਵੇਂ, ਔਰ ਰੂਪਨਗਰ ਚ ਕਿਸੇ ਨੇ ਕੁੜੀ ਦਾ ਵਿਆਹ ਕੀਤਾ, ਕਹਿੰਦੇ ਜੀ ਮੁੰਡਾ ਅਮਰੀਕਾ ਤੋਂ ਹੈ ਪਰ ਨਿਕਲਿਆ ਮੋਹਾਲੀ ਤੋਂ। ਵਾਹਿਗੁਰੂ ਵਾਹਿਗੁਰੂ, ਨਾ ਇਹੋ ਜਿਹਿਆਂ ਨੂੰ ਤਾਂ ਥਾਣੇ ਦੇਣਾ ਚਾਹੀਦਾ। ਥਾਣੇ ਮੈਂ ਗੋਲੀ ਮਾਰ ਦਿੰਦਾ ਸਾਲੇ ਇਹੋ ਜਿਹਿਆਂ ਨੂੰ। ਸ਼ਰਮ ਆਈ ਛੱਡਤੀ ਲੋਕਾਂ ਨੇ, ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਖਰਾਬ ਕਰਨ ਵੇਲੇ ਸੋਚਦੇ ਹੀ ਨਹੀਂ ਕੁਛ, ਧੀ ਵਾਲੇ ਵੀ ਰਿਸ਼ਤਾ ਕਰਨ ਵੇਲੇ ਅੱਖਾਂ ਮੀਚ ਲੈਂਦੇ ਆ। ਚੱਲ ਛੱਡ, ਤੂੰ ਦੱਸ ਤੂੰ ਕੀ ਕਹਿ ਰਹੀ ਸੀ। ਮੈਂ ਕਹਿ ਰਹੀ ਸੀ ਕਿ ਤੁਸੀਂ ਨਾ ਮੇਰੀ ਟੈਨਸ਼ਨ ਨਾ ਲਿਆ ਕਰੋ। ਉਹ ਤਾਂ ਤੂੰ ਤਾਂ ਮੇਰੀ ਟੈਨਸ਼ਨ ਦੂਰ ਕਰਤੀ। ਦੱਸ ਕਦੋਂ ਬੁਲਾਵਾਂ ਯੂਕੇ ਵਾਲਿਆਂ ਨੂੰ? ਜਿਵੇਂ ਤੁਹਾਨੂੰ ਠੀਕ ਲੱਗੇ ਪਾਪਾ, ਤੁਹਾਡੀ ਮਰਜ਼ੀ। ਮੈਂ ਕੀ ਕਹਿ ਸਕਦੀ ਹਾਂ ਪਾਪਾ, ਚਾਹ ਪੀਓਗੇ? ਮੈਂ ਤੁਹਾਡੇ ਲਈ ਚਾਹ ਭੇਜਦੀ ਹਾਂ। ਆਈ ਦੇਖਿਆ ਕਿੰਨੀ ਸਿਆਣੀ ਹੈ ਮੇਰੀ ਧੀ, ਸਿੱਖ ਲੈ ਕੁਝ ਉਦੋਂ। ਨਾ ਕਦੇ ਆਪ ਵੀ ਸਿੱਖ ਲੋ ਕੁਛ, ਸਾਰੀ ਉਮਰ ਦੂਜਿਆਂ ਨੂੰ ਸਿਖਾਉਣ ਸੀ ਕੱਢਤੀ। ਤੂੰ ਸਿੱਧੀ ਗੱਲ ਨਾ ਕਰੀ ਕਦੇ, ਤੇਰੇ ਕਰਕੇ ਮੈਂ ਜਰਮਨ ਛੱਡ ਦਿੱਤਾ, ਪਰ ਤੂੰ ਆਪਣੀ ਕੀ ਕੜਾਇਆ ਨਾ ਛੱਡੀ। ਆਪਣੇ ਤੋਂ ਅਮੀਰ ਕੁੜੀ ਨਾਲ ਵਿਆਹ ਕਰਨਾ ਹੀ ਨਹੀਂ ਚਾਹੀਦਾ ਜੀ, ਸੁਣਦੀ ਹੀ ਨਹੀਂ। ਮੈਂ ਆਪਣੇ ਪਾਪਾ ਨੂੰ ਅਸਲੀਅਤ ਨਹੀਂ ਦੱਸ ਸਕਦੀ, ਉਹਨਾਂ ਨੇ ਤੁਹਾਨੂੰ ਦੋਨਾਂ ਨੂੰ ਗੋਲੀ ਮਾਰ ਦੇਣੀ ਹੈ। ਦੋਵਾਂ ਨੂੰ ਕਿਹੜੀ ਗੱਲੋਂ, ਗਲਤੀ ਇਹਦੀ, ਮੈਂ ਤੇ ਐਵੇਂ ਹੀ ਵਿੱਚ ਲਪੇਟੇ ਜੀ ਆ ਗਿਆ। ਟੱਪੀ ਜਾਣਾ ਹੈ, ਆਈਡੀਆ ਤਾਂ ਤੇਰਾ ਹੀ ਸੀ ਨਾ, ਯੂਕੇ ਵਾਲੇ ਬਣ ਕੇ ਜਾਓ ਲੱਗ ਮੂਰੇ ਹੁਣ। ਸੌਰੇ ਜਾਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ। ਬਾਂਦਰੀ ਕਿਹਨੂੰ ਕਿਹਾ, ਉਹ ਹਰ ਗੱਲ ਨੂੰ ਸੀਰੀਅਸਲੀ ਨਹੀਂ ਲਈਦਾ ਹੁੰਦਾ, ਕਹਾਵਤ ਹੈ ਆਪਣੇ ਤੇ ਨਹੀਂ ਲਈਦੀ ਹੁੰਦੀ ਗੱਲ। ਲਿਸਨ, ਜੇ ਤੁਸੀਂ ਫਾਲਤੂ ਦੀਆਂ ਗੱਲਾਂ ਕਰਨੀਆਂ ਨੇ ਤਾਂ ਮੇਰੇ ਕੈਨੇਡਾ ਜਾਣ ਤੋਂ ਬਾਅਦ ਕਰਿਓ। ਉਹ ਯਾਰ ਇੱਕ ਤਾਂ ਤੇਰਾ ਬੁੜਾ ਵੀ ਨਾ, ਡੈਡ ਤੇਰਾ। ਚੱਲ ਐਨੀਵੇਜ਼ ਅੱਗੇ ਦੱਸ ਹੁਣ ਕੀ ਬਣੂ। ਬਣਨਾ ਉਹੀ ਆ ਜੋ ਪਹਿਲੇ ਬਣੇ ਸੀ, ਯੂਕੇ ਵਾਲੇ ਬਣੇ ਰਹੋ। ਤੂੰ ਆਪਣੇ ਘਰ ਵਾਲਿਆਂ ਨੂੰ ਨਾਲ ਲੈ ਕੇ ਮੇਰੇ ਘਰ ਰਿਸ਼ਤਾ ਲੈ ਕੇ ਆ ਜਾ, ਮੌਕਾ ਆਉਣ ਤੇ ਆਪਾਂ ਪਾਪਾ ਨੂੰ ਸਾਰੀ ਗੱਲ ਕਲੀਅਰ ਕਰ ਦਾਂਗੇ। ਆਪਣੇ ਘਰਦਿਆਂ ਨੂੰ ਲੈ ਕੇ ਆਵਾਂ ਤੇਰੇ ਘਰੇ? ਲੈ ਦੱਸ। ਹਾਂ, ਜਾਲੀ ਯੂਕੇ ਵਾਲੇ ਬਣਾ ਕੇ। ਉਹ ਇਹ ਨਹੀਂ ਹੋ ਸਕਦਾ, ਇਹ ਹੋ ਹੀ ਨਹੀਂ ਸਕਦਾ। ਕਿਉਂ ਨਹੀਂ ਹੋ ਸਕਦਾ? ਇਹ ਜਾਣਦੀ ਨਹੀਂ ਮੇਰੇ ਡੈਡ ਨੂੰ, ਕੁੱਟ ਕੁੱਟ ਬੱਦਰੀ ਬਣਾ ਦੇਣੀ ਉਹਨੇ, ਕੁਝ ਹੋਰ ਸੋਚੋ। ਠੀਕ ਹੈ, ਮੇਰੇ ਕੋਲ ਤਾਂ ਰਾਹ ਹੈਗਾ ਕੈਨੇਡਾ ਦਾ, ਵੈਸੇ ਮੁੰਡਾ ਵੀ ਬੁਰਾ ਨੀਗਾ, ਤੂੰ ਕੁਝ ਸੋਚ ਲੈ। ਉਹ ਮੇਰੇ ਘਰਦਿਆਂ ਨੇ ਹਨੇਰੀ ਬੰਨ ਦੇਣੀ ਹੈ ਮੇਰੀ। ਜੁਗਾੜੀ ਤੂੰ ਸੋਚ ਕੁਛ। ਵਾਹ, ਸਾਰੇ ਜੁਗਾੜ ਮੇਰੇ ਕੋਲੋਂ ਹੀ ਕਰਾਈ, ਆਪ ਕੁਛ ਨਾ ਕਰੀ, ਮੈਨੂੰ ਤਾਂ ਗੂਗਲ ਹੀ ਸਮਝ ਰੱਖਿਆ ਯਾਰ ਨੇ, ਸਾਰੀਆਂ ਸਰਚਾਂ ਮੇਰੇ ਤੇ ਹੀ ਮਾਰਦਾ। ਆਹੋ, ਤੇਰਾ ਸਿਸਟਮ ਤਾਂ ਪਹਿਲਾਂ ਹੀ ਹੈਂਗ ਹੋਇਆ ਪਿਆ। ਦੇਖੋ ਇਹ ਜਿਹੜੇ ਪਿਆਰ ਮੁਹੱਬਤ ਹੁੰਦੇ ਨਾ, ਦਿਲਾਂ ਦੇ ਖੇਲ ਹੁੰਦੇ ਨੇ, ਗੱਲਾਂ ਨਾਲ ਥੋੜੀ ਨਿਭਦੇ ਨੇ, ਇਹਦੇ ਚ ਦਿਲ ਰੱਖਣਾ ਪੈਂਦਾ ਹੁੰਦਾ। ਕੁੜੀ ਵੇਖ ਕੇ ਮੈਂ ਡਟ ਕੇ ਖੜੀ ਆ, ਤੈਨੂੰ ਡਰਨਾ ਕੰਮ ਬਛੜਿਆ ਪਿਆ ਯਾਰ ਦਾ। ਲੈ, ਡਰਦਾ ਡੁਰਦਾ ਨੀ ਮੈਂ ਕਿਸੇ ਤੋਂ, ਇਹ ਤਾਂ ਉਹੀ ਮਾੜਾ ਜਿਹਾ ਡਰ ਚਲਾਉਂਦਾ। ਨਹੀਂ ਡਰਦਾ ਤੇ ਫਿਰ ਕਰ ਜੋ ਕੁੜੀ ਕਹਿੰਦੀ ਆ, ਹੈਂ ਗੱਡ ਦੇ ਝੰਡਾ ਪਾ ਦੇ ਰੌਲਾ, ਅਗਲੀ ਵੀ ਆਪਣੇ ਘਰਦਿਆਂ ਨੂੰ ਜਾ। ਨਹੀਂ ਤਾਂ ਭੁੱਲ ਜਾ ਮੈਨੂੰ। ਉਹ ਤੂੰ ਵੀਰੇ ਆਜ ਰੋਟੀ ਖਾ ਲਓ। ਹੁਣ ਮੈਂ ਤੈਨੂੰ ਲਿਖ ਕੇ ਦਵਾਂ, ਨਹੀਂ ਖਾਣੀ,
एक बारी कहता नहीं तो नहीं रोटी ना खा ला गुस्सा वीरे जिद ना करो आ जाओ तुसी रात भी नहीं खादी यानी मैं की कह रहा मगज कपाई ना कर जा अपना काम कर भज जा इथों की हो गया एहो जिहा मूंह क्यों बनाया होया वीरे ने रोटी पुछन गई सी चाची जी कहंदे मैं नहीं खानी ते उत्तों मैंने घूरिया भी क्यों भाई क्यों नहीं खानी पता नहीं ते रात भी नहीं खादी रोटी है तू मैनूं दस्या क्यों नहीं तबीयत तां ठीक है उहदी मैं करदा पता नहीं जी रहन दिओ मैं जाके गल करदी हां रुपिंदर नाल हां जी मालको की बणदा है मैं ठीक हां मैं तां कल च पूरा माहौल बनाता तेरे हाथ च कि तुसी आओगे इत्थे भी पूरा माहौल सेट कीता पिया खलारा पा के जो भी करना है जल्दी कर कर दे ताजी कंफ्यूज फिर देने पर मैं मना लेना कि मैंने किमे मना ले जल्दी नहीं ता मेरी डोली ते वाड़ी पान नु चक्कन जो गई रह जाएगा ओ तू घबरा ना ऐ नहीं होन देना यार ने हैं कोई आ रहा है मैं बैक कॉल कर रुपिंदर रुपिन रात तू कुछ नहीं खाता ऐ ना कर पुत मैनू भुख नहीं की गल है कोई गुस्सा गिला है तो दस ना आज तक इस तेरी कोई गल नहीं मोड़ी पर हुन मोड़ोगे हां दस हां रूप मन गए कर दे कि नहीं नहीं मैनू पता लग गया इस घर च मेरा कोई मोह नहीं हाय मैं मारशा ओए एदा ना कहो भरावा तेरे गड्डे नाल ही मेरा बच्चा बनया तू सही कह रहे ਸਾਨੂੰ ਸਾਰਾ ਕੁਝ ਛੱਡ ਛੜਾ ਕੇ ਨਾ ਸਾਧ ਬਣ ਜਾਣਾ ਚਾਹੀਦਾ ਨਾ ਪੁੱਤ ਨਾ ਮੈਂ ਤੈਨੂੰ ਕਦੋਂ ਸਲਾਹ ਦਿੱਤੀ ਹੈ ਸਾਧ ਬਣਨ ਦੀ ਉਹ ਤੂੰ ਕਹਿ ਤਾਂ ਰਿਹਾ ਚੱਲ ਕਰਦਾ ਮੈਂ ਰੁਪਿੰਦਰ ਆ ਕੀ ਕਹਿ ਰਿਹਾ ਪੁੱਤ ਤੂੰ ਤੇਰੀ ਕਿਹੜੀ ਗੱਲ ਨਹੀਂ ਮੰਨੀ ਅਸੀਂ ਅੱਜ ਤੱਕ ਤੂੰ ਮੈਨੂੰ ਦੱਸ ਮੈਂ ਤੇਰੀ ਗੱਲ ਮੰਨੂ ਪੱਕਾ ਤੇਰੀ ਸੌ ਪੁੱਤ ਪਰ ਡੈਡ ਨੇ ਨਹੀਂ ਮੰਨਣਾ ਫਿਰ ਤੂੰ ਆਪਣੀ ਮੌਮ ਨੂੰ ਨਹੀਂ ਜਾਣਦਾ ਉਹਨਾਂ ਨੂੰ ਮਨਾਉਣਾ ਮੇਰਾ ਕੰਮ ਤੂੰ ਬਸ ਮੈਨੂੰ ਗੱਲ ਦੱਸ ਹਾਂ ਬਾਈ ਸਰਦਾਰਨੀ ਹੈ ਕਿਵੇਂ ਹੈ ਰੁਪਿੰਦਰ ਖਾਧਾ ਪਿਤਾ ਹੋਣਾ ਕੁਛ ਓਏ ਹੈਲੋ ਮੈਂ ਤੈਨੂੰ ਪੁੱਛ ਰਿਹਾ ਉਹ ਕੰਨਾਂ ਚ ਰੂਤਾਂ ਨੀ ਪਸਾ ਲਈ ਤੂੰ ਤਾਂ ਯੋਗਾ ਕਰਦੀ ਨੀ ਚੁੱਪ ਕਰਦੀ ਹੁੰਦੀ ਅੱਜ ਕਿਵੇਂ ਮੌਨ ਤਾਰ ਲਿਆ ਚੱਲ ਨਾ ਬੋਲ ਨਹੀਂ ਬੋਲਣਾ ਤਾਂ ਚੰਨੋ ਬ੍ਰੇਕਫਾਸਟ ਮੈਂ ਤਾਂ ਕਰ ਲਿਆ ਜੀ ਓਏ ਮੈਂ ਆਪਣੇ ਲਈ ਮੰਗਿਆ ਤੁਹਾਡੇ ਲਈ ਤਾਂ ਜੀ ਬਣਿਆ ਨਹੀਂ ਕਿਸੇ ਦਾ ਕੀ ਮਤਲਬ ਚਾਚੀ ਜੀ ਦਾ ਆਰਡਰ ਹੈ ਜੀ ਵੀ ਘਰ ਵਿੱਚ ਰੋਟੀ ਨਹੀਂ ਬਣੂ ਕਿਸੇ ਦੀ ਓਏ ਮੈਂ ਕੀ ਸੁਣ ਰਿਹਾ ਮੈਡਮ ਓਏ ਮੈਂ ਤੇਰੇ ਨਾਲ ਗੱਲ ਕਰ ਰਿਹਾ ਸਰਦਾਰ ਨਹੀਂ ਹੈ ਇਹ ਕੀ ਹੋ ਰਿਹਾ ਘਰ 'ਚ ਭੁੱਖ ਹੜਤਾਲ ਦੇ ਨਾਲ ਨਾਲ ਮੌਨ ਵਰਤ ਵੀ ਹੈ ਚਾਚਾ ਜੀ ਇਹ ਚੰਨੋ ਕੀ ਕਹਿ ਰਹੀ ਹੈ ਬਈ ਇਹ ਤਾਂ ਧੱਕਾ ਹੈ ਯਾਰ ਸ਼ਰੇਆਮ ਬਲੈਕਮੇਲ ਕਰਨ ਵਾਲੀ ਗੱਲ ਹੈ ਓਏ ਮੈਂ ਪਾਗਲ ਹੋ ਜਾਣਾ ਮੈਨੂੰ ਕਾਰਨ ਦਾ ਤਾਂ ਪਤਾ ਲੱਗੇ ਇਸ ਘਰੇਲੂ ਅਨਸ਼ਨ ਦਾ ਓਏ ਹੈਲੋ ਸਰਦਾਰ ਨਹੀਂ ਹੈ ਓਏ ਵਾਸਤਾ ਓਏ ਰੱਬ ਦਾ ਮੈਨੂੰ ਹੋਰ ਨਾ ਸਤਾਓ ਗੱਲ ਦੱਸੋ ਹੈ ਕੀ ਬਿਨਾਂ ਸ਼ਰਤ ਤੋਂ ਕੋਰੇ ਕਾਗਜ਼ ਤੇ ਦਸਤਖਤ ਕਰਨਾ ਪੈਣਾ ਹੈ ਤੁਹਾਨੂੰ ਓਏ ਕੋਰੇ ਕਾਗਜ਼ ਤੇ ਭਾਵੇਂ ਮੈਥੋਂ ਪੰਜਾ ਲਵਾਲਾ ਖੇੜੀ ਵਾਲੇ ਢਿੱਲੋ ਸਾਹਿਬ ਦੀ ਕੁੜੀ ਦਿਸ਼ਾ ਨਾਲ ਵਿਆਹ ਕਰਾਉਣਾ ਹੈ ਰੁਪਿੰਦਰ ਦਾ ਓ ਜੀ ਦੀ ਮੈਂ ਫੋਨ ਤੇ ਲਾਪਾ ਕੀਤੀ ਸੀ ਉਹੀ ਹੈ ਰੁਪਿੰਦਰ ਉਸ ਕੁੜੀ ਨੂੰ ਚਾਹੁੰਦਾ ਹੈ ਤੇ ਕੁੜੀ ਵਾਲੇ ਰਿਸ਼ਤਾ ਕਰਨ ਨੂੰ ਤਿਆਰ ਵੀ ਹੋ ਗਏ ਨੇ ਤੇ ਚੱਲੋ ਫਿਰ ਜਨ ਲੈ ਕੇ ਮੈਂ ਕਦੋਂ ਨਾ ਆਖੀਏ ਪਰ ਉਹਦੇ ਲਈ ਨਾ ਆਪਾਂ ਦੋਨਾਂ ਨੂੰ ਯੂਕੇ ਵਾਲੇ ਬਣਨਾ ਪੈਣਾ ਯੂਕੇ ਵਾਲੇ ਹਾਂ ਉਹ ਕਿਵੇਂ ਬਣੀ ਦੇ ਉਹ ਕੀ ਹੈ ਨਾ ਜੀ ਰੁਪਿੰਦਰ ਉੱਥੇ ਯੂਕੇ ਵਾਲਾ ਮੁੰਡਾ ਬਣ ਕੇ ਉਹਨਾਂ ਨੂੰ ਮਿਲ ਕੇ ਆਇਆ ਇਸ ਲਈ ਸਾਨੂੰ ਵੀ ਇਹ ਡਰਾਮਾ ਆਪਣੇ ਮੁੰਡੇ ਲਈ ਕਰਨਾ ਪੈਣਾ ਹੈ ਤੇਰਾ ਦਿਮਾਗ ਤਾਂ ਠੀਕ ਹੈ ਮੈਥੋਂ ਨਹੀਂ ਹੋਣਾ ਜਾਂ ਕੁਛ ਠੀਕ ਹੈ ਫਿਰ ਧਰਨਾ ਜਾਰੀ ਹੈ ਇਹ ਰੁਪਿੰਦਰ ਕਿੱਥੇ ਹੈ ਓਏ ਰੁਪਿੰਦਰ ਓ ਜੀ ਤੁਹਾਨੂੰ ਮੇਰੀ ਸੌਂ ਇੰਜੇ ਮੁੰਡੇ ਨੂੰ ਕੁਛ ਕਿਹਾ ਰੁਪਿੰਦਰ ਇਹ ਕੀ ਸੁਣ ਰਿਹਾ ਮੈਂ ਬਹੁਤ ਅਫਸੋਸ ਹੋਇਆ ਤੂੰ ਮੇਰੇ ਕੋਲ ਗੱਲ ਕੋਈ ਆਪਣੇ ਡੈਡ ਕੋਲੋਂ ਇੱਕ ਵਾਰ ਤਾਂ ਗੱਲ ਕਰਦਾ ਮੇਰੇ ਨਾਲ
नाले ए तू किवें सोच लिया कि मैं तेरे नाल नहीं खड़ूंगा। सॉरी डैड, लव यू डैड। दिल नहीं छड़ीदा हुंदा, तेनों जिहड़ा पंजाब नूं लाइटली लैंदा ना, हुण इहनूं दसांगे यूके आले बण के की भावकदी है। खड़ी की कर दी है पड़ी मान से खिच दारी। यस यस ऑलराइट ऑलराइट। ओ नहीं यार ये नहीं ठीक। ओ मैडम आ केड़े यब नु पढ़ाता यार मेनू। सरदार साहब जरा सिंसियरली याद करो। ओ याद ही तक करी जाने कदों दे। यस यस नो ओ या ओ या ओ या या आ गया। बहरले लै हुण मैथों भी सुन। किद्दां जिया जिद्दां अगे नी डाउन करने ही पेंदे है। आ गया पकड़ च हुण नहीं आपां लई दे। आ गया दी तेरी इस तरह पहली बार हुंदी देखी जिद्दां। हां ले मैनू भी बोलना आ गया जिद्दां। इन्ना टाइम हो गया फेसबुक पे सेकंड प्राइम मुंडे भी पहुंचदे होंगे। वे मुंडे ओ आ लो प्रसाद, आज संगरांद है। वाहेगुरु साडा देसियां दा देसी महीना चढ़िया अज। ए भी तां देसी ही ने कड़ा बलैती आ। असी तो मुनी वीरे तो हेल्प लेनी है, तू शरेआमे दसी जन्ना। नहीं संगरांद अज हैगी है, फिर गुरुद्वारे जाके स्पीकर च बोलिया भाई नगर खेड़े नु बेनती कीती जांदी है, दो नकली यूके आले पिंड च फिरदे है, कुंडे जिंदे ला लो, दलीप सिंह दी कुड़ी नु खतरा। तू तो दिल नु ला गया, मैं तो चौड़ करदा सी यार। तेरी चौड़ च साडा झुग्गा चौड़ हो जाणा टकिया रे। रू भाई मैनूं तां तेरे वाली कहानी ना तीदो रांझे दी कहानी नु भी खूंजे लाओ। ले किदां बैठ बैठ गल्लां खादा है सूरत सीरत बेटी हूं तो बेटी है जी साडे कोल गेस्ट बन के आया करो साडे बनी भावा दूजे दिन गेड़ा मारे आया करे असी केड़े सोहरे वांगू रखनी है। यूसी यूसी बोलदा है ना 30 साल पहला वांगी। यू नो मैं मेरी वाइफ नु क्या सी कि मैं पंजाब च देसी बोलन दी ट्राई करांगा। पर मैं क्या सी नहीं बोल सकोगे, भूल गए होगे। कितने फुल्लियां डाल कितने फुल्लियां। हे डैड यू स्पीक सो वेल, किदा लाइक इट नाइस या। मैं तो आप और अंकल को देसी बोलन दी किदा कोचिंग लेनी आ। चलो जी ये गल्लां तां सारी उम्र हुंदियां रहणियां ने, हुण आपां ए देखिए वी मंगणी कदी रखणे ते व्याह कदा। क्यों जी विचोला तां वेला होण नूं फिरदा है, सानू तां जिवें भैंजी होरी कहणगे मंजूर है जी। देखो जिदा असि ना शो ऑफ च बिलकुल बिलीव नहीं करते, असि बेटी नू ना जिदा लाइक चुन्नी चढ़ा के ले जांगे, नो फालतू मनी वेस्ट करना जिदा। ते ना ही कोई गिफ्ट लेना या ओ अजकल की पंजाब च रिवाज या बैठ गया की आंदे आ उनू दादे जी। या 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 नो दाज नो दहे ओनली बेटी। मतलब भी बचोले नू भी छांपनी पौगी। ले किदा कहंदे ना चोर नालों पंड काली आ, तेनू किदा पहला छगी फुल कढ़ा देवांगे। और कुड़ियां लई हुंदा डीजे हुण ना कहदी वी सेम ही आ। किदा बड़ावा तू किन्ना ही ओदा ठीक आ, तेरी कंट्री आ। वेखो जी ताज दहेज वाली गल ना करियो जिदा। खुश किता गरेवाल साहब, ए है जी बाहर लियांदी सोच, इसे करके मैं अपनी धी दा विआह बाहर करना चाहुंदा।
मैं तो कहना है फिर कमिंग संडे नु आपा सारा कुछ किदा फाइनल कर लेनी है किदा किंदी तू की कहंदी है जिने बड़े फैसला करेंगे किंद्रो में अपने डैडी नु दस देगी ओ ऑलराइट या किदा संडे फाइनल कर लेने है यप ये बड़ा काला होया या किदा हैं वड्या च नहीं बोलीदा हुंदा पुत्तर पर ऑलराइट या हां जी फिर संडे नु होने जी दीदा तोडे कोल हैं सत वचन जी टिलो साहब हियर आई बट दसो दा सी होया की है देखो जी मैं जानदा तुसी अच्छे लोग हो पर मैं किते होर हां कर दीती है ओ मुंडा भी ता एनआरआई है डज नॉट गुड लुक टिलो साहब पता मैं लॉट्स ऑफ कुड़ियां विचो एक भी कुड़ी नहीं देखी बिकॉज़ मी वेरी मच लुक ऑन यू टिलो साहब मैं तो होर गल नहीं हो रही प्लीज टॉक टू लवली गल करे ता मुकर गया टिलो साहब की होया देखो लवली जी असी तुहानू कोई हां ता कीती नहीं सी ਟਿੱਲੋ ਸਾਹਿਬ ਤੁਹਾਨੂੰ ਪਤਾ ਸਾਡਾ ਵਿਚਾਰਾ ਮਿੰਟੂ ਪੂਰਾ ਦਿਨ ਫੇਸਬੁੱਕ ਤੇ ਤੁਹਾਡੀ ਬੇਟੀ ਦਾ ਹੀ ਫੇਸ ਦੇਖਦਾ ਰਹਿੰਦਾ ਹੈ ਦੇਖਦਾ ਰਹਿੰਦਾ ਹੈ ਕੋਈ ਗੱਲ ਨਹੀਂ ਜੀ ਹੁਣ ਤੁਸੀਂ ਮਿੰਟੂ ਨੂੰ ਕਹਿ ਦਿਓ ਕਿ ਦਿਸ਼ਾ ਦਾ ਫੇਸ ਫੇਸਬੁੱਕ ਤੇ ਦੇਖਣਾ ਬੰਦ ਕਰ ਦੇ ਚੰਗਾ ਜੀ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਕੱਟ ਗਿਆ ਹਾਏ ਰੱਬਾ ਪਤਾ ਨਹੀਂ ਕਿਹੜਾ ਬਹਿ ਗਿਆ ਸਾਡੇ ਜੋੜਾਂ 'ਚ ਆਈ ਨੋ ਬੈਡ ਲੱਕ ਬੈਡ ਲੱਕ ਤਾਂ ਹੁਣ ਗੁੱਡ ਕਰਕੇ ਹਟੂ ਸਾਮੀ ਤਕੜੀ ਹੈ भूल गया तू तो मेरे घर दे घर वाली है मेनू ढिली नी करन दिंदी पॉकेट फिकर ना करो व्याह तो बाद कैंची थोड़े पॉकेट पे चलनी है ਮੈਨੂੰ ਨਹੀਂ ਸੀ ਕਿਦਾ ਪਤਾ ਵਿਆਹ ਦੇ ਵਿੱਚ ਇਦਾਂ ਪਾਪੜ ਵੀ ਲੈਣੇ ਪੈਂਦੇ ਹਾਂ ਹਾਉ ਮੀਨ ਇੱਕ ਮਿੰਟ ਵਿਆਹ ਤੋਂ ਡਿਲੀ ਪਾਪੜ ਹੈ ਓਕੇ ਵੇਟ ਇੱਕ ਡਰੈਸ ਮੈਂ ਹੋਰ ਲੈ ਕੇ ਆਉਂਗਾ ਸੌਰੀ ਗਾਇਸ ਇਫ ਆਈ ਵਾਸ ਨਾਟ ਰੋਂਗ ਦੈਟ ਗਰਲ ਢਿੱਲੋ ਦੀ ਕੁੜੀ ਨਹੀਂ ਇਹ ਕੁੜੀ ਕਿਤੇ ਪਾਗਲ ਹੈ ਇਹ ਕਿਤੇ ਸ਼ੁਰੂ ਤੋਂ ਪਾਗਲ ਸੀ ਕਿ ਕਿਦਾਂ ਹੋਣਾ ਹੋਈ ਹੈ ਜਾਨੂੰ ਤਾਂ ਪਤਾ ਹੋਣਾ ਤੇਰੀ ਪੁਰਾਣੀ ਜਾਨ ਹਾਂ ਓਏ ਇਹ ਤਾਂ ਹੋਈ ਹੈ ਮਿੰਟੂ ਪਰ ਛੱਡ ਪਰਾ ਹੁਣ ਸਾਨੂੰ ਕੀ ਲੈਣਾ ਇੱਕ ਮਿੰਟ ਆ ਜਿਹੜਾ ਸਰਦਾਰ ਹੈ ਇਹ ਉਹੀ ਨਹੀਂ ਬਾਏ ਬਾਏ ਇੰਡੀਆ ਵਾਲਾ ਵੈਸੇ ਤੇ ਕਿੱਦਾਂ ਮੈਂ ਟੂਣੇ ਟਾਮਣੇ ਤੇ ਯਕੀਨ ਕਿੱਦਾਂ ਕਰਦਾ ਹਾਂ ਉਹੀ ਹੈ ਮੈਨੂੰ ਲੱਗਦਾ ਦਿਸ਼ਾ ਦਾ ਰਿਸ਼ਤਾ ਨਾ ਇੰਨੇ ਹੀ ਕਰਾਇਆ ਹੋਣਾ ਆ ਜਿਹੜਾ ਨਾਲ ਤੁਰਿਆ ਫਿਰਦਾ ਜੈਂਕੀ ਜਾਂ ਮੁੰਡਾ ਇਹਦੇ ਨਾਲ ਹੀ ਕਰਾਇਆ ਹੋਣਾ ਕਿੱਦਾਂ ਲੱਗਦਾ ਹੈ ਮੈਨੂੰ ਤਵੀਤ ਕਰਾ ਕੇ ਦੇਣਾ ਪੈਣਾ ਹੀ ਹੈ ਕਿੱਦਾਂ ਮਿੰਟ ਮੁੰਡਾ ਤੇ ਕੈਂਟ ਹੈ ਬੜੀ ਛੇਤੀ ਨੀਤ ਫਿੱਟੀ ਤੇਰੀ ਮੈਂ ਤਾਂ ਹੁੰਜੀ ਕਹਿ ਰਹੀ ਸੀ ਸਾਨੂੰ ਯਾਰ ਇਹਨਾਂ ਗੱਲਾਂ 'ਚ ਕਿਤੇ ਸਮਝ ਹੀ ਨਹੀਂ ਹੈ ਇਹ ਸਰਦਾਰ ਲੋਟਸ ਆਫ ਦੰਦੀਆਂ ਕਿਉਂ ਕੱਢ ਰਿਹਾ ਵਟ ਆਈ ਵਾਸ ਨਾਟ ਅੰਡਰਸਟੈਂਡ ਯੂ ਕੈਨ ਅਬਮ ਕਿਉਂ ਬੋਲ ਰਿਹਾ ਆਈ ਨੋ ਮਿੰਟੂ ਇਸ ਵਾਰ ਤਾਂ ਮੈਂ ਸੋਚਿਆ ਹੀ ਨਹੀਂ ਫਿਰ ਸੋਚ ਯੂ ਨੋ ਜਦ ਤੱਕ ਜੇ ਹੁਣ ਵਿਆਹ ਨਹੀਂ ਨਾ ਹੋ ਜਾਂਦਾ ਮੈਂ ਤੇ ਕਿਦਾਂ ਹੁਣ ਯੂਕੇ ਵਾਲਿਆਂ ਨੂੰ ਆਈ ਥੋਟ ਦੇ ਆਰ ਆ ਐਲੀਫੈਂਟੀ ਐਲੀਫੈਂਟੀ ਫਾਰ ਈਟਿੰਗ ਹੋਰ ਫਾਰ ਚੀਟਿੰਗ ਹੋਰ ਹਾਂ ਮਤਲਬ ਗੇਮ ਲੱਗਦਾ ਉੱਪਰ ਵਾਲੇ ਨੇ ਗੇਮ ਦੁਬਾਰੇ ਆਪਣੇ ਹੱਥਾਂ ਵਿੱਚ ਦੇ ਲਿਆ ਹੁਣ ਫਿਰ ਖੇਡਾਂਗੇ ਚੱਲ Oh, she's there now. Look at her. ਉਹਦੇ ਵੱਲ ਕੀ ਦੇਖੀ ਨਹੀਂ ਹੈ? Just forgot him. Remember me. I am permanent. ਚੱਲ, just follow me. Oh, hello, ਚੱਲ ਹੋਣਾ। ਕੀ ਸੋਚ ਰਹੇ ਹੋ ਦਿਸ਼ਾ ਜੀ? ਕੋਈ ਟੈਨਸ਼ਨ? ਟੈਨਸ਼ਨ ਹੈ। ਕਿੰਨੀ ਦੇਰ ਲੁਕੋ ਕੇ ਰੱਖਾਂਗੇ ਸੱਚ ਨੂੰ? ਲੈ, ਜਦੋਂ ਤੈਨੂੰ ਠੀਕ ਲੱਗਿਆ ਜਾ ਕੇ ਦੱਸ ਦੇਈਂ ਆਪਣੇ ਘਰਦਿਆਂ ਨੂੰ। ਮੈਂ ਤੈਨੂੰ ਕਿਹਾ ਨਾ ਮੈਂ ਨਹੀਂ ਦੱਸਣਾ ਤੂੰ ਦੱਸਣਾ ਹੈ ਜਾਂ ਤੇਰੇ ਕਰਦਿਆਂ ਨੇ ਹਲੋ ਕੀ ਗੱਲ ਅੱਜ ਬੜੀ ਕਾਲੀ ਅਲਾਮਾ ਲੈਣ ਦੀ ਕਿੱਦਾਂ ਕੀ ਮਤਲਬ ਕਲਗੀਆਂ ਲਾ ਲੀਆਂ ਸੇਰੇ ਬੰਨ ਲੈ ਕਿੱਦਾਂ ਤੂੰ ਹੈ ਕੌਣ ਜਿਹਨੇ ਜਾਣਾ ਸੀ ਵਿਆਹ
But you boys entered with jolly IDs. Yeah, to gal karta teri problem ki hai. Lots of clavery chaddo nakli UK wale ho. Eh meri gal Rupinder Garewal nu vi samjha di. Gillan wale nu. Main kida tere na gal. Hello. Time waste na kar Diljit Jagadi. Came to me at the spot of Mitran da Tapa. Hello. ਅੱਜ ਨਵਾਂ ਸਿਆਪਾ ਕਿਹੜਾ ਪੈ ਗਿਆ ਵਿੱਚ ਯਾਰ। ਹੈਲੋ। ਹਾਂ ਰੂਪ, ਆਪਣੀ ਕੀਤੀ ਕਰਾਈ ਖੂਹ ਚ ਪੈ ਚੱਲੀ ਸਾਰੀ। ਕੀ ਹੋ ਗਿਆ, ਧੂਆਂ ਕਿਉਂ ਛੱਡੀ ਜਾਂਦਾ? ਬਸ ਕਬਾੜਾ ਹੋ ਗਿਆ ਆਪਣਾ, ਵਿਆਹਾਂ ਤੋਂ ਪਹਿਲਾਂ ਹੀ ਤਲਾਕ ਹੋ ਜਾਣੀ। ਦਿਮਾਗ ਠੀਕ ਹੈ ਤੇਰਾ? ਮੇਰਾ ਠੀਕ ਹੈ, ਪਰ ਕਿਸੇ ਪਤੰਦਰ ਦਾ ਸੈੱਟ ਕਰਨ ਵਾਲਾ ਹੋਇਆ। ਤੂੰ ਇਦਾਂ ਕਰ, ਫਟਾਫਟ ਮੇਰੇ ਕੋਲ ਆ ਜਾ, ਬਸ ਉੱਡ ਕੇ ਆ ਜਾ। ਓਕੇ ਮੈਂ ਹੁਣ। Yes. बैठो। सही पछाण रहे हो सरदार साहब, ना जे पहला डील कर लेंदे चंगे ना रहंदे। तू चाहना की है? ढिलों की कुड़ी नूं वाइफ टाइप बनाउणा। मैं गाटा ला देना तेरा। ना 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 ना। 302 बन जू मर जू पुत बगाना। मैं हुणे फोन करके ढिलों नाल गल कर लैंदा। Who are you in the truth of life? एक मिंट। ਪਹਿਲਾਂ ਇਹਦਾ ਸਾਨੂੰ ਬੁਲਾਇਆ ਕਿਉਂ ਹੈ? ਡੀਲ ਕਰਨੀ ਚਾਹੁੰਦਾ, ਉਹ ਵੀ ਸਿਰਫ 1 ਕਰੋੜ ਦੇ ਵਿੱਚ। ਨਹੀਂ ਤਾਂ ਮੈਂ ਰੌਣਕਾਂ ਲਾ ਦੇਣੀਆਂ ਨੇ ਸ਼ੁਭ ਆਨੰਦ ਕਾਰਜ ਤੇ ਜਾ ਕੇ। ਕਿਵੇਂ ਕਰੀਏ? ਕਰਨਾ ਕੀ, ਦੇ ਦਿੰਦੇ 1 ਕਰੋੜ ਰੁਪਈਆ, ਇੰਨਾ ਕੁ ਤਾਂ ਬਣਦਾ ਉਹਦਾ ਅਗਲੇ ਦਾ। ਕੈਸ਼ ਪਏ ਤੇਰੇ ਕੋਲ? ਹੈਗੇ ਮੇਰੇ ਕੋਲ, ਆਫਿਸ ਪਏ। ਡੀਲ ਡਨ ਮਿੱਤਰਾ, ਪਰ ਇਹਦੇ ਵਾਸਤੇ ਮੇਰੇ ਆਫਿਸ ਚੱਲਣਾ ਪੈਣਾ ਕਿਉਂਕਿ ਪੈਸੇ ਉੱਥੇ ਪਏ ਆ। ਡੋਂਟ ਆਈ ਮਾਈ, ਕਿਤੇ ਵੀ ਲੈ ਚੱਲੋ, ਫੁੱਲ ਮਨੀ ਫੁੱਲ ਡੀਲ। ਸੋ ਸਵੀਟ ਆਫ ਯੂ। ਲੈ ਵੀ ਕਰਤੀ ਤੇਰੀ ਪੇਮੈਂਟ, ਡੋਲੀ ਤੁਰਨ ਤੱਕ ਗਿਣੀ ਚੱਲੀ। ਉਹ ਵੀਰ ਜੀ, ਮੈਂ ਤਾਂ ਕਿਡਿੰਗ ਕਰ ਰਿਹਾ ਸੀਗਾ, ਮੈਨੂੰ ਪਤਾ ਤੁਸੀਂ ਵੀ ਕਿਡਿੰਗ ਕਰ ਰਹੇ ਹੋ ਨਾ। 1 ਕਰੋੜ ਹੈ? ਓ, 1 ਕਰੋੜ ਰੁਪਇਆ ਵੱਧ ਲੱਗਦਾ ਵੀਰ ਜੀ, ਤਾਂ ਲੱਖ ਦੇ ਦਿਓ। ਹੁਣ ਹਜ਼ਾਰਾਂ ਦੀ ਗੱਲ ਕਰਦੇ ਤਾਂ ਤੁਸੀਂ ਵੀ ਚੰਗੇ ਨਹੀਂ ਲੱਗਦੇ ਨਾ ਵੀਰ ਜੀ। ਬੜਾ ਬਸ਼ਰਮ ਆਦਮੀ ਯਾਰ। ਵੀਰ ਜੀ ਗੱਲ ਸੁਣੋ, ਚਾਹੇ ਦੀ ਮੈਨੂੰ 2005 ਤੋਂ ਪਹਿਲਾਂ ਨੋਟ ਦੇ ਦਿਓ, ਮੈਂ ਉਹ ਵੀ ਚਲਾ ਲੂੰਗਾ। ਹੋਰ ਦੱਸੋ ਮੈਂ ਕੀ ਡਿਸਕਾਊਂਟ ਦੇਵਾਂ? ਹੋਰ ਲੱਸੀ ਚੱਲ ਰੱਸੀ ਦਾ ਪੁੱਠੇ ਹੱਥ ਹੀ ਮਾਰਾਂ ਮੈਂ ਤੇਰੇ ਬਾਂਦਰ ਤੇ। ਓ ਫਿਟੇ ਮੂੰਹ ਨਾਲਿਆ ਕਰੋ, ਕਿਤੇ ਬਿਸ਼ਰਮਾ ਕਿੰਨੀ। ਓ ਕੱਪੜੇ ਕਿੱਧਰ ਵੀਰ ਜੀ, ਗੱਲ ਤਾਂ ਹੈਲੋ ਵੀਰ ਜੀ, ਮੇਰੇ ਕੱਪੜੇ ਤਾਂ। ਓਏ ਬਕਵਾਸ ਨਾ ਕਰ, ਸਾਰੇ ਨੂੰ ਮਿਲਿਆ ਥੋੜੇ ਜਿਹਾ ਰੱਖ ਲੈ। ਓ ਮੈਂ ਕੱਪੜੇ ਤਾਂ ਉਹ ਵਿਚਾਰਾ ਕਿੱਦਾਂ ਪਾਣੀ ਤਾਂ ਉਹ ਹੁੰਦਾ ਹੋਣਾ ਹੈ ਕਿਹੜਾ ਉੱਥੇ ਬੰਨਿਆ ਹੈ ਆਪਾਂ। ਪਤੰਦਰ ਕਿੱਦੇ ਸਾਡੇ ਨਾਲ ਸਿੰਘ ਫਸਾਉਂਦਾ ਸੀ। ਦੇਖੋ ਜੀ, ਵਿਆਹ ਹੋਵਨ ਤੇ ਇੰਜ ਹੋਵਨ, ਨਾ ਹੀ ਕੋਈ ਰੌਲਾ ਰੱਪਾ ਹੋਵੇ ਤੇ ਨਾ ਹੀ ਕੋਈ ਬਹੁਤਾ ਕੱਠ ਹੋਵੇ। ਚਾਵਲਾ ਸਾਹਿਬ, ਇੰਡੀਆ 'ਚ ਤੁਸੀਂ ਕਿਸ ਕਿਸ ਨੂੰ ਸਮਝਾਓਗੇ? ਇੱਥੇ ਤਾਂ ਸੋਸੇਬਾਜ਼ੀ ਇਜ਼ ਇਕੁਅਲ ਟੂ ਮੈਰਿਜ। ਐਕਸਕਿਊਜ਼ ਮੀ ਢਿੱਲੋਂ ਸਾਹਿਬ, ਲੇਟ ਕਾਹਨੂੰ ਕਰਨਾ ਆ? ਜੇ ਤੁਸੀਂ ਠੀਕ ਸਮਝੋ ਮੇਰੇ ਵਾਲੀ ਵੀ ਧੂੜਾਂ ਪੱਟੀ ਜਾਂਦੀ ਅੱਜ। ਹੈਲੋ, ਐਨੀ ਲੰਮੀ ਹੈਲੋ
ਲੱਗਦਾ ਕੰਮ ਬਣ ਗਿਆ ਹੈ ਨਾ ਉਹ ਮੇਰੀ ਗੇਮ ਨੀਅਰ ਟੂ ਐਂਡ ਹੈ ਕਮਰ ਲਈ ਮੈਨੂੰ ਡੀਜੇ ਨੇ ਆਪਣੇ ਆਫਿਸ ਬੰਨ ਰੱਖਿਆ ਛੇਤੀ ਆ ਓ ਮਾਈ ਗੋਡ ਡੋਨਟ ਮਾਈ ਮੈਂ ਹੁਣੇ ਓਕੇ ਡੋਨਟ ਮਾਈ ਹਾਂ ਠੀਕ ਹੈ ਇੱਕ ਗੱਲ ਸੁਣ ਕੱਪੜੇ ਨਾਲ ਚੱਕ ਲੈ ਗਿਆ ਹੀ ਤੇ ਮੇਰਾ ਹੈਲੋ ਹੈਲੋ ਕੱਟ ਗਿਆ ਇੱਕ ਤਾਂ ਜਨਾਨੀਆਂ ਪੂਰੀ ਗੱਲ ਵੀ ਨਹੀਂ ਸੁਣਦੀਆਂ ਉਹ ਚਾਹੀਦੀ ਘੰਟਾ ਗੱਲਾਂ ਮਰ ਜਾਣ ਕੰਮ ਦੀ ਗੱਲ ਨਹੀਂ ਸੁਣਨੀ ਬਸ ਬੇਟਾ ਜੀ ਆ ਜਾਓ ਜਿੱਦਾਂ ਕਿ ਰਿੰਗ ਸੈਰੇਮਨੀ ਸ਼ੁਰੂ ਕਰੀਏ ਹਾਂਜੀ ਇਹ ਮੁੰਦਰੀ ਨੀ ਪੁੱਤ ਸਾਰੀ ਉਮਰ ਲਈ ਜੂੜ ਪੈ ਚੱਲਿਆ ਨਾ ਇਹਨਾਂ ਦੋਨਾਂ ਨੇ ਬਣਾਇਆ ਦੈਟ ਵਾਸ ਸਿਟਿੰਗ ਔਨ ਚੇਅਰਸ ਮੈਂ ਸੱਚ ਕਹਿ ਰਿਹਾ ਢਿੱਲੋਂ ਸਾਹਿਬ ਇਹ ਮੈਰਿਜ ਕੈਂਸਲ ਕਰੋ ਉਹ ਤੂੰ ਹੁੰਦਾ ਕੌਣ ਹੈ ਓਏ ਮੈਰਿਜ ਕੈਂਸਲ ਕਰਾਉਣ ਵਾਲਾ ਤੁਹਾਡੇ ਨਾਲ ਧੋਖਾ ਹੋਇਆ ਢਿੱਲੋਂ ਸਾਹਿਬ ਇਹ ਮੁੰਡੇ ਹੀ ਉੱਕੇ ਸ਼ੁਕੇ ਤੋਂ ਨਹੀਂ ਹੈਗੇ ਅੱਛਾ ਤੇਰੇ ਕਜ਼ਨ ਨਾਲ ਵਿਆਹ ਨਹੀਂ ਕੀਤਾ ਇਸ ਕਰਕੇ ਤੁਸੀਂ ਇਹ ਸਰਕਤ ਤੇ ਆ ਗਏ ਇਹ ਦੋਨੇ ਐਨਆਰਆਈ ਨਹੀਂ ਦੇਸੀ ਨੇ ਵਨ ਮੋਮੈਂਟ ਕਿਦਾਂ ਤੇਰਾ ਨਾਮ ਇੰਦਰਪਾਲ ਸਿੰਘ ਨਹੀਂ ਆ ਯੈਸ ਸਾਈ ਬਾਸ ਮਤਲਬ ਹੈਗਾ ਕਿਦਾਂ ਤੂੰ ਦੱਲੇ ਪਿੰਡ ਦਾ ਨਹੀਂ ਆ ਆਹੋ ਹੈਗਾ ਨਹੀਂ ਨਹੀਂ ਤੁਸੀਂ ਕਿਦਾਂ ਦੋਨੋਂ ਆਪਸ ਵਿੱਚ ਹਸਬੈਂਡ ਵਾਈਫ ਨਹੀਂ ਆ ਹਾਂ ਹੈਗੇ 100% ਆ ਲੋ ਗੱਲ ਗੱਲ ਲੋ ਗੱਲ ਇਹਨੇ ਘਟਿਆ ਬੰਦੇ ਹੋ ਤੁਸੀਂ ਉਹ ਤੁਸੀਂ ਤੀਵੀਂ ਆਦਮੀ ਹੋ ਸਾਲਿਆ ਬੀਟ ਮੀ ਪਰ ਟਰੁੱਥ ਇਜ਼ ਟਰੁੱਥ ਇਹ ਦੋਵੇਂ ਜਾਲੀ ਨੇ ਇਹ ਤਾਂ ਕਦੇ ਗੁਵਾਰੀ ਟੱਪੇ ਯੂਕੇ ਸਵਾ ਜਾਣਾ ਇਹਨਾਂ ਨੇ ਓਏ ਤੂੰ ਖੁਦ ਫਰਾਡ ਹੈ ਦੂਜਿਆਂ ਨੂੰ ਬਦਨਾਮ ਕਰਦਾ ਇਹ ਤੇਰਾ ਜਵਾਈ ਗੱਲਾਂ ਦਾ ਰੁਪਿੰਦਰ ਸਿੰਘ ਗਰੇਵਾਲ ਹੈ ਤੇ ਜਿਹੜਾ ਡੀਜੇ ਬਣਿਆ ਫਿਰਦਾ ਇਹ ਹੈ ਦਲਜੀਤ ਸਿੰਘ ਜੁਗਾੜੀ ਜਿਹੜਾ ਜੀਰਕਪੁਰ ਦੀ ਗੰਦੀ ਜੀ ਬੀਹੀ ਦੇ ਵਿੱਚ ਬਾਏ ਬਾਏ ਇੰਡੀਆ ਨਾਮ ਦੀ ਕੰਪਨੀ ਚਲਾਉਂਦਾ ਹੈ ਜੀ ਹਾਂ ਤੇ ਸਾਰਾ ਡਰਾਮਾ ਨਾ ਇਹਨਾਂ ਦਾ ਹੀ ਰਚਿਆ ਹੋਇਆ ਤੇ ਮੈਂ ਦੱਸਾਂ ਨਾਲ ਮਾਂ ਪਿਓ ਵੀ ਰਲੇ ਹੋਏ ਨੇ ਗਰੇਵਾਲ ਸਾਹਿਬ ਚੁੱਪ ਕਿਉਂ ਮੂੰਹ ਬੰਦ ਕਰੋ ਇਹਨਾਂ ਬਦਮਾਸ਼ਾਂ ਦਾ ਬੋਲੋ ਹੁਣ ਗਰੇਵਾਲ ਸਾਹਿਬ ਕਿੱਦਾਂ ਜੂਕੀ ਵਾਲਿਆਂ ਦੇ ਦੰਦਲ ਪੈ ਗਈ ਹੁਣ ਵੇਖੋ ਢਿੱਲੋਂ ਸਾਹਿਬ ਗੱਲ ਇਹ ਹੈ ਹਾਂ ਤਾਂ ਅਸੀਂ ਗਿੱਲਾਂ ਦੇ ਇੱਕ ਮਿੰਟ ਤੁਸੀਂ ਉਹੀ ਗੱਲਾਂ ਤੋਂ ਗਰੇਵਾਲ ਨਹੀਂ ਨਾ ਜਿਹਨੇ ਮੈਨੂੰ ਇੱਕ ਵਾਰੀ ਫੋਨ ਕੀਤਾ ਸੀ ਸਾਡੀ ਕੁੜੀ ਲਈ ਹਾਂ ਸਾਵਾਂ ਹੀ ਆ ਮੈਂ ਤੈਨੂੰ ਜਵਾਬ ਦਿੱਤਾ ਸੀ ਕੋਰਾ ਬਈ ਮੁੜ ਕੇ ਮੈਨੂੰ ਫੋਨ ਨਾ ਕਰੀ ਪਰ ਤੂੰ ਇੰਨਾ ਘਟੀਆ ਨਿਕਲਿਆ ਸਿੱਧਾ ਜੰਨ ਲੈ ਕੇ ਆ ਗਿਆ ਲਾਣਾ ਤਾਂ ਤੇਰੇ ਤੇ ਸ਼ਰਮ ਆਉਣੀ ਚਾਹੀਦੀ ਤੈਨੂੰ ਸ਼ਰਮ ਓਏ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਹੈ ਜਿਹਨੂੰ ਸਾਰੇ ਪੰਜਾਬ 'ਚ ਕੋਈ ਮੁੰਡਾ ਹੀ ਨਹੀਂ ਲੱਭਿਆ ਆਪਦੀ ਕੁੜੀ ਲਈ ਮੇਰੀ ਕੁੜੀ ਹੈ ਮੈਂ ਜਿੱਥੇ ਮਰਜ਼ੀ ਵਿਆਹਾਂ ਤੂੰ ਕੌਣ ਹੁੰਨੇ ਬੋਲਣ ਵਾਲਾ ਓਏ ਮੈਂ ਹੁੰਨਾ ਉਸ ਮੁੰਡੇ ਦਾ ਪਿਓ ਜਿਹੜਾ ਤੇਰੀ ਕੁੜੀ ਨੂੰ ਪਿਆਰ ਕਰਦਾ ਹੈ ਇਹਦਾ ਮਤਲਬ ਝੂਠ ਬੋਲ ਕੇ ਪਖੰਡ ਰਚ ਕੇ ਵਿਆਹ ਕਰਵਾ ਲੋ ਓ ਤੂੰ ਕੋਈ ਹੋਰ ਰਾਹ ਛੱਡੇ ਹੀ ਨਹੀਂ ਇਹਨਾਂ ਲਈ ਗਲਤੀ ਮੇਰੀ ਅੰਕਲ ਮੇਰੇ ਮਾਮ ਡੈਡ ਨੂੰ ਕੁਝ ਨਾ ਕਹੋ ਮੈਂ ਹੀ ਇਹਨਾਂ ਨੂੰ ਮਜਬੂਰ ਕੀਤਾ ਸੀ ਢਿੱਲੋਂ ਸਾਹਿਬ ਚਾਹੀਦੀਆਂ ਤਾਂ ਬੱਚਿਆਂ ਦੀਆਂ ਖੁਸ਼ੀਆਂ ਨੇ ਨਾ ਕੀ ਫਰਕ ਪੈਂਦਾ ਸ਼ਾਬਾਸ਼ ਇਹਦਾ ਮਤਲਬ ਸਾਰੇ ਰਲ ਕੇ ਮੈਨੂੰ ਬੇਵਕੂ ਬਣਾ ਰਹੇ ਸੀ ਮੇਰੀ ਕੁੜੀ ਨੂੰ ਵੀ ਧੋਖੇ ਚ ਰੱਖਿਆ ਨਹੀਂ ਪਾਪਾ ਮੈਨੂੰ ਸਭ ਪਤਾ ਸੀ ਮੈਂ ਕਈ ਵਾਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਹਿੰਮਤ ਨਹੀਂ ਕਰ ਸਕੀ ਥੋੜੀ ਤਜ਼ੀਦ ਸੀ ਨਾ ਮੈਨੂੰ ਬਾਹਰ ਵਿਆਹ ਦੀ ਮੈਂ ਤੈਨੂੰ ਕਿਸੇ ਬਾਹਰਲੇ ਨਾਲ ਵਿਆਹ ਲਈ ਜ਼ਬਰਦਸਤੀ ਤਾਂ ਨਹੀਂ ਕੀਤੀ ਨਾ ਹਮੇਸ਼ਾ ਤੇਰੀ ਰਾਏ ਪੁੱਛੀ ਹੈ ਮੈਂ ਚਾਹ ਕੇ ਵੀ ਤੁਹਾਨੂੰ ਦੱਸ ਨਾ ਸਕੀ ਸੋਚਿਆ ਤਾਂ ਅਸੀਂ ਮੌਕਾ ਆਉਣ ਤੇ ਤੁਹਾਨੂੰ ਦੱਸ ਦਿਆਂਗੇ ਪਰ ਅਸੀਂ ਡਰਦੇ ਹੀ ਰਹਿ ਗਏ ਹਮੇਸ਼ਾ ਆਪਣੀ ਕੀਤੀ ਹੈ ਕਦੇ ਤਾਂ ਦੂਜਿਆਂ ਦੀ ਵੀ ਮੰਨ ਲਿਆ ਕਰੋ ਬੋਲੇ ਸਭ ਦੇ ਲਈਆਂ ਸਫਾਈਆਂ ਨਾ ਜੇ ਦਿਸ਼ੋ ਮੈਨੂੰ ਦੱਸ ਦਿੰਦੀ ਬਈ ਮੁੰਡਾ ਮੈਨੂੰ ਪਸੰਦ ਹੈ ਮੈਂ ਕਿਹੜਾ ਮਨਾ ਕਰ ਦੇਣਾ ਸੀ ਮਤਲਬ ਤੇਰੀ ਹਾਂ ਹੈ ਹੁਣ ਵਾਹ ਓਏ ਢਿੱਲੋਂ ਬਾਹਰ ਜਾਣ ਪਿੱਛੇ ਇੰਨਾ ਕਮਲਾ ਹੋ ਗਿਆ ਕਿ ਆਪਣੇ ਵਿਹੜੇ ਦੀਆਂ ਖੁਸ਼ੀਆਂ ਨਹੀਂ ਮਾਣ ਸਕਿਆ ਕਦੇ ਭੁੱਲ ਹੀ ਗਿਆ
कि इत्थे भी एक दुनिया वसदी है। की समझिए, हाँ है कि ना है? ओ हुण लिख के दवां तैनू पा भई मुंदरियां। फगवाड़े तो हुणे कुड़ी दी दस पई है, बहुत मोटी सामी है। वेयर देयर इज अ टी, समझो गल बन गई। की जिथे चाह उथे रा, अंग्रेजी भी नहीं आउंदी घटिया लोकां नूं। की को तरमतर हो रही है वे? कुछ नहीं वीर जी, मैं क्या उपरो सगन पैण लगे, एक करी जाके देख के आऊंगी भी 100-100 दे टुटे हैगे उहनां कोले। ठीक है ठीक है, जायो जी। मैं तां मिल्खा सिंह बन लग्या, जे ते तू पीटी ऊषा बन हुंदा तां बन लै। आ जा भज लै। मेरा स्पॉन्जर का दिल ना किदे तेरी कॉटन दी उंगल दे विच रिंग पाउणा मांगदा या। फिर भी दस सच पा दे। बंबी देखी है। मतलब ऐसे यूके जा रहे हैं? हाँ जी। किदा होनता यूके दे मुंडे आदा यूके जाना बंदा या? की कहने या?